शिमारू के नए वीडियोस के लिए सब्सक्राइब कीजिए और बेल आइकन को दबाना न भूलें। पढ़ना भी है होंडे ते चढ़ना भी है हाय कॉलेज बिच पढ़ना भी है होंडे ते चढ़ना भी है मित्रों ने टौरा कट के मोड़ा ते खड़ना भी है कॉलेज बिच पढ़ना भी है होंडे ते चढ़ना भी है मित्रों ने टौरा कट के मोड़ा ते खड़ना भी है पास भी जरूर आपा होना ऐसे दा रोना औखा बड़ा है कम होना भई ऐसे दा रोना औखा बड़ा है कम होना भई ऐसे दा रोना मैं क्या बस की पुछते हो कॉलेज बिच मौजा ही मौजा मुंडिया ते कुड़िया दिया हर पासे फौजा ही फौजा मैं क्या बस की पुछते हो कॉलेज बिच मौजा ही मौजा मुंडिया ते कुड़िया दिया हर पासे फौजा ही फौजा फेर दिया बन के डारा पैखिड़िया गुलजारा घूमन सकूटर कारा पैखिड़िया गुलजारा बन ठन के कॉलेज आना शामी हर रोज सतारा सेक्टर दा केड़ा लाना हो ना तो के पैन पचर के बन ठन के कॉलेज आना शामी हर रोज सतारा सेक्टर दा केड़ा लाना आपा ते रूटीन बनाई ओ मोजाने बाई और ना पिकर सानू काहियो मोजाने बाई आपे हुंदी फिरूगी पढ़ाई ओ मोजाने बाई चढ़ते तो चढ़ता
ਜਾ ਜਵਨ ਸੋਹਣੇ ਫੁਰਤੀਲੇ ਗੱਭਰੂ ਮੰਨਦੇ ਨਾ ਟੈ ਕਿਸੇ ਦੀ ਪਾਲੇ ਅਣਖੀਲੇ ਗੱਭਰੂ ਚੜਦੇ ਤੋਂ ਚੜਦਾ ਜੋਬਣ ਸੋਹਣੇ ਫੁਰਤੀਲੇ ਗੱਭਰੂ ਮੰਨਦੇ ਨਾ ਟੈ ਕਿਸੇ ਦੀ ਪਾਲੇ ਅਣਖੀਲੇ ਗੱਭਰੂ ਮੌਤ ਨੂੰ ਮਖੌਲਾ ਕਰਦੇ ਬਈ ਮਰਨੋ ਨਾ ਡਰਦੇ ਪਿਆਰ ਨਾ ਗੁਲਾਮੀ ਕਰਦੇ ਬਈ ਮਰਨੋ ਨਾ ਡਰਦੇ ਯਾਰਾਂ ਲਈ ਤਲੀ ਤੇ ਸਿਰ ਧਰਦੇ ਬਈ ਮਰਨੋ ਨਾ ਡਰਦੇ ਕਾਲਜ ਵਿੱਚ ਪੜ੍ਹਨਾ ਵੀ ਹੈ ਹੌਂਡੇ ਤੇ ਚੜ੍ਹਨਾ ਵੀ ਹੈ ਮਿੱਤਰਾਂ ਨੇ ਟੋਰਾ ਕੱਢ ਕੇ ਮੋੜਾਂ ਤੇ ਖੜ੍ਹਨਾ ਵੀ ਹੈ ਪਾਸ ਵੀ ਜ਼ਰੂਰ ਆਪਾਂ ਹੋਣਾ ਐਸੇ ਦਾ ਰੋਣਾ ਔਖਾ ਬੜਾ ਹੈ ਕੰਮ ਹੋਣਾ ਪਈ ਐਸੇ ਦਾ ਰੋਣਾ ਔਖਾ ਬੜਾ ਹੈ ਕੰਮ ਹੋਣਾ ਪਈ ਐਸੇ ਦਾ ਰੋਣਾ ਪਾਸ ਵੀ ਜ਼ਰੂਰ ਆਪਾਂ ਹੋਣਾ ਪਈ ਐਸੇ ਦਾ ਰੋਣਾ ਪਤਰ ਅਨਾਰਾਂ ਦੇ ਸਾਡੀ ਗਲੀ ਲੰਘ ਬਾਲੋ ਦੁੱਖ ਟੁੱਟਣ ਬਿਮਾਰਾਂ ਦੇ ਮੰਮੀ ਬਾਈ ਜੀ ਉਹ ਬਠਿੰਡੇ ਵਾਲੇ ਹੋ ਆ ਜਾ ਖੁੱਲਾ ਹੀ ਹੈ ਖੁੱਲਾ ਤਾਂ ਹੈ ਪਰ ਖੋਲਣਾ ਤਾਂ ਪੈਣਾ ਹੀ ਹੈ ਨਾ ਇਹ ਪੰਮੀ ਬਾਈ ਜੀ ਓਏ ਤੜਕੇ ਸਿਰ ਖਾਣ ਆ ਗਿਆ ਪਤੰਦਰਾ ਉਹ ਦਿਨ ਤਾਂ ਚੜ ਲੈਣ ਦਿੰਦਾ ਲੈ 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 ਬਾਈ ਜੀ ਬਾਹਰ ਤਾਂ ਗੋਡੇ ਗੋਡੇ ਦਿਨ ਚੜ ਗਿਆ ਜੀ ਓਏ ਸਾਲਿਆ ਹਾਂਜੀ ਓਏ ਕਿੰਨਾ ਸੋਹਣਾ ਸੁਪਨਾ ਦੇਖ ਰਿਹਾ ਸੀ ਅੱਛਾ ਜੀ ਓਏ ਸਵਰਗਾਂ ਚ ਘੁੰਮ ਰਿਹਾ ਸੀ ਓਏ ਚਾਰੇ ਪਾਸੇ ਅਫੀਮ ਦੇ ਪਹਾੜ ਹਾਏ ਦਾਰੂ ਦੇ ਦਰਿਆ ਕੈਪਸੂਲਾਂ ਤੇ ਤਤੂਰਿਆਂ ਦੇ ਅੰਬਾਰ ਤੇ ਵਿੱਚ ਤੂੰ ਸਾਲਿਆ ਸੜੀ ਜੀ ਚਾਹ ਲੈ ਕੇ ਆ ਗਿਆ ਲੈ 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 ਬਾਈ ਜੀ ਤੁਸੀਂ ਘੁੱਟ ਭਰ ਕੇ ਵੇਖੋ ਜੀ ਫੇਰ ਦੇਖੋ ਕਾ ਕਿੱਦਾਂ ਖੁੱਲਦੀ ਹੈ ਜੀ ਓਏ ਕੰਜਰਾ ਓਏ ਪੂਰਾ ਸਰੀਰ ਜਾਮ ਹੋਇਆ ਪਿਆ ਓਏ ਦੇ ਵਿੱਚ ਕਾਲੀ ਨਾਗਣੀ ਤਾਂ ਘੋਲ ਦੇ ਨਾ ਨਾ ਬਾਈ ਜੀ ਮੈਂ ਨਹੀਂ ਮਲਾਵਟ ਕਰਦਾ ਜੀ ਮੈਂ ਤਾਂ ਖੰਡ ਬੜੀ ਔਖੀ ਘੋਲਦਾ ਜੀ ਇਹਦੇ ਚ ਇਹ ਪਾਪ ਮੈਥੋਂ ਨਾ ਕਰਾਓ ਜੀ ਆਪੇ ਘੋਲ ਲਿਓ ਪੱਟੇ ਹੋਏ ਜਗੀਰਦਾਰੀਆਂ ਦੇ ਉੱਥੇ ਮਾਂ ਪਿਓ ਬੜਾ ਮੂੰਹ ਸਵਾਰ ਸਵਾਰ ਕੇ ਪਿੰਡ ਚ ਕਹਿੰਦੇ ਹੋਣਗੇ ਕਿ ਸਾਡਾ ਕਾਕਾ ਯੂਨੀਵਰਸਿਟੀ ਚ ਪੜਦਾ ਉਹ ਮੇਰੇ ਹਰਿਆਣੇ ਦੇ ਸ਼ੇਰ ਉਹ ਮੇਰੇ ਪਵਨ ਪੁੱਤ ਹਨੂਮਾਨ ਜੀ ਦਰਵਾਜ਼ਾ ਖੋਲੋ ਓਏ ਆ ਵੀ ਖੁੱਲਾ ਸਰ 68 69 70 ਮੇਰੇ ਪਵਨ ਪੁੱਤ ਹਨੂਮਾਨ ਜੀ 72 ਕਸਰਤ ਤਾਂ ਵੱਡੀ ਤਗੜੀ ਕਰਦੇ ਹੋ ਤੇ ਕੁੜੀ ਛੁੱਟੀ ਤੁਹਾਡੇ ਕੋਲ ਫਸਦੀ ਨਹੀਂ ਅਰੇ ਮੇਰੇ ਬਾਈ ਤੂੰ ਇੱਕ ਕੁੜੀ ਉੜੀਆਂ ਕੀ ਬਾਤ ਮਤ ਕਰਿਆ ਕਰ ਅਰੂੰ ਵੀ ਬਾਇਆ ਮੈਂ ਛੋਰੀ ਹੋ ਰਿਹਾ ਚੱਕਰ ਮੈਂ ਨਹੀਂ ਪੜ ਸਕਤੇ ਨਾ ਨਾ ਤੁਸੀਂ ਕਹਨੋ ਪੜਨਾ ਛੋਰੀਆਂ ਦੇ ਚੱਕਰ ਮੈਂ ਪਰ ਫਰਜ਼ ਕਰੋ ਕੋਈ ਛੋਰੀ ਤੁਹਾਡੇ ਪਿੱਛੇ ਪੈ ਜਾ ਫੇਰ ਰਥੋਰੀ ਹੱਥ ਕੇ ਅੰਡਰਾ ਹਾਂ ਅਰੂੰ ਵੀ ਉਹਨਾਂ ਆਪਣੀ ਜੁੱਤੀ ਕਾ ਨੀਚਾ ਰੱਖਾ ਹਾਂ ਅਰ ਵਾ ਕਰ ਵੀ ਕੇ ਲੇਗੇ ਬਿਮਾਰਾ ਨਾ ਨਾ ਉਹਨੂੰ ਨਹੀਂ ਕਰਨਾ ਪਰ ਫਰਜ਼ ਕਰੋ ਜੇ ਕੋਈ ਛੋਰੀ ਤੁਹਾਡਾ ਹੱਥ ਫੜ ਕੇ ਕਹਿ ਦੇ ਕਿ ਮੈਂ ਤੁਮ ਸੇ ਸ਼ਾਦੀ ਕਰੂੰਗੀ ਫੇਰ ਰਤੂ ਮੇਰਾ ਤਾਊ ਨਾ ਨਹੀਂ ਜਾਣਤਾ ਜਬ ਉਸਨੇ ਬੇਰਾ ਪਾਟ ਕੀ ਨਾ ਤਾਂ ਬਾਈ ਉਸਕੀ ਤਾਂ ਡਾਂਗ ਅਰ ਬਾਈ ਮਾਰਾ ਸ਼ਰ ਆਏ ਹਾਏ ਪਵਨ ਬਾਈ ਜੀ ਉਹ ਤੁਸੀਂ ਐਡੇ ਤਗੜੇ ਪਹਿਲਵਾਨ ਹੋ ਯਾਰ ਮੈਨੂੰ ਸਮਝ ਨਹੀਂ ਆਈ ਆਪਣੇ ਤਾਊ ਜੀ ਤੋਂ ਐਡਾ ਡਰਦੇ ਕਿਉਂ ਯਾਰ ਮੇਰਾ ਡਰਨਾ ਪੜਾ ਹੈ ਮੇਰੇ ਭਾਈ ਡਰਨਾ ਪੜਾ ਹੈ ਤੂੰ ਵੀ ਕਹਿ ਮੇਰੀ ਗੱਲ ਆ ਮੇਰੇ ਗਾਂਵ ਚ ਆ ਲਈਏ ਜਦ ਤੈਨੂੰ ਦਿਖਾਉਂਗਾ ਮੇਰੇ ਤਾਊ ਦਾ 1.5 ਫੁੱਟ ਕਾਥ ਹੈ ਇੱਕ ਲੱਗ ਗਿਆ ਨਾ ਤਾਂ ਬਾ ਛੁੱਟੀ ਕਮਾਲ ਹੈ ਯਾਰ ਉਹ ਇਹਦਾ ਤਾਊ ਹੈ ਕਿ ਦਾਰਾ ਸਿੰਘ ਕਿ ਦੁੱਧ ਕਿਤ ਉੱਧ ਰਹਿ ਹਾਂ ਹਾਂ ਇਤਨੇ ਦੂਰ ਤੱਕ ਕੁੜਾ ਕਰਵਾਉਗਾ ਮੁੰਡਾ ਤਾਂ ਸਾਊ ਹੀ ਹੈ ਪਰ ਵਿਚਾਰੇ ਨੂੰ ਤਾਊ ਜਿਵੜਿਆ ਇਹਦੇ ਤਾਊ ਨੂੰ ਵੀ ਕਿਸੇ ਦਿਨ ਮਿਲਣਾ ਹੀ ਪੈਣਾ ਦੁੱਧ ਸ਼ੁੱਧ ਪੀ ਕੇ ਹਰਿੰਦਰ ਭਾਜੀ ਚਾਹ ਖੁੱਲਾ ਹੀ ਹੈ ਉਹ ਆਹ ਵੀ ਗਿੰਦਿਆ ਓ ਬਾਈ ਜੀ ਨਾ ਪੂਰਾ ਲਿਆ ਕਰੋ ਗਿੰਦਾ ਨਹੀਂ ਜੀ ਗਿੰਦਾ ਮਾਨ ਓਏ ਤੂੰ ਮਾਨ ਕੱਤ ਹੋ ਗਿਆ ਓਏ ਉਹ ਗੱਲ ਨੂੰ ਸਮਝੋ ਬਾਈ ਜੀ ਉਹ ਜਿੱਦਾਂ ਐਕਟਰ ਬਣਨ ਲਈ ਖਾਨ ਹੋਣਾ ਜ਼ਰੂਰੀ ਹੈ ਨਾ ਜੀ ਇਦਾਂ ਸਿੰਗਰ ਬਣਨ ਲਈ ਮਾਨ ਹੋਣਾ ਬਹੁਤ ਜ਼ਰੂਰੀ ਹੈ ਚਲੋ ਮੇਰੀ ਛੱਡੋ ਤੁਸੀਂ ਇਹ ਚਾਹ ਪੀਓ ਵੈਸੇ ਬਾਈ ਜੀ ਇੱਕ ਗੱਲ ਪੂਰੇ ਹੋਸਟਲ 'ਚ ਤੁਸੀਂ ਇਕੱਲੇ ਹੋ ਜਿਹੜੇ ਪੜ੍ਹ ਪੜ੍ਹ ਕੇ ਆਪਣੇ ਮਾਂ ਪਿਓ ਦੇ ਪੈਸਿਆਂ ਦਾ ਪੂਰਾ ਮੁੱਲ ਪਾਉਂਦੇ ਹੋ ਓਏ ਮੇਰੇ ਬਾਪੂ ਕੋਲ ਤਾਂ ਜ਼ਮੀਨ ਹੈ ਨਹੀਂ ਨਹੀਂ ਤਾਂ ਮੈਂ ਵੀ ਕਾਹਨੂੰ ਪੜ੍ਹਨਾ ਸੀ ਤੂੰ ਇੱਕ ਵਾਰੀ ਇਹਨਾਂ ਸਾਰਿਆਂ ਦੇ ਜ਼ਮੀਨਾਂ ਖੋਲੇ ਫੇਰ ਦੇਖੀ ਕਿਵੇਂ ਦਿਨ ਰਾਤ ਪੜ੍ਹਦੇ ਆ ਅੱਛਾ ਅੱਛਾ ਯਾਨੀ ਪੜਾਕੂ ਦੋ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਆਹੋ ਇੱਕ ਜ਼ਰੂਰਤਮੰਦ ਤੇ ਦੂਜੇ ਪ੍ਰੇਮੀ ਪ੍ਰੇਮੀ ਹੋ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਅੱਧੀ ਰਾਤੀ ਮੈਂ ਪੜਦੀ ਵੇ ਮਾਹੀ ਮੇਰਿਆ ਅੱਧੀ ਰਾਤੀ ਮੈਂ ਪੜਦੀ ਵੇ ਮਾਹੀ ਮੇਰਿਆ ਆ ਵੀ ਕਹਿੰਦੇ ਆ ਉਹ ਦੀਪਾ ਜੀ ਤੂੰ ਤਾਂ ਸਵੇਰੇ ਸਵੇਰੇ ਸ਼ਹਿਦ ਖਾਂਦਾ ਹੋਏਗਾ ਤਾਂ ਇੰਨਾ ਮਿੱਠਾ ਗਾ ਲੈਣਾ
ਸੱਚੀ ਬਾਈ ਜੀ ਮੈਂ ਇੰਨਾ ਚੰਗਾ ਗਾ ਲੈਣਾ ਜੀ ਟੀਵੀ ਦੇ ਸਿੰਗਰਾਂ ਤੋਂ ਤਾਂ ਵਧੀਆ ਹੀ ਗਾ ਲੈਣਾ ਬਾਈ ਜੀ ਮੈਂ ਤਾਂ ਜੀ ਗੁਰਦਾਸ ਮਾਨ ਦੀ ਫੋਟੋ ਲਾਈ ਜੀ ਕਮਰੇ ਚ ਬਣਨ ਤਾਂ ਮੈਂ ਸਿੰਗਰ ਆਇਆ ਸੀ ਜੀ ਬਣ ਗਿਆ ਮੈਂ ਇਸ ਦਾ ਨੌਕਰ ਉਹ ਤੂੰ ਫਿਕਰ ਕਾਹਨੂੰ ਕਰਦਾ ਤੇਰਾ ਸੁਪਨਾ ਵੀ ਪੂਰਾ ਹੋ ਜਾਊਗਾ ਬਾਈ ਜੀ ਦੁੱਧ ਪਹੁੰਚਾਵਾਂ ਜੀ ਕਮਰੇ ਚ ਚਾਹ ਤਾਂ ਤੁਸੀਂ ਪੀਂਦੇ ਨਹੀਂ ਚਾਹ ਆਪਾਂ ਪੀਣੀ ਨਹੀਂ ਡੈਡੀ ਕਹਿੰਦੇ ਨੇ ਚਾਹ ਤਾਂ ਸ਼ਹਿਰਨ ਚੀਜ਼ ਹੈ ਹੈ ਕਿ ਨਹੀਂ ਪਰ ਬਾਈ ਜੀ ਸ਼ਹਿਰਨ ਕੁੜੀ ਨਾਲ ਪਿਆਰ ਤਾਂ ਕਰ ਸਕਦੇ ਆ ਨਾ ਜੀ ਕੀ ਕਹਿੰਦੇ ਦੁੱਧ ਲੈ ਕੇ ਆ ਮੇਰੇ ਪਿੱਛੇ ਸ਼ਹਿਰੀਆਂ ਦਾ ਕੰਮ ਜਿਹਾ ਬਾਹਲਾ ਸੂਤਾ ਹੈ ਟੁੱਟੀ ਜੀ ਸਕੂਟਰੀ ਤੇ ਕੁੜੀਆਂ ਬਿਠਾਈ ਫਿਰਦੇ ਨੇ ਅਸੀਂ ਲੱਖ ਲੱਖ ਦੇ ਬਾਈਕ ਲਈ ਫਿਰਦੇ ਸਾਡੇ ਪਿੱਛੇ ਤਾਂ ਕੋਈ ਨਹੀਂ ਬਹਿੰਦੀ ਬੈਠਣਾ ਤਾਂ ਦੂਰ ਸਾਨੂੰ ਤਾਂ ਕੋਈ ਹੈਲੋ ਹਾਏ ਤੱਕ ਨਹੀਂ ਕਰਦੀ ਪਤਾ ਨਹੀਂ ਇਹਨਾਂ ਕੁੜੀਆਂ ਨੂੰ ਸਾਰੇ ਪਿੰਡ ਵਾਲਿਆਂ ਤੋਂ ਕੀ ਐਲਰਜੀ ਹੈ ਉਹ ਸਾਡੇ ਹਰਿਆਣੇ ਤਾਂ ਕੁੜੀਆਂ ਪਿੱਛੇ ਘੁੰਮਣਾ ਮਰਦਾਨਗੀ ਪਰ ਦੱਬਾ ਸਮਝਿਆ ਵਾਂ ਸਿੱਧਾ ਪਕੜਾਂ ਬੋਲੇ ਬੈਠੇ ਬਾਈਕ ਪਰ ਚੱਲ ਲਈ ਥਾਣੇ ਉਹ ਆ ਗਈਆਂ ਦੀਪ ਅੱਜ ਤਾਂ ਆਪਣੀ ਵਾਲੀ ਨੂੰ ਹੈਲੋ ਕਹਿ ਹੀ ਦੇ ਉਹ ਕਹਿ ਦਾਂਗੇ ਕਿਹੜੀ ਵੱਡੀ ਗੱਲ ਹੈ ਤੁਸੀਂ ਲੋਕ ਇਹ ਸੋਚ ਰਹੇ ਹੋ ਕਿ ਮੈਂ ਕੌਣ ਆ ਮੈਂ ਤੁਹਾਡੀ ਬੋਟਨੀ ਦੀ ਨਵੀਂ ਟੀਚਰ ਮਨਦੀਪ ਯੂ ਕੈਨ ਕਾਲ ਮੀ ਮੈਡਮ ਮਨਦੀਪ ਹਾਈ ਬੋਇਜ਼ ਹਾਈ ਗਰਲਸ ਮਿਨੀ ਮਿਨੀ ਤੂੰ ਦੁਬਾਰਾ ਐਡਮਿਸ਼ਨ ਲੈ ਲਈ ਸਾਡੀ ਕਲਾਸ ਚ ਮਾਫ ਕਰਨਾ ਮੈਂ ਇੱਥੇ ਪੜਾਉਣ ਆਈ ਆ ਤੁਸੀਂ ਮੈਨੂੰ ਮੈਡਮ ਕਹਿ ਸਕਦੇ ਹੋ ਅੱਛਾ ਅੱਛਾ ਮਤਲਬ ਆਪਾਂ ਤੇਰੇ ਹੁਣ ਸਟੂਡੈਂਟ ਹੋ ਗਏ ਦਰਅਸਲ ਮੈਂ ਔਰ ਮਿਨੀ ਨੇ ਕਾਲਜ ਇੱਕੋ ਈਅਰ ਚ ਜੁਆਇਨ ਕੀਤਾ ਸੀ ਇਕੱਠੇ ਨੇ ਜੁਆਇਨ ਕੀਤਾ ਸੀ ਔਰ ਅੱਜ ਤੁਸੀਂ ਵੇਖ ਲਓ ਮਿਨੀ ਪੜ੍ਹ ਪੜ੍ਹ ਕੇ ਟੀਚਰ ਬਣ ਗਈ ਆ ਸਾਡਾ ਹੌਸਲਾ ਵੇਖੋ ਹਰ ਸਾਲ ਫੇਲ ਹੋ ਕੇ ਇੱਥੇ ਯੂਨੀਵਰਸਿਟੀ 'ਚ ਫਿਰੀ ਜਾਂਦੇ ਦਰਅਸਲ ਮੈਂ ਤੇ ਮਿੰਨੀ ਜਦੋਂ ਇਕੱਠੇ ਪੜ੍ਹਦੇ ਹੁੰਦੇ ਸੀ ਨਾ ਮੈਂ ਇਹਨੂੰ ਮਿੰਨੀ ਮਿੰਨੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਹੁਣ ਵੇਖੋ ਜੀ ਜਿੰਨੀ ਮਰਜ਼ੀ ਵੱਡੀ ਹੋ ਜੇ ਪਰ ਮੈਂ ਤੇ ਇਹਨੂੰ ਮਿੰਨੀ ਕਹਿ ਕੇ ਬੁਲਾਉਣਾ ਕਿ ਨਹੀਂ ਪਲੀਜ਼ ਕੁਛ ਤਾਂ ਸੋਚੋ ਹੁਣ ਮੈਂ ਤੁਹਾਡੀ ਟੀਚਰ ਹਾਂ ਦੇਖ ਮਿੰਨੀ ਤੂੰ ਮੇਰੇ ਹਾਂ ਦੀ ਆ ਤੈਨੂੰ ਮੈਂ ਮੈਡਮ ਕਿੱਦਾਂ ਕਹਿ ਸਕਦਾ ਹਾਂ ਕਲਾਸ ਵਿੱਚ ਮੈਂ ਸਭ ਦੀ ਮੈਡਮ ਹਾਂ ਤੁਹਾਡੀ ਵੀ ਆਹਦਾ ਨਵਾਂ ਪੰਗਾ ਪੈ ਗਿਆ ਯਾਰ ਹਾਂ ਹੁਣ ਤੇਰੀ ਗੱਲ ਵੀ ਕਿਵੇਂ ਨਾ ਮੰਨਾਂ ਚਲੋ ਆਪਾਂ ਇਦਾਂ ਕਰਦੇ ਹਾਂ ਕਲਾਸ 'ਚ ਮੈਂ ਤੈਨੂੰ ਮਿੰਨੀ ਮੈਡਮ ਕਹਿ ਲਿਆ ਕਰਾਂਗਾ ਪਰ ਬਾਹਰ ਤੋਂ ਮੇਰੀ ਮਿੰਨੀ ਆ ਮਿੰਨੀ ਜੇ ਹੁਣ ਤੁਸੀਂ ਬੁਰਾ ਨਾ ਮਨਾਓ ਤੇ ਆਪਣੀ ਸੀਟ ਤੇ ਜਾ ਕੇ ਬਹਿ ਜਾਓ ਸੌਰੀ ਮੈਂ ਭੁੱਲ ਹੀ ਗਿਆ ਸੀ ਦਰਅਸਲ ਆਪਣੀਆਂ ਪੁਰਾਣੀਆਂ ਯਾਦਾਂ ਚਲਾ ਗਿਆ ਸੀ ਪਲੀਜ਼ ਓਕੇ ਆ ਜਾਓ ਬਹਿ ਜਾਓ ਹੁਣ Thank you.
मेरे ख्याल थोड़ा पढ़ पढ़ा भी लगी आपा हूं ले भाई रंगीले का कमता बन गया कौन नहीं छड़ता अपनी मैडम नू ओयो चीज ये जही है जे मैं भी रंगीले दी जगह हुंदा ता मैं भी ओदे पीछे लग जांदा क्यों फेकन लाग रहा तू तैनू कुड़िया नू हेलो कहण दी हिम्मत नहीं ओ अपन नू हिम्मत करन दी की लोड है मित्रा ओ अपने लई ता कुड़ी कनाडा तो आऊ ते आपे ब्याह के ले जाऊ आहो कनाडा वालियां ता तैनू ही डीक दियां ए सास च ना बैठा रही पम्मी किसी ने बाहर नहीं लेके जाना साला छड़े दा छड़ा ही रह जाएगा ओ दूध ले आईओ दूध नाले जड़ी सवेरे काली जी ला लेना ना तू ए छड़ दे तू नहीं जानदा भाई पोरा खला के सारा दिन चित खिड़िया रहंदा है कि खिंडिया रहंदा है ओए उधर ना देखियो रंगीला आंदा है ओ जिथे मर्जी देख लो यार आना उन्हें इस टेबल ते हाय गर्ल्स एक्सक्यूज मी प्लीज हाउ आर यू बॉयज गुड और की हाल है रंगीला भाई जी वधिया हां ਕਿੰਨਾ ਰਿਸਪੈਕਟਫੁਲ ਮੁੰਡਾ ਪਤਾ ਲੱਗਦਾ ਕਿਸੇ ਟੌਪ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਸੁੱਕੀ ਚਾਹ ਪੀਵੀ ਜਾਂਦੇ ਹੋ ਯਾਰ ਦਿਸ ਇਜ਼ ਨਾਟ ਦਾ ਵੇ ਵੇਟਰ ਦੋ ਚੀਜ਼ ਸੈਂਡਵਿਚ ਤੇ ਨਾਲੇ ਕੋ ਮਿਲਕ ਸ਼ੇਕ ਵੱਡਾ ਤੁਸੀਂ ਖਾਓਗੇ ਕੁਛ ਤੂੰ ਹੀ ਖਾ ਲੈ ਅਸੀਂ ਤਾਂ ਖਾਣੇ ਰਹਿੰਦੇ ਆ ਉਹ ਗੱਲ ਸੁਣੋ ਬਠਿੰਡੇ ਵਾਲਿਆ ਉਹ ਗੱਲ ਕਰਨੀ ਤਾਂ ਸਿੱਖ ਲੈ ਯਾਰ ਆਪਣੇ ਸੀਨੀਅਰ ਨਾਲ ਗੱਲ ਕਿੱਦਾਂ ਕਰੀਦੀ ਹੈ ਅੱਛਾ ਮੁੰਡਿਓ ਮੈਂ ਤੁਹਾਨੂੰ ਇਹ ਦੱਸਣ ਆਇਆ ਸੀ ਵੀ ਆਪਣੇ ਡਿਪਾਰਟਮੈਂਟ ਦਾ ਕੋਈ ਕੰਮ ਹੋਵੇ ਤੁਸੀਂ ਮੈਨੂੰ ਦੱਸਣਾ ਮੇਰੀ ਮੈਡਮ ਨਾਲ ਗਾਟੀ ਆ ਆਪਣੀ ਉਹ ਗਾਟੀ ਹੋ ਗਈ ਤੇਰੀ ਅਸੀਂ ਤਾਂ ਕੀ ਲੈਣਾ ਬਈ ਓਹੋ ਹੋ 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 ਬੜੀਆਂ ਪ੍ਰੋਬਲਮਸ ਆਉਂਦੀਆਂ ਹੁੰਦੀਆਂ ਥੈਂਕ ਯੂ ਲੈਕਚਰ ਤਾਂ ਆਪਣੇ ਸੁਖਣਾ ਸ਼ਾਰਟ ਹੋਣੇ ਆ ਉਦੋਂ ਰੰਗੀਲਾ ਸਾਹਿਬ ਨੇ ਕੰਮ ਆਉਣਾ ਮੇਰੀ ਮੈਡਮ ਫਿਰ ਆਪਣੀ ਆ ਨਾ ਤੁਸੀਂ ਐਵੇਂ ਪੂੰਛ ਨੂੰ ਕੁੰਡਲ ਪਾਈ ਫਿਰਦੇ ਹੋ ਮੈਡਮ ਤੁਹਾਨੂੰ ਕਾਹ ਵੀ ਨਹੀਂ ਪਾਉਂਦੀ ਉਹ ਸਮਝਿਆ ਕਰੋ ਯਾਰ ਹੁਣ ਅਗਲੀ ਨੇ ਸਾਰੀ ਕਲਾਸ ਦੇ ਸਾਹਮਣੇ ਥੋੜਾ ਸ਼ੋਅ ਕਰਨਾ ਵੀ ਸਾਡੀ ਆਪਸ ਕੋਈ ਗੱਲ ਆ ਨਾਲੇ ਅੱਗਾ ਮੈਂ ਤੁਹਾਨੂੰ ਹੋਰ ਦੱਸਦਿਆਂ ਇਹਦੇ ਜਣੇ ਖਾਣੇ ਦਾ ਯਾਰੀ ਨਹੀਂ ਪਾਉਣੀ ਮੁਫਤ ਖੋਰੇ ਬੜੇ ਮਿਲਦੇ ਇੱਥੇ ਉਹ ਦੂਰ ਕਾਨੂੰ ਜਾਣਾ ਇੱਕ ਤਾਂ ਸਾਹਮਣੇ ਹੀ ਬੈਠਾ ਤੂੰ ਕਿੱਥੋਂ ਆ ਬਈ ਮੈਂ ਹਰਿਆਣੇ ਤੋਂ ਆ ਫੇਰ ਤਾਂ ਠੀਕ ਆ ਵੈਸੇ ਇੱਕ ਗੱਲ ਤੈਨੂੰ ਵੀ ਦੱਸ ਦਈਏ ਹਰਿਆਣੇ 'ਚ ਕੋਈ ਕੰਮ ਪੈ ਜਾਵੇ ਸਾਨੂੰ ਹੀ ਦੱਸਣਾ ਆਪਣਾ ਚਾਚਾ ਮਿਨਿਸਟਰ ਆ ਹਰਿਆਣੇ 'ਚ ਸੈਂਡਵਿਚ ਤਾਂ ਪਿਆਜ ਰਹਿ ਗਿਆ ਯਾਰ ਖਾਦਾ ਹੀ ਨਹੀਂ ਕਿਸੇ ਨੇ ਇਹਨੂੰ ਨਾਲ ਲੈ ਜਾਂਦੇ ਕੈਰੀ ਕਰ ਲੈਂਦੇ ਹਾਂ ਮਿਲਕ ਸ਼ੇਕ ਦਾ ਕਿਹੜਾ ਮੈਂ ਜਾਂਦੇ ਜਾਂਦੇ ਨੇ ਸੌਰੀ ਵੀ ਹੋਰ ਵੀ ਸਟੂਡੈਂਟਸ ਨਵੇਂ ਆਏ ਆ ਸਾਰੇ ਟੇਕ ਕੇਅਰ ਕਰਨੀ ਪੈਂਦੀ ਆ ਆਪਾਂ ਮਿਲਦੇ ਦੁਬਾਰਾ ਸੇ ਯਾ ਚਾ ਬਾਬਾ ਤੂੰ ਬੜਾ ਚੁਸਤ ਸਾਲਾ ਨਾਲੇ ਸਾਡੇ ਤਾਂ ਖਾ ਗਿਆ ਨਾ ਅਸਲ ਥੱਲੇ ਲੈ ਗਿਆ ਹਰਮਨ ਤੈਨੂੰ ਪਤਾ ਉਹ ਜਿਹੜਾ ਸਾਡੀ ਕਲਾਸ 'ਚ ਇੱਕ ਮੁੰਡਾ ਨਹੀਂ ਹੈ ਕਿਹੜਾ ਪਵਨ ਹਾਂ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦਾ ਹੈ ਮੈਂ ਤੇ ਉਹਨੂੰ ਮਜ਼ਾ ਚੱਕਾ ਕੇ ਛੱਡੂੰਗੀ ਤੂੰ ਹਰ ਕਿਸੇ ਨਾਲ ਪੰਗੇ ਨਾ ਲੈ ਕਰ ਤੂੰ ਤੇ ਨਾ ਐਵੇਂ ਕਪੜਾਈ ਜਾਣੀ ਹੈ ਵੈਲ ਆਮ ਕਮਿੰਗ ਆ ਜਸਟ ਵੇਟ ਦੀਪ ਬਾਈ ਜੀ ਪੜਿਆ ਜੀ ਕੱਲੀ ਬੈਠੀ ਆ ਅੱਜ ਤਾਂ ਹੈਲੋ ਕਹਿ ਦੇ ਮੈਂ ਵੀ ਇਹੀ ਸੋਚ ਰਿਹਾ ਇੱਕ ਮਹੀਨਾ ਹੋ ਗਿਆ ਅੱਜ ਤਾਂ ਖਿੱਚ ਦੇਣਾ ਚਾਹੀਦਾ ਕੰਡਾ ਜਾ ਖਿੱਚ ਦੇ ਕੰਡਾ ਖਿੱਚ ਦੇ ਹਾਂ ਹਾਂ ਸ਼ੇਰ ਬਣ ਸ਼ੇਰ ਸ਼ਾਬਾਸ਼ ਆਲ ਦੀ ਬੈਸਟ ਆਲ ਦੀ ਬੈਸਟ ਸ਼ਾਬਾਸ਼ ਹੈਲੋ ਜੀ ਹੈਲੋ ਐਕਸਕਿਊਜ਼ ਮੀ ਮੇਰੀ ਫਰੈਂਡ ਬੈਠੀ ਹੋਈ ਹੈ ਓ ਕੋਈ ਗੱਲ ਨਹੀਂ ਜਦੋਂ ਆਊਗੀ ਤਾਂ ਉੱਠ ਜਾਵਾਂਗਾ ਓਕੇ ਦੱਸੋ ਤੁਹਾਡੇ ਨਾਲ ਇੱਕ ਗੱਲ ਜੀ ਕਰਨੀ ਸੀ ਕਿਹੜੀ ਗੱਲ ਤੁਹਾਡਾ ਨਾਂ ਹਰਮਨ ਹੀ ਹੈ ਨਾ ਯੈਸ ਕਿਉਂ ਕੋਈ ਸ਼ੱਕ ਨਹੀਂ ਨਹੀਂ ਕੋਈ ਸ਼ੱਕ ਨਹੀਂ ਮੈਂ ਨਵਦੀਪ ਆਈ ਨੋ ਵੈਸੇ ਮੇਰੇ ਦੋਸਤ ਮੈਨੂੰ ਪਿਆਰ ਨਾਲ ਦੀਪ ਕਹਿ ਕੇ ਬੁਲਾਉਂਦੇ ਨੇ ਅੱਛਾ ਤੁਸੀਂ ਬੁਲਾ ਸਕਦੇ ਹੋ ਮੈਨੂੰ ਦੀਪ ਕਹਿ ਕੇ ਪਲੀਜ਼ ਮੈਂ ਕਿਸ ਨੂੰ ਕਿਸ ਨਾਂ ਨਾਲ ਬੁਲਾਉਣਾ ਹੈ ਇਹ ਮੇਰੀ ਮਰਜ਼ੀ ਪਲੀਜ਼ ਡੋਨਟ ਮਿਸਅੰਡਰਸਟੈਂਡ ਮੀ ਮੈਂ ਤਾਂ ਚਾਹੁੰਦਾ ਸੀ ਕਿ ਆਪਣੀ ਜਾਨ ਪਛਾਣ ਹੀ ਹੋ ਜੂਗੀ ਓ ਰੀਲੀ ਆਪਾਂ ਇੱਕੋ ਹੀ ਕਲਾਸ 'ਚ ਹੈਗੇ ਨਾ ਕੰਮ ਕੁੰਮ ਤਾਂ ਪੈਂਦਾ ਹੀ ਰਹਿੰਦਾ ਹੈ ਸੌਰੀ ਮੈਨੂੰ ਤੇਰੇ ਨਾਲ ਕਦੀ ਕੋਈ ਕੰਮ ਨਹੀਂ ਪੈਗਾ ਪੈ ਵੀ ਸਕਦਾ ਜਦ ਪੈਗਾ ਤਾਂ ਵੇਖਾਂਗੇ ਬਸ ਇਹੀ ਗੱਲ ਕਰਨ ਆਈ ਸੀ ਗੱਲਾਂ ਤਾਂ ਬਹੁਤ ਨੇ ਐਕਚੁਅਲੀ ਮੈਂ ਤੁਹਾਡੇ ਕੋਲ ਸ਼ਿਕਾਇਤ ਕਰਨ ਆਇਆ ਸੀ ਸ਼ਿਕਾਇਤ ਕਿਸੇ ਦੇ ਖਿਆਲਾਂ ਵਿੱਚ ਬਾਰ ਬਾਰ ਆਉਣਾ ਉਹਨੂੰ ਤੰਗ ਕਰਨਾ ਉਹਨੂੰ ਸੌਣ ਨਾ ਦੇਣਾ ਇਥੋਂ ਚੰਗਾ ਲੱਗਦਾ ਵਾਟ ਨਹੀਂ ਦੱਸੋ ਮੈਨੂੰ ਚੰਗਾ ਲੱਗਦਾ ਤੁਹਾਨੂੰ ਹਰ ਵੇਲੇ ਦਿਨ ਰਾਤ ਸਵੇਰੇ ਸ਼ਾਮ ਕਿਸੇ ਦੀ ਨੀਂਦ ਚੁਰਾ ਲੈਣ ਕਿਉਂ ਕਰਦੇ ਹੋ ਹਰਮਨ ਤੁਸੀਂ ਹੱਸ ਰਹੇ ਹੋ ਭਾਵੇਂ ਕਿਸੇ ਦੂਜੇ ਬੰਦੇ ਦੀ ਜਾਨ ਨਿਕਲ ਜਾਵੇ
मैं जानबूझ के जानती नहीं कर रही हूं। What can I do? तुसी मेरे ख्याल ना चौना बंद कर दो बस, नहीं तो फिर की मैं भी थोड़े ख्याल ना चौना शुरू कर दूंगा। अच्छा थोड़ा चैन थोड़ी नींद सब कुछ खोलो। I admire your confidence. Thank you. Hello. ए गल हमेशा याद रखी, ओ दिन कदे नहीं आएगा। जे आ गया फिर। Keep trying. All the best. हरमन। Hello. Hi. चलिए की कहंदा सी की बनया भाई बस चक ते फटे सच्ची है हुन ता बाइक दे पीछे बैठी ले हे वेट 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 मैं भी खेलांगी आ ना किथे सी तू शुक्र है हरमन तू भी साडे नाल होस्टल विच रहण आ गई है रियली हरमन ते तू दसया नहीं कि नवदीप ने तेनु की किया मेनू कहंदा है मैं भी तेरे सपने आज आन लग पावांगा तेरी नींद तेरा चैन सब खोला वांगा वाह जी फिर ना की हरमन फिर तू की क्या मैं क्या keep on trying all the best ऐसे उड़ के उधर रंग ही उड़ गया ऐ मुंडे पहला पहला तो बढ़िया ले लड़िया करते ने एक बार प्यार तो फंस जाओ ना फिर लेंदे ने बदले गिन गिन के देखा नहीं सवेरे सवेरे कि मैं लाइना ला के खड़े होते ने सुखी तू पग वाले थोड़ी जी स्माइल दे दिया कर नहीं तो बेचारी दी जान निकल जानी है भाई मैनू होर किसी दा तो पता नहीं पर हरमन ते नवदीप दी जोड़ी जरूर रंग खाऊगी एक्सक्यूज मी ए साडी जोड़ी किवें बन गई क्यों तू कुड़ियां च हीर सलेटी ते मुंडियां च रांझा सब तो सोहणे मुंडे दा दिल आया तेरे ते हनी शायद आप हाय कितने मैनू प्यार नाल बुला लवे ना मैं तो मगर ही तुर पवां तेनू तां मैं मैडम पता नहीं कोई भी क्लास मिस नहीं करना चाहता ज्यादा मक्खन लगान की लोड़ नहीं Please come to the point. Mini madam. दरअसल सारे students चाहते हैं जे आपां फुलां बारे जानकारी लैनी है ते क्यों ना फुलां दे कोल ही जाया जाए ठीक है मैनू कोई एतराज नहीं यूनिवर्सिटी दे बोटैनिकल गार्डन च ही चलदे आ मैडम आपां चंडीगढ़ों बाहर चलदे आ जिथे सोहणे सोहणे फुल खिड़े होण किथे जाना चाहोगे पिंजौर गार्डन चलदे आ ठीक है जिथे कहो उथे ही चले जाने आ पिंजौर गार्डन छोटी सोच वो जे जाना ही है कि तो कुल्लू चलने हैं कि तो मनाली चलने हैं क्यों भाई जस्ट सी द चांस हाँ जी हाँ जी करेंगे जी फोन पहुंच के हाँ कुल्लू मनाली तो जा रहे हैं तुसी ऐ कर दो अमेरिका जा रहे हैं अच्छा मैं थोड़ा करता बाद च मैं कर दूँ हाँ जी हाँ जी हाँ जी करता मैं फोन ओके ओके बीजी क्यों है आरी बस बढ़िया नाली के तू आरी 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 भाई भाई तुसी हाँ जी गर्म कपड़े लेते हाँ जी थैंक यू रख ले ठंड बहुत है वे वे सारे आने के मैं मरियां कुकड़ियां होंगे सिर सोटे ऐदा बैठे जितना किसी मकाने चले हो ਉਹ ਤੁਹਾਨੂੰ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਲੈ ਕੇ ਚੱਲੇ ਆ ਕੁੱਲੂ ਲੈ ਕੇ ਜਾ ਰਿਹਾ ਕੁੱਲੂ ਹੁਣ ਤੁਸੀਂ ਵੀ ਆ ਕੇ ਬਹਿ ਜਾਓ ਹੈ ਕਦੇ ਦਾ ਮਾਈਕ ਛੱਡ ਜਾਏਗਾ ਤੇਰਾ ਤਾਂ ਕੰਮ ਹੋ ਗਿਆ ਕਦੀ ਸਾਡਾ ਵੀ ਸੋਚਿਆ ਕਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਊ ਆਰ ਯੂ ਮਿਨੀ ਮੈਡਮ ਤੁਸੀਂ ਵੀ ਜਾ ਕੇ ਬਹਿ ਜਾਓ ਰੰਗੀਲਾ ਜੀ ਲਾ ਦੋ ਤੇਰੇ ਤੋਂ ਬਿਨਾਂ ਮੈਂ ਕਿਦਾਂ ਬਹਿ ਸਕਦਾ ਹਾਂ ਸਮਝਿਆ ਕਰ ਬੈਠੋ तू हूं खड़ा ही रहेगा
बह जाते चल। थैंक यू। पवन इस फूल का की ना है? मैनू नहीं पता। ओहो इन्हें गुस्से च क्यों ना कदे प्याना भी गल कर लिया कर। इसमें गुस्से के बात है हम तो हाँ इसे। अच्छा तो फिर तेनू प्याना बोलना सिखा दे। छुरी छुरी क्या कर रही है? छुरी मत कर इतना नजदीक मत आओ छुरी। ताऊ ताऊ ए ताऊ कितो आ गया? ठीक है आज तो तेनू छड़ दिता जे तू अगली बारी मेरे नाल प्यार नाल ना बोलिया ता या मरवाओगी भाई कदे न कदे। फुलवी की चीज है ना रोइया विच बंजर जमीन ते अपने आप ही उग जांदा है और ध्यान नाल वेखो ते लगदा है तुहाडे वल वेख के मुस्कुरा रहा है। तेनू पता है क्यों मुस्कुरा रहा है? ए भी चाहुंदा है कोई इहदे नाल गल करे। तेनू किवें पता है? नेड़े जाके वेख इहदी खुशबू तेरे साहां विच घुल मिल जाएगी। एक होर गल दसां एक गल्लां भी करदा ताही तो इन्ने सारे भंवरे इहदे आले दुआले गुणगुणाउंदे रहिंदे ने। इन्ने सारे भंवरे आंदे होणे पर दोस्ती तां इक नाल ही करदा होएगा ना। भंवरा तां कदों दा गुणगुणाई जांदा है रौला पाई जांदा है फुल्ले किसांदा ही नहीं। किहड़े फुल दी गल कर रिहा तू? काले शाह बदलां उत्ते पिंक कलर दे मोटे मोटे फुल लाते कपड़े तले फिरदा है। वेरी फनी हां। ब्यूटीफुल ब्यूटीफुल। रंगीला जी तुसी भी कुछ कर लो सारे स्टूडेंट्स काम कर रहे ने। ਜਿਹੜਾ ਕਰਨ ਵਾਲਾ ਕੰਮ ਉਹ ਤਾਂ ਮੈਂ ਕਰੀ ਜਾਂਦਾ ਬਾਕੀ ਤਾਂ ਸਾਰੇ ਇਹ ਤਾਂ ਸਾਰੇ ਐਵੇਂ ਲੱਗੇ ਆ। ਕੀ ਕਿਹਾ? ਮੇਰਾ ਮਤਲਬ ਕਿ ਪੜ੍ਹਾਈ ਲਿਖਾਈ ਵਾਲਾ ਕੰਮ ਤੇ ਕਈ ਸਾਲਾਂ ਦਾ ਕਰੀ ਜਾਂਦਾ ਮੈਂ ਨਾ ਜਦ ਕੁਝ ਕਰਨਾ ਨਹੀਂ ਸੀ ਫਿਰ ਇੱਥੇ ਆਉਣ ਨੂੰ ਕਿਉਂ ਕਿਹਾ? ਉਹ ਯਾਰ ਮੈਂ ਤਾਂ ਸੋਚਿਆ ਕਿ ਚਲੋ ਸਾਰਿਆਂ ਨੂੰ ਕੁੱਲੂ ਹੀ ਲੈ ਚੱਲਨੇ ਆ ਕੋਰੇ ਉੱਥੇ ਜਾ ਕੇ ਕੋਈ ਗੱਲ ਬਣ ਜੇ। ਗੱਲ ਕਿਹੜੀ ਗੱਲ? ਦੇਖ ਮੈਨੂੰ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਮਤਲਬ ਸਾਰਿਆਂ ਸਾਹਮਣੇ ਨਹੀਂ ਕੀਤੀਆਂ ਜਾ ਸਕਦੀਆਂ। ਮੈਨੂੰ ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਮਤਲਬ ਹਿੰਮਤ ਨਹੀਂ ਪੈ ਰਹੀ। ਸੋਚ ਸਮਝ ਕੇ ਕੋਈ ਗੱਲ ਕਹੀਂ ਵਰਨਾ ਕਲਾਸ ਤੋਂ ਕਢਵਾ ਦਾਂਗੀ। ਰੱਬ ਦਾ ਵਾਸਤਾ ਹੀ ਮੈਨੂੰ ਇਦਾਂ ਕਹਿ ਕੇ ਮੈਨੂੰ ਹੋਰ ਨਾ ਡਰਾ ਮੇਰਾ ਤੇ ਪਹਿਲੂ ਨਹੀਂ ਹੌਸਲਾ ਪੈ ਰਿਹਾ। ਅੱਛਾ ਬੋਲ ਫਿਰ। ਬੋਲਾ ਬੋਲ ਮਤਲਬ ਕਹਿ ਦੇ ਆ ਨਾ। ਓ ਬਾਬਾ ਕਹਿ ਵੀ ਦੇ। ਦਰਅਸਲ ਮੈਂ ਨਹੀਂ ਤੂੰ ਮੈਨੂੰ ਕਲਾਸ ਚੋਂ ਕਢਾ ਦੇਣਾ ਇਹਦੇ ਨਾਲੋਂ ਚੰਗਾ ਹੈ ਫਿਰ ਤੂੰ ਕੁਛ ਨਾ ਹੀ ਬੋਲ। ਓਕੇ ਇਹਨਾਂ ਨੇ ਹੁਣੇ ਹੀ ਮਰਨਾ ਸੀ। ਮੈਮ ਇਹ ਮੁੰਡੇ ਸਾਨੂੰ ਬਹੁਤ ਤੰਗ ਕਰ ਰਹੇ ਨੇ। ਬਿਲਕੁਲ ਝੂਠ ਮੈਡਮ ਕੁੜੀਆਂ ਸਾਨੂੰ ਤੰਗ ਕਰ ਰਹੀਆਂ ਨੇ। ਇੱਕ ਨੰਬਰ ਦੇ ਬੇਵਕੂਫ ਹੋ ਯਾਰ ਤੁਸੀਂ। ਓਏ ਅਸੀਂ ਤਰਸ ਗਏ ਆ ਸਾਨੂੰ ਕੋ ਤੰਗ ਕਰੇ ਸਾਨੂੰ ਕੋ ਤੰਗ ਹੀ ਨਹੀਂ ਕਰਦਾ। ਮੈਡਮ ਸਾਨੂੰ ਕਹਿੰਦੇ ਫੁੱਲਾਂ ਵਿੱਚ ਕਿਉਂ ਭੱਜਦੀ ਹੋ ਫੁੱਲ ਤਾਂ ਤੁਸੀਂ ਆਪਣੇ ਕੱਪੜਿਆਂ ਤੇ ਚੁੱਕੀ ਫਿਰਦੀ ਹੋ। ਅੱਛਾ ਮੈਡਮ ਆ ਵੀ ਕੋਈ ਨਾਰਾਜ਼ ਹੋਣ ਵਾਲੀ ਗੱਲ ਹੈ? ਹੈ ਅਸੀਂ ਤਾਂ ਕੰਪਲੀਮੈਂਟ ਜਿਹਾ ਦਿੱਤਾ ਸੀਗਾ। ਇੰਨੀ ਕੋ ਸੈਂਸ ਆਫ ਹਿਊਮਰ ਹੋਣੀ ਚਾਹੀਦੀ ਹੋਣਾ ਚੇ। ਡੋਂਟ ਫਾਈਟ ਯਾਰ ਲੜੋ ਨਾ ਹਾਂ ਮੈਂ ਸਾਰਾ ਮਸਲਾ ਸਮਝ ਗਿਆ। ਦਰਅਸਲ ਕੁੱਲੂ ਦੇ ਖੂਬਸੂਰਤ ਮੌਸਮ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਲੜਾਈ ਜਾਰੀ ਰਹੇਗੀ ਪਰ ਫਰਕ ਸਿਰਫ ਇਹਨਾਂ ਕਿ ਇਹ ਲੜਾਈ ਹੋਏਗੀ ਬੋਲੀਆਂ ਪਾ ਕੇ ਠੀਕ ਹੈ ਕੁੜੀਆਂ ਇੱਕ ਪਾਸੇ ਮੁੰਡੇ ਇੱਕ ਪਾਸੇ ਠੀਕ ਹੈ। ਹਰਮਨ ਕਰੋ ਵੀ ਬੋਲੀ ਸ਼ੁਰੂ।
डोंट वरी मैडम कुछ नहीं कहते हैं इसकी गारंटी मैं लेना क्यों जी चलो हो गए शुरू देख दे की हो चलो ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇਵਾ ਕਿੰਨਾ ਹਾਣ ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇਵਾ ਕਿੰਨਾ ਹਾਣ ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇਵਾ ਕਿੰਨਾ ਨਾਲੇ ਰਹਿੰਦਾ ਹੱਸਦਾ ਤੇ ਨਾਲੇ ਰਹਿੰਦਾ ਸੰਗਦਾ ਨਾਲੇ ਮੈਥੋਂ ਮੇਰਾ ਦਿਲ ਮੰਗਦਾ ਹਾਣ ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇ ਮੁੰਡੇ ਨੇ ਮੈਂ ਤੋਂ ਦਿਲ ਮੰਗਿਆ ਦੇਵਾ ਕਿੰਨਾ ਉਹ ਦਿਲ ਦੇ ਕੇ ਕਿਸੇ ਦਾ ਦਿਲ ਲੈਣਾ ਉਹ ਦਿਲ ਦੇ ਕੇ ਕਿਸੇ ਦਾ ਦਿਲ ਲੈਣਾ ਨੀ ਸੌਦਾ ਇੱਕੋ ਜਿਹਾ ਤੈਨੂੰ ਮਹਿੰਗਾ ਜ਼ਰਾ ਨਾ ਪੈਣਾ ਤੈਨੂੰ ਮਹਿੰਗਾ ਜ਼ਰਾ ਨਾ ਪੈਣਾ ਨੀ ਸੌਦਾ ਇੱਕੋ ਜਿਹਾ ਉਹ ਦਿਲ ਦੇ ਕੇ ਕਿਸੇ ਦਾ ਦਿਲ ਲੈਣਾ ਨੀ ਸੌਦਾ ਇੱਕੋ ਜਿਹਾ ਬੜੇ ਔਖੇ ਮਾਮਲੇ ਦਿਲ ਦੇ ਦਿਲ ਮੰਗਿਆ ਕਦੇ ਨਾ ਮਿਲਦੇ ਹੋ ਦਿਲ ਮੰਗਿਆ ਕਦੇ ਨਾ ਮਿਲਦੇ ਵੇ ਮੁੰਡਿਆ ਹਾਰਦਿਆ ਬੜੇ ਮਹਿੰਗੇ ਨੇ ਸੱਚ ਦਿਲ ਦੇ ਵੇ ਮੁੰਡਿਆ ਹਾਰਦਿਆ ਪਿਆਰ ਕਰੋਗੇ ਕੁੜੀਆਂ ਹਾਣ ਦੀਆਂ ਇਹ ਕੁੜੀਆਂ ਹਾਣ ਦੀਆਂ ਇਹ ਕੁੜੀਆਂ ਹਾਣ ਦੀਆਂ ਇਹ ਕੁੜੀਆਂ ਹਾਣ ਦੀਆਂ ਤੇ ਉਤੋਂ ਉਤੋਂ ਭੋਲੀਆਂ ਨੇ ਤੇ ਤੋਂ ਤਾਂ ਭੋਲੀਆਂ ਨੇ ਵਿੱਚੋਂ ਸਭ ਕੁਛ ਜਾਣਦੀਆਂ ਕੁੜੀਆਂ ਖਾਣਦੀਆਂ ਕੁੜੀਆਂ ਖਾਣਦੀਆਂ ਸੁਣੋ ਮੁੰਡੇ ਉਵੇਂ ਹਾਰ ਦਿਓ ਸੁਣੋ ਮੁੰਡੇ ਉਵੇਂ ਹਾਰ ਦਿਓ ਸਾਰਾ ਦਿਨ ਕੁੜੀਆਂ ਪਿੱਛੇ ਸਾਰਾ ਦਿਨ ਕੁੜੀਆਂ ਪਿੱਛੇ ਕਿਉਂ ਘੱਟਾ ਜਾਣਦੇ ਹੋ ਸੁਣੋ ਮੁੰਡੇ ਉਵੇਂ ਹਾਰ ਦਿਓ ਤੇਰੀ ਮੇਰੀ ਤੇਰੀ ਮੇਰੀ ਤੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਗੱਲ ਬਣ ਜਾਓ ਤੇਰੀ ਮੇਰੀ ਗੱਲ ਬਣ ਜਾਓ ਅੱਜ ਮੈਨੂੰ ਸੁਪਨਾ ਰਾਤ ਨੂੰ ਹੋਣਾ ਨੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਗੱਲ ਬਣ ਜਾਓ ਉਹ ਤੇਰੀ ਮੇਰੀ ਅੱਖ ਨਾ ਮਿਲੇ ਤੇਰੀ ਮੇਰੀ ਅੱਖ ਨਾ ਮਿਲੇ ਦਿਲ ਕਿਵੇਂ ਮਿਲੋ ਬਈ ਮਾਨਾ ਵੇ ਦਿਲ ਕਿਵੇਂ ਮਿਲੋ ਬਈ ਮਾਨਾ ਤੇਰੀ ਮੇਰੀ ਅੱਖ ਸਾਡੀ ਕਿਤੇ ਗੱਲ ਨਾ ਬਣੀ ਹਾਏ ਸਾਡੀ ਕਿਤੇ ਗੱਲ ਨਾ ਬਣੀ ਅਸੀਂ ਰਹਿ ਗਏ ਤਰਾਇਆ ਕਰਦੇ ਹਾਏ ਰਹਿ ਗਏ ਤਰਾਇਆ ਕਰਦੇ ਹਾਏ ਸਾਡੀ ਕਿਤੇ ਗੱਲ ਨਾ ਬਣੀ ਸਾਡੀ ਕਿਤੇ ਗੱਲ ਨਾ ਬਣੀ ਤੇਰੀ ਕੋਈ 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 ਗੱਲ ਨਾ ਬਣੀ ਤੇਰੇ ਨਾਲ ਦੇ ਬੜੇ ਪਟਵਾਰੀ ਤੇਰੇ ਨਾਲ ਦੇ ਬੜੇ ਪਟਵਾਰੀ ਤੇਰੀ ਕੋਈ ਗੱਲ ਨਾ ਬਣੀ ਤੇਰੀ ਕੋਈ ਗੱਲ ਨਾ ਬਣੀ ਸੁਣੋ ਵੇ ਮੁੰਡਿਓ ਬੋਲੋ ਬੀਬੀਓ ਸੁਣ ਲੋ ਕਾਕਿਓ ਹਾਰੀ ਬੀਬੀਓ ਹੋ ਸਾਹਮਣੇ ਖੜ ਕੇ ਪਾਓ ਬੋਲੀਆਂ ਹੋ ਮੈਂ ਕਿਆ ਗੱਲ ਤਾਂ ਬਣੂ ਜੇ ਮੁੰਡਿਓ ਵੀ ਤੁਹਾਡਾ ਵਿਆਹ ਨਹੀਂ ਜੇ ਹੁੰਦਾ
तड़के उठ के नाया करो वे आके कुड़िया दे बेरी हद लाया करो वे आके कुड़िया दे बेरी हद लाया करो जे कुड़ियों नी किते मुंडे ना हुंदे जे कुड़ियों नी किते मुंडे ना हुंदे किदे नाल ब्याह करवांदियां तुसी नी एवें किकरा तो कुकियां उड़ांदियां तुसी एवें किकरा तो कुकियां उड़ांदियां तुसी जी मुंडिया वे तैनू पढ़ना नी आंदा जी मुंडिया वे तैनू पढ़ना नी आंदा मेरे कोल ट्यूशन रख मुंडिया मेरे कोल ट्यूशन रख मुंडिया वे माफी मंग ले कन्ना नू ला ले हाथ मुंडिया वे माफी मंग ले कन्ना नू ला ले जवानी कदे साड़ी वाल मैं कुवी गिला रिया करो निगा मेर दी कदे ना कदे मारिया करो निगा मेर दी कदे ना कदे मारिया करो निगा मेर दी कदे ना कदे मारिया करो की हो गया छड़ गए सारे कल्ली रह गई यूनिवर्सिटी च किवें उपरे उपरे फिरदे सी सारे इत्थे आके पता नहीं की हो गया इन्हां नूं एक दूजे च इन्ने मस्त ने कि मैनूं वेख्या तक नहीं जिवें फुल्लां नूं खिड़न लई खास मौसम की लोड़ हुंदी है उवें प्यार नूं भी एक खास मौसम का इंतजार हुंदा है इंज इकट्ठे तुरन फिरन नूं तू प्यार कहना चलो प्यार की शुरुआत ही सही वैसे प्यार भी कमाल की चीज है पता ही नहीं लगता कदों हो जाता है तो जो हो जाता है फिर सारा कुछ सोहना सोहना लगन लग जाता है ये तो कोई उसे तो पूछे जिन्हों प्यार हो गया हुए हम तो मैंने पूछ के देख जिंदगी कितनी हसीन है कोई देखेगा तो कहेगा चलना हो गया तेरा जी नहीं करता तेनू भी कोई चली आके होना देख मेरा जी किता कि मैं किसी झली लिए एक गिफ्ट लेके आवां शायद इसे बहाने हो इस झले नूं याद करन लग पए जी मैडम जी की खाओगे गोलगप्पे खावांगे जी केड़े केड़े खाओगे मीठा खाओगे तीखा खाओगे जीरे वाला खाओगे मैं सारे ही खावांगी लो जी प्लेट लो जी बल्ले 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 स्वाद करता मिनी जी आज सवेरे सवेरे गोलगप्पे ना तेनू सवेरे सवेरे होर कोई काम नहीं तू फिर मेरे पीछे आ गया सरदार जी तुसी भी खा लो गोलगप्पे ओ यार खा तो लगे पर हुण मैं तां सारे आमलेट ते खलो के गोलगप्पे खांदा चंगा थोड़ा लगता ना चंगे नू की है जे मैं खड़ी होके इत्थे खा सकदी हां ते तू क्यों नहीं खा सकदा सदके जावां भी नहीं है जिते प्यार ना तू कहन डई है गोलगप्पे की मैं ते जहर खा जावां गोलगप्पे ते फेर करा रहे हुंदे ने तू एक बार कह सही जे मैं सारी रेड़ी ना खा जावां ते गल करी फिर ढिड भावे मेरा एदे वर्ग हो जाए देख लै वृक्षा तमें नहीं गोलगप्पे तैनू भी मेरे नाल ही खाने पैणगे हां 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 जरूर खावांगे ऐ होई ना गल लियाओ सरदार जी हो शुरू फिर ओ गल सुनो गल सुन ले खा जा खा खाओ
No, this is very wrong. शर्त मुताबिक गोल गप्पा मैं खाना अपने हाथों नाल नहीं नहीं मैं आपे ना खाना पड़ेगा डोंट वरी किसने नहीं देखा फौजी मुछनु मरोड़ा देवे हो फौजी मुछनु मरोड़ा देवे बैरियां दे छके छुट गए जगिया ओ जगिया तेरी मुछनु मरोड़ा बड़ा कर्नल साहब जेकर मुछा तो वेले हो गए हो तो मैं कुछ अपनी अर्ज गुजारा माय डियर गुजराती वाइफ पंजाबियां कुल मुछा दे अलावा और है ही की मुछा साड़ियां पहचान ने पंजाबियां दी शान है खड़ियां की नहीं खड़ियां ठीक है ठीक है गीता रानी थोड़ा प्यार नाल गुजराती स्टाइल चे खड़ियां के नहीं खड़ियां सरस छे बस आए मार सुटिया नी फौजी मुछ नु मरोड़ा देवे बैरियां दे छके छुट गए जगिया ओ तेरी मुछ नु मरोड़ा बड़ा फबिया हे जलाराम बापा इधर मेरी जान निकल रही है इना नु गाने सूझ रहे हैं कोई होर फिकर है या नहीं ओ फिकर किस गल दी यार साडी मुछ खड़ी है बॉर्डर ते कोई खंग भी नहीं सकदा मैं बॉर्डर दी बात नहीं कर रही अपनी बेटी बारे कह रही हां बेटी की होया बेटी नु दो दिन हो गए यूनिवर्सिटी ट्रिप पे गई मैं फोन कर रही हूं कोई चक नहीं रहा मने तो बहुत डर लगी रहो छे ओए माय डियर ब्यूटीफुल गुजराती वाइफ तू 25 सालां तो मेरे नाल पंजाब च रह रही है ए 25 सालां च तू पंजाबियां वांग सरसों दा साग बनाना सीख गई है पंजाबियां वांग प्यार करना सीख गई है होर ते होर पंजाबियां वांग लड़ना भी सीख गई है पर डरदी तू आज भी गुजरातियां वांग हैगी मेरी मुछां दा कुछ ते ख्याल रख फेर मुछां बेटी दा फिक्र है या नहीं कोई खबर तक नहीं कोई खबर नहीं मतलब नो न्यूज़ इज गुड न्यूज़ यार मां पापा भी आ लो जी आ गई गुड न्यूज़ साडी पापा ओ आ गए शुक्रिया जलाराम बापा मेरी बेटी वापस आ गई हाउ वाज योर ट्रिप पुत्र इट वाज ग्रेट बहुत मजा आया ए मोबाइल फोन क्यों बंद था मैं जान मुझ के ही बंद रखिया नहीं तो मैंने हर आधे घंटे बाद फोन करना सी हरमन बाहर का फूड ना खाई हरमन मिनरल वाटर ही पीना और गर्म कपड़े पाके ही बाहर जाना मैं कोई रोटी धोनी ओए तू ट्रिप च एंजॉय कर रही सी आते दी जान निकली जा रही सी तुम्हें क्या तुसी ता मुछा मरोड़ मरोड़ के गा ही रही सी ना ओए मेरी मुछा बारे फजूल दी गल करन दी लोड़ नहीं है ओ नो मामा मैं ता अपने पापा नु मुछों तो बिना सोच ही नहीं सकती ठीक है तू बैठ तेरे वास्ते चाय और गर्मा गर्म पकौड़े बना के लाती हूं एक मिनट जी पंजाबी पकौड़े बनाना और ढोकले वर्गे गुजराती पकौड़े नहीं बक बक जे आई एम सॉरी मेरा मतलब सॉरी खबरदार जो मेरे ढोकले के बारे में कुछ कहा नहीं तो मैं मुछा ते शुरू हो जावांगी पापा तुसी मामा नु सताया ना करो ओए पुत्र एनु सताना नहीं कहंदे ए जिंदगी दा रस इस तरह दी शरारतां नाल जिंदगी दा करारापन जड़ा है ना वो बरकरार रहंदा हुण तू आ गई है ते घर दी रौनक भी वापस आ गई है जदों मैं बाहर जानी आ फिर तू बाहर जांदी है ते घर दी रौनक मिलना दूर चली जांदी है जिंदगी फिक्की बेस्वाद ते बकबकी जई हो जांदी है गुजराती ढोकले वर्गी एग्जैक्टली गुजराती ढोकले वर्गी ए गल तू मानू भी दस दे अपने पापा तुसी फिर शुरू हो गए ओए मैनू शुरू तो याद आया कि मैं एक पोएम लिखी है मुछा ते जरा सुन फौजी मुछा नु मरोड़ा देवे ते बैरियां दे छके छुट गए जगिया जगिया ओ किथे गई ओए साहब ओए तू पीछे चली गई वेरी गुड पुत्र ਜਦੋਂ ਦੀਆਂ ਲਾਈਆਂ ਅੱਖੀਆਂ ਉਹ ਬਾਈ ਜੀ ਅਜੇ ਤਾਂ ਸੂਰਜ ਵੀ ਨਹੀਂ ਚੜਿਆ ਜੀ ਬਾਹਰ ਤੜਕੇ ਤਿਆਰ ਹੋਏ ਫਿਰਦੇ ਹੋ ਉਹ ਵੀ ਸੱਜ ਧੱਜ ਕੇ ਉਹ ਮੈਂ ਤਾਂ ਕਦੋਂ ਦਾ ਤਿਆਰ ਹੋਈ ਬੈਠਾ ਤੇ ਅਜੇ ਕਾਲੀ ਨਾਗਣੀ ਦੇ ਬਿਨਾਂ ਹੀ ਉਹ ਹੁਣ ਤਾਂ ਕਾਲੀ ਨਾਗਣੀ ਤੋਂ ਬਿਨਾਂ ਚਿੱਤ ਖਿੜਿਆ ਖਿੜਿਆ ਰਹਿੰਦਾ ਹੈ ਅੱਛਾ ਜੀ ਇਹ ਚਮਤਕਾਰ ਕਿਹੜੀ ਨਾਗਣੀ ਦਾ ਭਾਜੀ ਹੈ ਓਏ ਤੂੰ ਨਹੀਂ ਸਮਝੇਗਾ ਅੱਛਾ ਬਹੁਤ ਵਧੀਆ ਸੁਣਾਉਂਦਾ ਜੀ ਮੈਨੂੰ ਨਹੀਂ ਲੱਗਦਾ ਚਾਹ ਪੀਣਗੇ ਬਾਈ ਜੀ ਇਹ ਕਿਹੜੀ ਪੁੱਠੀ ਆਵਾਜ਼ ਚੱਲ ਪਈ ਪਹਿਲਾਂ ਤਾਂ ਸਾਰੇ ਸੌਂ ਕੇ ਨਹੀਂ ਸੀ ਉੱਠਦੇ ਤੇ ਹੁਣ ਸਾਰੇ ਤਿਆਰ ਹੋ ਕੇ ਬੈਠੇ ਨੇ ਹੈ ਜੀ ਉਹ ਬਾਈ ਜੀ ਮੈਨੂੰ ਤਾਂ ਲੱਗਦਾ ਤੁਸੀਂ ਵੀ ਤਿਆਰ ਹੋਏ ਹੋ ਕਿਤੇ ਚੱਲਣ ਨੂੰ ਬਾਈ ਕਹਿੰਦੇ ਆ ਜਦੋਂ ਪਿਆਰ ਹੋ ਜਾਂਦਾ ਨਾ ਫਿਰ ਨਾ ਨੀਂਦ ਨਾ ਚੈਨ ਬਾਈ ਜੀ ਤੁਹਾਨੂੰ ਵੀ ਹੁਣ ਤੈਨੂੰ ਕੀ ਦੱਸੀਏ ਕਹਿੰਦੇ ਆ ਤੂੰ ਨਹੀਂ ਸਮਝੇਂਗਾ ਬਾਈ ਜੀ ਗੱਲ ਦੱਸੋ
ਇਹ ਪਿਆਰ ਸਿਰਫ ਪੜ੍ਹਿਆ ਲਿਖਿਆ ਨਹੀਂ ਹੋ ਸਕਦਾ, ਸਾਨੂੰ ਗਰੀਬਾਂ ਨੂੰ ਨਹੀਂ ਹੋ ਸਕਦਾ। ਭਾੜੀ ਡੂੰਗੀ ਸਟਕਾਈ ਲੱਗਦੀ ਹੈ ਤੈਨੂੰ? ਨਹੀਂ ਨਹੀਂ ਬਾਈ ਜੀ, ਮੇਰੀ ਤਾਂ ਬਹੁਤ ਛੋਟੀ ਜਿਹੀ ਕਹਾਣੀ ਹੈ। ਕੀ? ਮੈਂ ਜਿਹਨੂੰ ਚਾਹੁੰਦਾ ਸੀ ਉਹਦਾ ਪਿਓ ਹੀ ਨਹੀਂ ਮੰਨਿਆ, ਫਿਰ ਹੀ ਪਿੰਡ ਛੱਡ ਦਿੱਤਾ। ਪਰ ਇੱਕ ਗੱਲ ਦੱਸਾਂ ਬਾਈ ਜੀ, ਜਦੋਂ ਕਿਸੇ ਨਾਲ ਪਿਆਰ ਹੋ ਜਾਏ ਨਾ, ਫਿਰ ਦੁਨੀਆ ਸਵਰਗ ਵਰਗੀ ਲੱਗਦੀ ਹੈ। ਤੇ ਜੇ ਕਿਤੇ ਸਿਰੇ ਨਾ ਚੜ੍ਹੇ, ਬਸ ਫਿਰ ਤਾਂ ਉਹੀ ਜਾਣਦਾ ਜਿਹਦੇ ਨਾਲ ਹੁੰਦੀ ਹੈ। ਹੋਰੂ ਲੈ ਗਿਆ ਦਿਲਾਂ ਦਾ ਜਾਨੀ, ਤੇ ਹੱਡ ਸਾਨੂੰ ਚੁੱਕਣਾ ਪਿਆ ਜਿੰਦੇ ਮੇਰੀਏ, ਹੱਡ ਸਾਨੂੰ ਚੁੱਕਣਾ ਪਿਆ ਜਿੰਦੇ ਮੇਰੀਏ। ਰੱਖੀ ਹਾਲ ਹੈ ਪੰਮੀ ਭਾਈ? ਬਾ ਅੱਜ ਕੱਲ੍ਹ ਤੜਕੇ ਤੜਕੇ ਉੱਠ ਲਿਆ ਹੈ, ਦੇਖਾ ਕਾਲੀ ਨਗਨੀ ਛੱਡਦੀ। ਯਾਰ ਗੱਲ ਤਾਂ ਤੇਰੀ ਠੀਕ ਹੈ, ਆ ਜਦੋਂ ਤਾਂ ਮਨਾਲੀ ਤੋਂ ਆਇਆ ਸਾਲਾ ਜੀ ਨਹੀਂ ਕਰਦਾ। ਓਏ ਜਦੋਂ ਇਸ਼ਕ ਦਾ ਨਸ਼ਾ ਚੜ੍ਹ ਜਾਏ ਨਾ, ਕਿਸੇ ਹੋਰ ਨਸ਼ੇ ਦੀ ਲੋੜ ਨਹੀਂ ਰਹਿੰਦੀ, ਇਹਦੀ ਵੀ ਅੱਜ ਕੱਲ੍ਹ ਨਜ਼ਰ ਮਿਲ ਗਈ ਕਿਸੇ ਨਾਲ। ਅੱਛਾ ਬਾਈ, ਨਜ਼ਰ ਮਿਲ ਗਈ ਤਾਂ ਫਿਰ ਕਰ ਲਏ ਗੱਲ। ਉਹ ਗੱਲ ਕਰਨੀ ਕਿਤੇ ਸੌਖੀ ਪਈ ਹੈ, ਸਾਲੀ ਜਵਾਨ ਜਾਮ ਹੋ ਜਾਂਦੀ ਹੈ। ਜਵਾਨੀ ਨਹੀਂ ਨਾ, ਤੂੰ ਕਰਕੇ ਦਿਖਾ ਦੇ। ਉਹ ਗੱਲ ਕੀ ਬਾਤ ਹੈ, ਅਸੀਂ ਤਾਂ ਹੱਥ ਫੜ ਲੈਂਦੇ ਹਾਂ। ਅੱਛਾ ਲੈ ਆਉਂਦੀ ਆ, ਫਿਰ ਫੜ ਲਿਆ ਹੱਥ। ਵੇਖੀ ਤਾਂ ਸੀ ਕਿਵੇਂ ਉਡੀਕਾਂ ਲਾਈ ਬੈਠੇ ਨੇ। ਹਾਂ ਮੈਂ ਤਾਂ ਅੱਜ ਜਾਵਾਂਗੀ ਲੈ ਕੇ। ਹੈਲੋ ਸੁੱਖੀ, ਅੱਜ ਜਿਹੜੇ ਤੂੰ ਨੋਟਸ ਕਿਹਾ ਸੀ ਨਾ, ਉਹ ਮੈਂ ਤਿਆਰ ਕਰ ਦਿੱਤੇ ਆ। ਥੈਂਕਸ ਹਰਿੰਦਰ। ਨਾ ਕੀ ਹੋਇਆ? ਰੈਕਰੰਟ ਲੱਗ ਗਿਆ। ਨਾ ਸਾਲਿਆ, ਮੈਨੂੰ ਤਾਂ ਬੜੀਆਂ ਮੱਤਾਂ ਦਿੰਦਾ ਸੀ, ਫੜ ਹੁਣ ਹੱਥ। ਪੰਮੀ ਭਾਈ ਮੇਰਾ ਖਿਆਲ ਰੱਖਿਓ, ਬਾਈ ਮਨ ਨਹੀਂ ਚੋਰੀ ਤਾਂ ਬਾਰਡਰ ਲੱਗ ਗਿਆ ਹੈ। ਆ ਗਈ ਹੁਣ ਸਮਝ? ਕਤੀ ਆ ਗਈ ਬਾਈ, ਤਾਂ ਸੇ ਬੱਤੀ ਕੜਕ ਹੈ। ਚੱਲ ਮੈਨੂੰ ਸਿਰਫ ਇੱਕ ਫੁੱਲ ਦਾ ਨਾਂ ਯਾਦ ਹੈ। ਕਿਹੜਾ? Hello. Excuse me. Jaldi bhejo. Theek hai ji. Hi. Hello ji. Very well. Kya haal hai chore? Wah bhai wah, kya baat hai, kya baat hai. ਹੁਣ ਲੱਗਦਾ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਲਾਸ ਲੱਗੀ ਹੈ। ਹੈਂ, ਪਹਿਲਾਂ ਤਾਂ ਹੋਰ ਹੀ ਕੁਛ ਲੱਗਦਾ ਹੁੰਦਾ ਸੀ, ਮੁੰਡੇ ਅੱਡ ਬੈਠੇ ਆ, ਕੁੜੀਆਂ ਅੱਡ ਬੈਠੀਆਂ, ਉਹ ਲੱਗਦਾ ਸੀ ਜਦੋਂ ਕਲਾਸ ਨਹੀਂ ਲੱਗੀ ਕੁਛ ਸਤਸੰਗ ਸੁਣਨ ਆਏ ਹੋਣ। ਇਹ ਦਰਅਸਲ ਸਾਰਾ ਕੁੱਲੂ ਜਾਣ ਦਾ ਅਸਰ ਹੋਇਆ, ਨਾ ਆਪਾਂ ਕੁੱਲੂ ਜਾਂਦੇ ਤੇ ਨਾ ਇਹ ਸਭ ਹੁੰਦਾ। ਹੈਂ, ਉਹ ਚੁੱਪ ਕਰਕੇ ਬਹਿ ਜਾ ਹੁਣ, ਐਵੇਂ ਲੈਕਚਰ ਝਾੜਨ ਲੱਗ ਪਿਆ। ਉਹ ਗੱਲ ਸੁਣੋ ਬਠਿੰਡੇ ਵਾਲਿਆ, ਤੂੰ ਇਹ ਗੱਲਾਂ ਨਹੀਂ ਸਮਝ ਸਕਦਾ, ਦਰਅਸਲ ਇਹਦੇ ਵਿੱਚ ਵੀ ਇੱਕ ਰਾਜ਼। Good morning. Good morning. ਲੈ ਵੀ ਮੈਨੀ, ਹੁਣ ਆਈ ਗਈ ਹੈ ਤਾਂ ਸਾਂਭ ਫਿਰ ਆਪਣੀ ਕਲਾਸ, ਸਾਡੀ ਜ਼ਿੰਮੇਵਾਰੀ ਖਤਮ। ਨਹੀਂ, ਮੇਰੇ ਖਿਆਲ ਨਾਲ ਤਾਂ ਅੱਜ ਤੁਸੀਂ ਪੜ੍ਹਾ ਲਓ। ਪੜ੍ਹਾਉਣ ਵਾਲਾ ਕਾ ਮੌਕਾ ਬਈ, ਅਸੀਂ ਤਾਂ ਸਾਰੀ ਜ਼ਿੰਦਗੀ ਪੜ੍ਹਨ ਵਾਲਿਆਂ ਜੋਈਆਂ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਕੁੱਲੂ ਵਿੱਚ ਜਿਹੜੇ ਤੁਸੀਂ ਫੁੱਲ ਦੇਖੇ ਸਨ, ਉਹਨਾਂ ਦੀ ਡਿਟੇਲ ਰਿਪੋਰਟ ਤਿਆਰ ਹੈ ਵੀ ਜਾਂ ਨਹੀਂ? ਜੇ ਕੋਈ ਹੈਲਪ ਚਾਹੀਦੀ ਹੈ ਤਾਂ ਮੇਰੇ ਕੋਲੋਂ ਲੈ ਸਕਦੇ ਹੋ। ਨਾਲੇ ਹੁਣ ਤੁਸੀਂ ਇਹ ਦੱਸੋ ਕਿ ਕੁੱਲੂ ਵਿੱਚ ਤੁਹਾਨੂੰ ਹੋਰ ਕੀ ਚੰਗਾ ਲੱਗਿਆ? ਬਾਕੀ ਦਾ ਤਾਂ ਪਤਾ ਨਹੀਂ ਮੈਡਮ ਜੀ, ਪਰ ਗੋਲ ਗੱਪੇ ਬੜੀ ਸਵਾਦ ਸੀ। ਹੁਣ ਖੜਾ ਖੜਾ ਕੀ ਕਰਦਾ, ਜਾ ਕੇ ਆਪਣੀ ਜਗ੍ਹਾ ਤੇ ਬਹਿ ਜਾ। ਹਾਂਜੀ, ਬਸ ਬੈਠਣੀ ਲੱਗੇ ਸੀ ਜੀ। ਸੋਰੀ।
ਬਈਏ ਯੂਨੀਵਰਸਿਟੀ ਦੇ ਸਮੋਸੇ ਤੇ ਹੋਸਟਲ ਦੇ ਰਾਜਮਾ ਚੌਲ ਜਿਹਦੇ ਮੂੰਹ ਨੂੰ ਇਕੜੀ ਲੱਗ ਗਏ ਨਾ ਉਹ ਫਿਰ ਸਾਰੀ ਜ਼ਿੰਦਗੀ ਯੂਨੀਵਰਸਿਟੀ ਦੀ ਲਾਈਫ ਨਹੀਂ ਭੁੱਲਦਾ। ਓਏ ਤੇਥੋਂ ਦੀਆਂ ਸੋਹਣੀਆਂ ਕੁੜੀਆਂ ਇਹਨਾਂ ਨੂੰ ਕੋਈ ਭੁੱਲ ਸਕਦਾ? ਉਹ ਜੇ ਯੂਨੀਵਰਸਿਟੀ 'ਚ ਕੁੜੀਆਂ ਨਾ ਹੋਣਾ ਤਾਂ ਇਹ ਵਿਆਹ ਵਾਹਨ ਜੰਗਲ ਲੱਗੇ। ਉਹ ਰੰਗੀਲਾ ਬਾਈ ਐਵੇਂ ਤਾਂ ਨਹੀਂ ਇੰਨੇ ਸਾਲਾਂ ਤੋਂ ਇੱਥੇ ਬੈਠਾ, ਨਿਕਲਣ ਦਾ ਨਾਂ ਨਹੀਂ ਲੈਂਦਾ। ਬਈ ਆਪਾਂ ਤਾਂ ਆਪਣੀ ਵਸੀਅਤ ਦੇ ਵਿੱਚ ਵੀ ਲਿਖ ਕੇ ਜਾਣਾ ਭਾਈ ਜਿੱਦਣ ਮੈਂ ਮਰ ਗਿਆ ਨਾ ਮੇਰੀ ਸਮਾਧੀ ਵੀ ਇੱਥੇ ਯੂਨੀਵਰਸਿਟੀ 'ਚ ਬਣਾ ਦਿਓ। ਉਹ ਪਤਿੰਦਰਾ ਭੂਤ ਬਣ ਕੇ ਮੁੰਡਿਆਂ ਨੂੰ ਡਰਾ ਕਰਾ ਕੇ ਪਰ ਆ ਮਾਰ ਭੂਤ ਬਣ ਕੇ ਵੀ ਮੁੰਡਿਆਂ ਨੂੰ ਚੰਬੜੀ ਜਾਣਾ ਹੈ? ਪਾਗਲਾ, ਸੋਹਣੀਆਂ ਸੋਹਣੀਆਂ ਕੁੜੀਆਂ ਇੱਥੇ ਉਹਨਾਂ ਨੂੰ ਚੰਬੜਿਆ ਕਰਾਂਗੇ? ਕਿਉਂ ਏ, ਸਾਡੇ ਵਾਲੀਆਂ ਤੇ ਅੱਖ ਰੱਖਦਾ ਸ਼ਰਮ ਨਹੀਂ ਆਉਂਦੀ? ਤੁਹਾਡੇ ਵਾਲੀਆਂ ਨੂੰ ਸਿਰਫ ਵੇਖ ਲਿਆ ਕਰਾਂਗੇ, ਚੰਬੜਨਾ ਤਾਂ ਆਪਾਂ ਇੱਕੋ ਨਹੀਂ ਹੈ। ਕਿੰਨਾ ਅਜੀਬ ਜਿਹਾ ਕੰਟਰਾਸਟ ਹੈ, ਤੂੰ ਸਲੀਵਲੈਸ ਪਾਇਆ ਹੈ ਮੈਨੂੰ ਇਹ ਬੜਾ ਮਜ਼ਾ। ਡਾਲੀ ਫਿਰ ਤੂੰ ਪਹੁੰਚ ਰਹੀ ਹੈ ਨਾ ਮਿਊਜ਼ਿਕ ਸ਼ਾਪ ਤੇ? ਜ਼ਰੂਰ ਯਾਦ ਨਾਲ ਪਹੁੰਚ ਜਾਈ ਪੂਰੇ 6 ਵਜੇ। ਕਿੰਨੇ ਵਜੇ ਤੱਕ ਕਹਿ ਗਈਆਂ ਭਲਾ? 6 ਵਜੇ। ਦੇਖਿਆ ਅਰਮਨ ਕਿਵੇਂ ਸਾਰੇ ਰੋਮੇ ਆਏ ਖੜੇ ਨੇ? ਆ ਗਈ ਮੈਂ ਕਿਹਾ ਹੈਲੋ ਜੀ। ਹੈਲੋ, ਹਾਏ ਹਾਏ ਪੰਮੀ ਬਾਈ ਗੱਲ ਬਣ ਗਈ। ਲਗਾ ਕਰੰਟ ਲੱਗ ਗਿਆ ਹੈ। ਲੈ ਮੈਂ ਤੈਨੂੰ ਕੀ ਕਿਹਾ, ਹੁਣ ਤੈਨੂੰ ਕਰੰਟ ਲੱਗ ਗਿਆ ਹੈ ਤੇ ਮੈਂ ਕੀ ਕਰਾਂ? ਅਰੇ ਕੁਛ ਤਾਂ ਖਿਆਲ ਕਰ, ਮੇਰੇ ਤਾਊ ਨੇ ਦੇਖ ਲਿਆ ਤਾਂ। ਤੂੰ ਤੇ ਐਵੇਂ ਡਰਦਾ ਹੈ, ਤੇਰਾ ਤਾਊ ਤੋਂ ਗਾਉਂ ਮੇ ਹੈ, ਇੱਥੇ ਨਹੀਂ ਆਵੇਗਾ। ਅਰੇ ਤੂੰ ਨਾ ਜਾਣਾ, ਮੇਰਾ ਤਾਊ ਸੁਪਨੇ ਮਾਉਗਰ ਮੇਰੀ ਦੇਹ ਤੋੜ ਦੇਗਾ। ਇਹ ਤੇ ਬਹੁਤ ਹੀ ਬੇਕਾਰ ਆਦਮੀ ਹੈ ਯਾਰ, ਤੇਰਾ ਕੁਛ ਨਹੀਂ ਬਣਨਾ। ਇਸ ਤੇ ਭਗਵਾਨ ਬਚਾਓ ਭਾਈ। ਮੇਰੇ ਵੱਲੋਂ ਇੱਕ ਹੋਰ ਗਿਫਟ। ਮੈਂ ਪਹਿਲਾਂ ਵੀ ਗਿਫਟ ਦਿੱਤੀ ਸੀ ਤੈਨੂੰ, ਕਿਉਂ ਜੀ ਲੱਗੀ? ਆਮ ਸੋਰੀ, ਉੱਥੇ ਮੈਂ ਦੇਖਣਾ ਭੁੱਲ ਹੀ ਗਈ, ਕੀ ਸੀ ਉਹਦੇ ਵਿੱਚ? ਕੱਲ ਪਿੰਡ ਜਾ ਰਿਹਾ। ਤੇ ਜਾ ਫਿਰ, ਮੈਨੂੰ ਦੱਸਣ ਦੀ ਕੀ ਲੋੜ ਹੈ? ਨਹੀਂ, ਮੈਂ ਸੋਚਿਆ ਕਿਤੇ ਤੂੰ ਮੈਨੂੰ ਲੱਭਦੀ ਨਾ ਫਿਰ। ਦੇਖੋ ਗੱਲ ਸੁਣੋ, ਅਗਰ ਤੁਸੀਂ ਪਰਮਿੰਦਰ ਸਿੰਘ ਧੂਮਛੜੀ ਜਿਹਾ ਹਿੰਦ ਕੇਸਰੀ ਬਣਨਾ ਤੇ ਅਜੇ ਕਸਰ ਇਹ ਥੋੜੀ ਹੋਰ ਮਿਹਨਤ ਕਰਨੀ ਪਊਗੀ, ਸਮਝੇ ਨਾ? ਚਲੋ ਆਸ਼ੀਰਵਾਦ ਲਓ। ਆ ਜਾ ਬੇਟਾ, ਆ ਜਾ ਆ ਜਾ ਆ ਜਾ। ਸ਼ਾਬਾਸ਼ ਸ਼ਾਬਾਸ਼। ਪਰਮਿੰਦਰ ਸਿੰਘ ਜੀ, ਅਗਰ ਮੇਰੇ ਪਿੰਡ ਦਾ ਇੱਕ ਹੀ ਮੁੰਡਾ ਤੁਹਾਡੇ ਜਿਹਾ ਬਣ ਗਿਆ ਨਾ ਤੇ ਮੈਂ ਸਮਝਾਂਗਾ ਕਿ ਸਾਡੇ ਪਿੰਡ ਦੀ ਜੂਨ ਸੁਧਰ ਗਈ। ਓ ਸਤਿ ਸ਼੍ਰੀ ਅਕਾਲ, ਸਾਡਾ ਸ਼ਹਿਰੀ ਆ ਗਿਆ ਜੀ। ਸਤਿ ਸ਼੍ਰੀ ਅਕਾਲ ਡੈਡੀ। ਇਹ ਜੀ ਮੇਰਾ ਜਵਾਨ, ਮੇਰਾ ਪੁੱਤ ਨਵਦੀਪ। ਓਏ ਗੱਲ ਸੁਣੋ ਮੁੰਡਿਓ, ਆਪਾਂ ਸ਼ਹਿਰੀਆਂ ਨੂੰ ਨਾ ਅਕਲ ਨਾਲ ਨਹੀਂ ਢਾ ਸਕਦੇ, ਚੰਗੀ ਸੇਧ ਹੋਏ ਨਾ ਤੇ ਜ਼ੋਰ ਨਾਲ ਥੱਲੇ ਲਾ ਸਕਦੇ ਹਾਂ। ਹਾਂ, ਔਰ ਚੰਗੀ ਸੇਧ ਜਾਂ ਤੇ ਫੌਜ 'ਚ ਮਿਲਦੀ ਹੈ ਔਰ ਜਾਂ ਫਿਰ ਪੰਜਾਬ ਦੇ ਪਿੰਡਾਂ ਵਿੱਚ। ਉਹ ਦੇਖੇ ਨਾ ਆਪਣੇ ਜਨਰਲ ਸਾਹਿਬ, ਹਾਂ ਆਰਮੀ ਚੀਫ ਜੇ ਜੇ ਸਿੰਘ, ਕਿਆ ਪਰਸਨੈਲਿਟੀ ਹੈ ਨਾ। ਚੱਲ ਜਾ ਫਿਰ, ਜਾ ਕੋਲੋ ਜਾ ਕੇ। ਓਏ ਪੁੱਛਣੇ ਲੱਗੇ ਪੰਜਾਬੀ ਆ। ਹਾਂ ਮੈਂ ਜ਼ਰਾ ਜੀ ਘਰ ਰੁਕੇ ਆ ਨਾ। ਓਏ ਜਵਾਨਾ, ਰਹਿਣ ਦਾ ਅਸਲ ਸਵਾਦ ਤਾਂ ਪਿੰਡ ਵਿੱਚ ਹੀ ਹੈ। ਸਹੀ ਗੱਲ ਹੈ, ਓਪਨ ਨੈਸ
साफ सुथरी हवा असली दूध क्यों खुला रहन सहन है बस पेड़ विच मिल सकता बिल्कुल शहरां विच तां बस रौला रप्पा ही पोल्यूटेड हवा नकली खाना पीना लड़ी है भी कोई जिंदगी है ऐसे नहीं मैं फैसला किया सी कि आर्मी तो रिटायरमेंट लेने के बाद मैं पिंड विच ही रहांगा यू अंडरस्टैंड माय पॉइंट ओए हरनेक सिंह तेनू कितनी बारी आख्या है ए कूड़ा पिंड तो बाहर सुटिया करो एक मैं भी हार मनल वाला नहीं मैं भी टारगेट बनाया कि मैं इस पिंड नू मॉडल पिंड बना देंगा चंगा फिर तेरी पढ़ाई किवें चल रही है बहुत वधिया चल रही है जी आपा गा पाए अच्छा लगदा शेर तेरा दिल लग गया दो महीने अठ दिन बाद तू पिना तू मेरा पॉइंट समझे हाँ जी हाँ जी जीती पुत्र हाँ जी ए वेख तेरे भरा नू शहर वेल मिल गई है सत श्री अकाल वीरे सत श्री अकाल सत श्री अकाल किवें जी तू हैं मैं तानू किन्नी वारी कह मेरा नाम जीती आ मेरा एमपी थ्री किथे ओ तो मैं भूल ही गया हैं की वीरे हर वारी भूल जांदे हो तुसी मैं तानू छोटा जिहा गिफ्ट चाहिए लेण वास्ते गिफ्ट भी किसी ओकेजन ते ही दे दंदा है ना बर्थडे कदों तेरा मेरा बर्थडे जदों मर्जी होवे मैनू बस हुणे एमपी थ्री चाहिए बस डैडी वेख लो वीर जी मैनू मासा प्यार नहीं करते ओए क्यों लड़दे रहने हो ओए जीती पुत्र ਜਾ ਤੇਰਾ ਵਿਆਹ ਹੋ ਗਿਆ ਨਾ ਫੇਰ ਪਤਾ ਲੱਗੂ ਤੁਹਾਨੂੰ ਦੋਨਾਂ ਨੂੰ ਇੱਕ ਦੂਜੇ ਨੂੰ ਯਾਦ ਕਰਦੇ ਰਹੋਗੇ ਚਲ ਠੀਕ ਹੈ ਅਗਲੀ ਵਾਰੀ ਲਿਆਵਾਂਗਾ ਤੇਰੇ ਅੰਕਲ ਖੁਸ਼ ਖੁਸ਼ ਓਏ ਆਪਾਂ ਤਾਂ ਹਮੇਸ਼ਾ ਹੀ ਖੁਸ਼ ਰਹਿੰਦੇ ਆ ਮੈਂ ਹੁਣੇ ਬੀਜੀ ਨੂੰ ਦੱਸ ਕੇ ਆਉਂਦੀ ਆ ਬੀਜੀ ਹਾਂ ਬੀਜੀ 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 ਭਲਾ ਬੁੱਝੋ ਕੌਣ ਆਇਆ ਕੌਣ ਆਇਆ ਵੀਰਾ ਆਇਆ ਓ ਵੇਖੋ ਬੀਜੀ ਤੇਰੀ ਪੈਣ ਬੀਜੀ ਅੱਜ ਇੰਨੇ ਦਿਨਾਂ ਬਾਅਦ ਮਾਂ ਦੀ ਯਾਦ ਆਈ ਮੈਂ ਤਾਂ ਹਮੇਸ਼ਾ ਤੁਹਾਨੂੰ ਯਾਦ ਕਰਦਾ ਤੁਹਾਡਾ ਪਤਾ ਨਹੀਂ ਮੈਂ ਤਾਂ ਸਵੇਰ ਤੋਂ ਹੀ ਤੈਨੂੰ ਯਾਦ ਕਰ ਰਹੀ ਸੀ ਕਿਉਂ ਕੋਈ ਖਾਸ ਗੱਲ ਤੇਰੇ ਲਈ ਬਹੁਤ ਚੰਗਾ ਰਿਸ਼ਤਾ ਆਇਆ ਕੁੜੀ ਦੀ ਫੋਟੋ ਵੀ ਭੇਜੀ ਹੈ ਤੈਨੂੰ ਪੁੱਛਣਾ ਸੀ ਹਾਂ ਕਰਦੇ ਹੀ ਓਏ ਇਹ ਤੋਂ ਕੀ ਪੁੱਛਣਾ ਰਿਸ਼ਤਾ ਸਾਨੂੰ ਠੀਕ ਲੱਗਾ ਤੇ ਕਰਾਂਗੇ ਕੋਈ ਸ਼ੱਕ ਇਹਦੀ ਵੀ ਤਾਂ ਸਲਾਹ ਲਵਾਂਗੇ ਸਰਦਾਰਨੀ ਜੀ ਇਹਦਾ ਕੰਮ ਹੈ ਪੜਨਾ ਰਿਸ਼ਤਾ ਕਿੱਥੇ ਕਰਨਾ ਹੈ ਉਹ ਸਾਡਾ ਕੰਮ ਹੈ ਤੁਸੀਂ ਸਾਗ ਬਣਾਉਣ ਬਾਰੇ ਸੋਚੋ ਸਾਗ ਤਾਂ ਮੈਂ ਸਵੇਰੇ ਬਣਾ ਲਿਆ ਸੀ ਮੈਨੂੰ ਪਤਾ ਜੋ ਸੀ ਮੇਰਾ ਪੁੱਤ ਆਏਗਾ ਓ ਇਹ ਤੇ ਪੰਜਾਬ ਦੀ ਅਸਲ ਖੁਰਾਕ ਹੈ ਜੱਟਾਂ ਦਾ ਚੁਣਪਰਾਸ਼ ਇਹ ਚੁਣਪਰਾਸ਼ ਪਹਿਲਾਂ ਮੁੰਡੇ ਨੂੰ ਜ਼ਰਾ ਕਾਣੀ 'ਚ ਦੁੱਧ ਕੱਢ ਕੇ ਪਿਆ ਇਹਦਾ ਹਾਜ਼ਮਾ ਜਿਹਾ ਕਾਇਮ ਹੋਏ ਮੈਂ ਗੇੜਾ ਮਾਰ ਕੇ ਆਉਣਾ ਪੰਚਾਇਤ ਦਾ ਠੀਕ ਹੈ ਜੋ ਨਾ ਵੀਰੇ ਮੈਂ ਨਾ ਹੁਣੇ ਫੋਟੋ ਲੈ ਕੇ ਆਉਣੀ ਹੈ ਉਹ ਤਾਂ ਕੱਢ ਜਾ ਰਹੇ ਨੇ ਮੈਂ ਨਹੀਂ ਦੇਖਣੀ ਕੋ ਫੋਟੋ ਕੀ ਲੋੜ ਵੀ ਹੈ ਫੋਟੋਆਂ ਦੇਖਣ ਦੀ ਜਿਹਦੇ ਘਰ ਤੇਰੇ ਵਰਗਾ ਸੋਹਣਾ ਪੁੱਤ ਹੋਵੇ ਹੁਣ ਉਹ ਰਿਸ਼ਤੇ ਤਾਂ ਆਉਣਗੇ ਹੀ ਨਾ ਵੀਰ ਜੀ ਆ ਵੇਖੋ ਫੋਟੋ ਮੈਂ ਨਹੀਂ ਦੇਖਣੀ ਦੋਨਾਂ ਅੱਖਾਂ ਨਾਲ ਨਹੀਂ ਵੇਖਣੀ ਤਾਂ ਇੱਕ ਅੱਖ ਨਾਲ ਵੇਖ ਲਓ ਮੈਂ ਕਿਹਾ ਨਾ ਮੈਂ ਨਹੀਂ ਦੇਖਣੀ ਲੈ ਗੁੱਸਾ ਕਾਤੋਂ ਹੁੰਦਾ ਨਹੀਂ ਵੇਖਣੀ ਤੇ ਨਾ ਵੇਖੋ ਸਾਡਾ ਕੀ ਜਾਂਦਾ ਹੈ ਟੰਟੜਾ ਓਏ ਆ ਕੀ ਸੜੀ ਜੀ ਦੀ ਫੋਟੋ ਲਈ ਫਿਰਦੀ ਹੈ ਸੜੀ ਜੀ ਬਾਅਦ ਚ ਇਸੇ ਸੜੀ ਜੀ ਵਾਸਤੇ ਨਾ ਮੇਰੇ ਮਿੰਤਾ ਕਰਦੇ ਫਿਰੋਗੇ ਤੁਸੀਂ ਮੈਂ ਮਿੰਤਾ ਕਰਾਂਗਾ ਤੇਰੀਆਂ ਹਾਂਜੀ ਹੈ ਇਸ ਗੱਲ ਫਹਿਮੀ ਚ ਨਾ ਰਹੀ ਅੱਛਾ ਸੋਚ ਲਓ ਫਿਰ ਕੰਮ ਤੇ ਬਾਅਦ ਚ ਤੁਹਾਡੀ ਛੋਟੀ ਭੈਣ ਨਹੀਂ ਆਉਣਾ ਹੈ ਅੱਛਾ ਜੀ ਹੁਣ ਤੂੰ ਦੇਖੀ ਜਾ ਮੈਂ ਕਰਾਂ ਨਾ ਤੇਰਾ ਵਿਆਹ ਕਿਸੇ ਕਾਲੀ ਪੀਲੀ ਜਿਹੀ ਕਾਲਾ ਪੀਲਾ ਆ ਫੜੇ ਜਰਾ ਬੀਜੀ ਕਾਲਾ ਪੀਲਾ ਕਿਆ ਮੈਂ ਜੋ ਵੀਰ ਮੈਂ ਤੇਰਾ ਵਿਆਹ ਕਰਾਂਗੀ ਕਿਸੇ ਕਾਲੀ ਪੀਲੀ ਜਾਂਦੇ ਕਿ ਬੀਜੀ ਘੜ ਜਵੇ ਤੈਨੂੰ ਕਿਆ ਮੈਂ ਦੀਪੀ ਦੇਖਿਓ ਕਿਤੇ ਸੱਟ ਨਾ ਲਵਾ ਲਿਓ ਹਾਂਜੀ ਕੀ ਸੋਚਦਾ ਰਹਿਣਾ ਤੂੰ ਮੇਰੇ ਬਾਰੇ ਮੈਨੂੰ ਹੀਰ ਬਣਾਉਣ ਦੇ ਸੁਪਨੇ ਵੇਖਦਾ ਪਰ ਇੱਕ ਗੱਲ ਦੱਸ ਤੂੰ ਆਪਣੇ ਆਪ ਨੂੰ ਸਮਝਦਾ ਕੀ ਹੈ ਮੈਂ ਪਿੰਡ ਜਾ ਰਿਹਾ ਮੈਨੂੰ ਮਿਸ ਨਾ ਕਰੀ ਇੰਨੀ ਆਕੜ ਮਾਈ ਫੁੱਟ ਮੈਂ ਤੈਨੂੰ ਮਿਸ ਕਰਾਂਗੀ ਤੂੰ ਮੇਰਾ ਲੱਗਦਾ ਕੀ ਹੈ ਉਹ ਜੰਗੀਆ ਇੰਨਾ ਕਿੰਨਾ ਰਗੜੀ ਜਾਂਦਾ ਹੈ ਰੰਗ ਲੈ ਜੂਗਾ ਇਹਦਾ ਨਵਾਂ ਨਵਾਂ ਲਿੱਤਾ ਮੈਂ ਰੰਗ ਲੈ ਜੂਗਾ ਫੜ ਬਸ ਵੀਰੇ 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 ਇੱਕ ਮਿੰਟ ਕੜ ਆ ਤਾਂ ਲੈਂਦੇ ਜਾਓ ਉਹ ਇੰਨੀਆਂ ਕਿ ਨਾਲ ਕੀ ਬਣਨਾ ਹੈ ਤਾਂ ਜਾਂਦੇ ਸਾਰ ਮੇਰੇ ਯਾਰ ਦੋਸਤਾਂ ਨੇ ਖਾ ਲੈਣੀਆਂ ਹੈ ਨਾਲੇ ਆ ਡੱਬਿਆਂ 'ਚ ਕੀ ਪਾ ਲਈ
ਚੁੱਕੀ ਫਿਰਦਾ ਚੰਗਾ ਲੱਗੂਗਾ ਮੈਂ। ਵਾਹ ਜਵਾਨਾ, ਦੋ ਨਿੱਕੇ ਨਿੱਕੇ ਜਿਹੜੇ ਡੱਬੇ ਅਗਲਾ ਸੰਗੀ ਜਾਣਾ। ਉਹ ਜਦੋਂ ਅਸੀਂ ਕਾਲਜ ਪੜ੍ਹਦੇ ਸਾਂ ਤੇ ਟਰੈਕਟਰ ਕਲਾਸਰੂਮ ਦੇ ਮੂਹਰੇ ਖੜਾ ਕਰਦੇ ਸਾਂ ਟਰਾਲੀ ਸਮੇਤ, ਲੱਗਦਾ ਸੀ ਕੋਈ ਸਰਦਾਰ ਆਇਆ। ਓਏ ਲੈ ਜਾ ਅਸਲੀ ਦੇਸੀ ਕੀੜੀਆਂ ਨੇ, ਓਏ ਪਿੰਡਾਂ 'ਚ ਹੀ ਰਹਿ ਗਈਆਂ ਨੇ, ਸ਼ਹਿਰ 'ਚ ਰਿਹਾ ਕੀ ਹੁਣ? ਉਹ ਫੋਕਾ ਪਾਣੀ, ਉਹ ਵੀ 12 ਰੁਪਏ ਦੀ ਬੋਤਲ। ਨਹੀਂ ਮੈਂ ਮੋਟਾ ਹੋ ਜਾਣਾ। ਫੜ ਲੈ, ਤੂੰ ਰੋਜ਼ ਸਵੇਰੇ 2 ਘੰਟੇ ਐਕਸਰਸਾਈਜ਼ ਨਹੀਂ ਕਰਦਾ? ਕਰਦਾ ਕਰਦਾ ਖੁੱਲਾ ਖਾ, ਓਏ ਖੁੱਲਾ ਖਾ ਤੇ ਖੁੱਲਾ ਜੀ ਦੇਖ ਆਪਣੇ ਮਾਨ। ਮੈਂ ਲੈ ਜਾ ਲੈ ਜਾ, ਇਸ ਬਹਾਨੇ ਮਾਂ ਨੂੰ ਯਾਦ ਕਰ ਲਿਆ ਕਰੇਗਾ। ਯਾਦ ਤਾਂ ਮੈਂ ਤਾਂ ਕਰਾਂਗਾ ਜੇ ਕਦੇ ਭੁੱਲਿਆ ਹੋਵਾਂਗਾ। ਤੇ ਵੀਰੇ ਮੈਨੂੰ? ਓ ਹਾਂ ਤੂੰ ਵੀ ਹੈਗੀ, ਤੈਨੂੰ ਵੀ ਯਾਦ ਰੱਖਣਾ। ਚਲ ਮੈਂ ਸੋਚਦਾ ਤੇਰੇ ਬਾਰੇ। ਚੰਗਾ ਜੀ ਮੈਂ ਨਿਕਲਦਾ। ਚੰਗਾ ਡੈਡੀ, ਹਾਂਜੀ ਚਲੋ ਚੰਗੀ। ਅੱਛਾ ਜੀ ਫੋਨ ਕਰਦਾ ਜੀ ਮੈਂ। ਚੰਗਾ ਜੀ ਬੀਜੀ, ਓਕੇ ਬਾਏ ਬਾਏ। ਨਹੀਂ ਲੈ ਕੇ ਗਿਆ ਨਾ, ਬੜਾ ਸ਼ਰੀ ਹੋ ਗਿਆ। ਲੈ ਦੇ ਦੇ ਉਹਦਾ ਪਿਓ ਖਾਏਗਾ। ਹਾਂ ਇਹ ਲੈ ਲੈ, ਮੈਂ ਨਹੀਂ ਪਰਵਾਹ ਕਰਦਾ ਕਿਸੇ। ਸਟੇਟ ਫਾਰਵਰਡ ਗੱਲ ਕਰਦੀ ਆਪਾਂ। ਗੁੱਡ ਮਾਰਨਿੰਗ ਮੈਮ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਮੈਮ, ਗੁੱਡ ਮਾਰਨਿੰਗ, ਹਾਊ ਆਰ ਯੂ? ਇਹਨਾਂ ਮੁੰਡਿਆਂ ਦਾ ਕੀ ਇਲਾਜ ਕਰਾਂ ਮੈਂ? ਬਾਈ ਗੋਡ, ਬੜੇ ਸ਼ਤਾਨ ਹੋ ਗਏ ਨੇ, ਸਾਰਾ ਦਿਨ ਬਾਂਦਰ ਜੇ ਮੈਨੂੰ ਗੋਲ ਗੱਪਿਆਂ ਦਾ ਸਵਾਦ ਪੁੱਛਦੇ ਰਹਿੰਦੇ। ਮੈਂ ਨਾ ਤੈਨੂੰ ਕਦੇ ਮਾਫ ਨਹੀਂ ਕਰਾਂਗੀ। ਗੋਲ ਗੱਪੇ ਖਵਾ ਕੇ ਮੈਨੂੰ ਪੂਰੀ ਕਲਾਸ ਦੇ ਵਿੱਚ ਬਦਨਾਮ ਕਰਕੇ ਰੱਖਦਾ ਹੈ। ਕਮ ਆਨ ਮਿੰਨੀ, ਕਮ ਆਨ, ਇਹਨਾਂ ਮੁੰਡਿਆਂ ਦੀ ਪਰਵਾਹ ਪਰੂ ਨਹੀਂ ਕਰੀਦੀ ਹੁੰਦੀ, ਇਹ ਤਾਂ ਸਾਰਾ ਦਿਨ ਕੁਝ ਨਾ ਕੁਝ ਬੋਲਦੇ ਰਹਿੰਦੇ ਆ। ਦਰਅਸਲ ਛੱਡਦੇ ਆਪਣੇ ਤੋਂ। ਪਰ ਗੱਲ ਸੁਣ, ਉਹ ਜਿਹੜਾ ਦੀਪ ਤੇਰੇ ਵੱਲ ਦੇਖ ਕੇ ਸਮਾਈਲਾਂ ਮਾਰਦਾ ਰਹਿੰਦਾ ਨਾ, ਉਹ ਨਹੀਂ ਬਰਦਾਸ਼ਤ ਹੁੰਦਾ ਮੇਰੇ ਕੋਲੋਂ। ਤੇਰਾ ਮਤਲਬ ਕੀ ਇਹ ਗੱਲ ਕਹਿਣ ਦਾ? ਦੇਖ ਮਿੰਨੀ, ਹੁਣ ਕੱਲ੍ਹ ਕੋਈ ਕੁੜੀ ਮੇਰੇ ਵੱਲ ਵੇਖ ਕੇ ਸਮਾਈਲਾਂ ਮਾਰੀ ਜਾਏ, ਤੇਰੇ ਕੋਲੋਂ ਬਰਦਾਸ਼ਤ ਹੋਏਗਾ? ਨਹੀਂ ਨਾ ਹੋਏਗਾ, ਕਿਉਂਕਿ ਤੇਰੀ ਮੇਰੀ ਗੱਲ ਤਾਂ ਇੱਕ ਹੋ ਗਈ ਨਾ ਹੁਣ। ਗੱਲ ਸੁਣੋ ਰੰਗੀਲਾ ਜੀ, ਤੇਰੇ ਹੱਥੋਂ ਗੋਲ ਗੱਪੇ ਕੀ ਖਾ ਲੇ ਤੇ ਅਸੀਂ ਇੱਕ ਹੋ ਗਏ? ਤੂੰ ਕੱਲ ਮੇਰਾ ਕਲਾਸ ਫੈਲੋ ਸੀ ਤੇ ਅੱਜ ਮੇਰਾ ਸਟੂਡੈਂਟ, ਹੋਰ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ, ਸਮਝ ਗਿਆ ਨਾ? ਔਰ ਖਬਰਦਾਰ ਅਗਰ ਮੇਰੇ ਪਿੱਛੇ ਆਇਆ ਤਾਂ। ਮਿੰਨੀ ਮਿੰਨੀ, ਇਹਨਾਂ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦੇਣਾ ਮੇਰਾ। ਕਿਉਂ ਵਿਗੜ ਗਈ ਗੱਲ? ਹੋਰ ਖਵਾ ਗੋਲ ਗੱਪੇ। ਉਹ ਰੱਬ ਦਾ ਵਾਸਤਾ, ਮੇਰਾ ਪਿੱਛਾ ਛੱਡ ਦਿਓ ਚਿੰਡਾਲੋ, ਮਸਾਂ ਕਿਤੇ ਗੱਲ ਬਣਨ ਲੱਗਦੀ ਹੈ, ਵਿੱਚ ਆ ਕੇ ਸਾਰਾ ਬੇੜਾ ਗਰ ਕਰ ਦਿੰਦੇ। ਐਵੇਂ ਬਹੁਤਾ ਸੀਰੀਅਸ ਨਹੀਂ ਹੋਈਦਾ, ਚਲਾ ਤੈਨੂੰ ਚਾਹ ਛਪੜਾਈ। ਨਹੀਂ ਚਾਹ ਤਾਂ ਖੈਰ ਪੀ ਲਵਾਂਗੇ, ਉਹ ਨਹੀਂ ਗੱਲ, ਪਰ ਨਾਲ ਫਿਰ ਸੈਂਡਵਿਚ ਵੀ ਖਾਣਾ ਹੈ। ਪਹਿਲਾਂ ਕਿਹੜਾ ਪੱਲਿਓ ਖਾਂਦਾ ਸੀ, ਅਸੀਂ ਖਵਾਉਂਦੇ ਸੀ। ਤੂੰ ਮੈਨੂੰ ਬੁਲਾਇਆ? ਮੈਂ ਨਹੀਂ ਤਾਂ। ਕੀ ਗੱਲ ਹੈ, ਅੱਜ ਹੈਲੋ ਨਹੀਂ ਮਾਰੀ? ਸਾਰੀ ਉਮਰ ਅਸੀਂ ਉਹ ਪਹਿਲ ਕਰੀ ਜਾਵਾਂਗੇ, ਹੋਰ ਕੋਈ ਸਾਨੂੰ ਪਹਿਲਾਂ ਹੈਲੋ ਕਰੇ ਤਾਂ ਸਵਾਦ ਹੈ। ਚੱਲ ਫਿਰ ਅੱਜ ਮੈਂ ਪਹਿਲ ਕਰ ਦਿੰਦੀ ਹਾਂ। ਹੈਲੋ, ਇੰਨੀ ਦੂਰੋਂ ਹੈਲੋ ਮਾਰਨ ਦਾ ਕੀ ਫਾਇਦਾ, ਨੇੜੇ ਆ ਕੇ ਕਹਿਣਾ। ਹੈਲੋ ਪਿਆਰ ਨਾਲ ਕਹਿ ਮਾੜ ਜਾ। ਹੈਲੋ, ਵੈਸੇ ਮੇਰਾ ਇੱਕ ਨਾਂ ਵੀ। ਹੈਲੋ ਦੀਪ। ਹਾਏ ਓਏ ਮਰ ਗਿਆ ਦੀਪ। ਸੌਰੀ ਮੈਂ ਚਲਦੀ ਹਾਂ, ਕੁਛ ਹੋ ਗਿਆ ਤੇ ਐਵੇਂ ਮੇਰਾ ਨਾਂ ਲੱਗੂਗਾ। ਓਏ ਉਹ ਗੱਲ ਸੁਣ, ਕਿੱਥੇ ਭੱਜੀ ਜਾਣੀ? ਮਰਿਆਂ ਦਾ ਇਲਾਜ ਤਾਂ ਕਰਦੀ ਜਾ। ਉਹਦੇ ਲਈ ਮੈਨੂੰ ਕੀ ਕਰਨਾ ਪਊ ਤੂੰ ਹੀ ਦੱਸ ਦੇ। ਉਹ ਐ ਨਾ, ਜਦੋਂ ਦਾ ਮੈਂ ਨਵਾਂ ਮੋਟਰਸਾਈਕਲ ਲਿੱਤਾ ਇਹ ਇਕੱਲਾ ਹੀ ਤੁਰੀ ਫਿਰੀ ਜਾਂਦਾ। ਮੈਨੂੰ ਟਿੱਚਰਾਂ ਕਰਦਾ ਹੈ ਕਿ ਤੇਰੇ ਪਿੱਛੇ ਬੈਠਣ ਵਾਲਾ ਕੋਈ ਸਾਥੀ ਹੈ ਨਹੀਂ। ਕਿਉਂ ਵੀ? ਅੱਛਾ, ਤੇਰਾ ਮੋਟਰਸਾਈਕਲ ਬੜਾ ਖਰਾਬ ਹੈ, ਜੇ ਇਹ ਮੈਨੂੰ ਲੈ ਕੇ ਭੱਜ ਗਿਆ ਫਿਰ? ਮੈਂ ਵੀ ਤਾਂ ਹੈਗਾ ਤੇਰੇ ਨਾਲ, ਮੇਰੇ ਤੇ ਭਰੋਸਾ ਨਹੀਂ? ਬਹਿ ਜਾਵਾਂ ਫਿਰ। ਸੋਚ ਕੇ ਬੈਠੀ, ਇੱਕ ਵਾਰੀ ਜੋ ਇਹਦੇ ਉੱਤੇ ਬਹਿ ਜਾਂਦਾ ਨਾ, ਇਹ ਉਹਨੂੰ ਮੇਰਾ ਬਣਾ ਦਿੰਦਾ। Thank you.
मैं हुन गईया तेरी हो सोनिया, ले मैं हुन गईया तेरी हो सोनिया। ले मैं हुन गईया तेरी हो सोनिया, ले मैं हुन गईया तेरी हो सोनिया। अज तो नहीं आसी दो सोनिया, ले मैं हुन गईया तेरी हो सोनिया। अखियां तो दूर ना हो सोनिए, अज तो नहीं आसी दो सोनिए। ले मैं हुन गईया तेरी हो सोनिया, ले मैं हुन गईया तेरी हो सोनिया। चाचू फेरा तेनू देखा दिन चढ़ जांदा तेरे पाछनेरा। तू दीवा मैं तेरी लो सोनिया, ले मैं हुन गईया तेरी हो सोनिया। अज तो नहीं आसी दो सोनिया, ले मैं हुन गईया तेरी हो सोनिया। जिंद लाई तेरे देखे, मेरे सिवा कोई और न देखे। ओ मैं जिंद लाई तेरे लेखे, मेरे सिवा कोई और न देखे। सौरभ दी मैं चन्ना तेरे प्यार च कमली होई, जी करदा मैनू तेरे बाज न वेखे कोई। दिल विच लमा मैं लगो सोनिए, अज तो नहीं असी तो सोनिए। ले मैं हुन गईया तेरी हो सोनिया, ले मैं हुन गईया तेरी हो सोनिया। किस्मत नाल ने मिल दे, दिल नाल सौदे हो गए दिल दे। ए दिन किस्मत नाल ने मिल दे, दिल नाल सौदे हो गए दिल दे। प्यार ने ऐसा जादू करिया समझ रता ना आए, इस तरह सी एक दूजे दे साहां विच समाए। फुल्लां विच जीवे खुशबू सोनिया, ले मैं हुण गईया तेरी हो सोनिया। अखियां तो दूर ना हो सोनिए, अज तो नहीं असी तो सोनिए। ले मैं हुण गईया तेरी हो सोनिया, ले मैं हुण गईया तेरी हो सोनिया। अज तो नहीं असी तो सोनिया, अज तो नहीं असी तो सोनिया।
अज दी रात किवें बीत गई। पम्मी भाई ओ हरमन मेरी हो गई ओ लो भी वड्डे वड्डे उस्ताद दो तुहाडे सारिआं दे गाने सुन सुन के बनन ते आया सां मैं सिंगर ते किस्मत ने मैनू बणाता इत्थे आके मैं इसदा नौकर तुहाडे सारिआं दे गाने ते सुणदी सारी दुनिया ते मेरे गाने सुनदे ने होस्टल दे मुंडे पर एक गल पक्की है जिद्दण इहनां मुंडिआं ने मैनू पास करता ना जी माफ करना मेरी फोटो भी तुहाडे नाल ही लग जाणी है मायना करना थोड़ी थल्ले ला लांगा चंगा जी मैनू इजाजत दिओ छोटे भरा उड़ीकदे होणगे नाले उहनां नूं चाह पिआया वा ते नाले अपना रियाज चलदा रहू चल वही गिंदिया खेड नसीबां दा किथे सानू लिया सुटिया की दोष गरीबां दा हो नायक लगदी ना दिल लगदा जद दियां अखियां लड़ियां जदों दा सबक इश्क दा पढ़िया भुलियां भुल पढ़ाइयां दिल नहीं लगदा कलिया वो दिल नहीं लगदा कलिया वो दिल नहीं लगदा कलिया वो दिल नहीं लगदा कलिया दिल नहीं लगदा कलिया वो दिल नहीं लगदा कलिया अपने आप की होश ना रहिंदी चढ़दी जदों जवानी इस उम्र बिच हर कोई मित्रों लभने दा दिल जानी दिल नहीं लगदा कलिया वो दिल नहीं लगदा कलिया दिल नहीं लगदा कलिया वो दिल नहीं लगदा कलिया सब कुछ फुल के चौबी घंटे सुरत सजन विच रहंदी जागदिया नूं सुपने आउंदे सुत्या नींद न पैंदी सब कुछ फुल के चौबी घंटे सुरत सजन विच रहंदी दिल नहीं लगदा दिल नहीं लगदा कलिया वो दिल नहीं लगदा कलिया इश्क दे मांजे सारे इश्क दे मांजे कौन कहे
के मुक गए जग तो मजनू मिर्जे राजे अखी वेखो आ बैठे ने सारे इश्क दे मांजे ओ दिल नहीं लगदा कलिया ओ दिल नहीं लगदा कलिया दिल नहीं लगदा कलिया ओ दिल नहीं लगदा कलिया इश्क ना करियो कोई इश्क ना करियो कोई इश्क ना करियो कोई होए ना जोंदे ना मरिया वर्गी कैसी हालत होई कैसी हालत होई कैसी हालत होई कन खोल के सुन लो मित्रो इश्क ना करियो कोई ना जोंदे ना मरिया वर्गी कैसी हालत होई दिल नहीं लगदा उमर विच हर कोई मित्रो लब लैंदा दिल जानी दिल नहीं लगदा कलिया दिल नहीं लगदा कलिया दिल नहीं लगदा लगदा कलिया दिल नहीं लगदा जे तेरा दिल नहीं लगदा ता मैं की करा मेरे कोल आ सकदी है इस वेले नहीं सिर्फ दिन वेले ओ दिन ता नंग जांदा है समस्या ता रात दी है सॉरी नंगदी नहीं मेरे नाल एहो जिहा गल्ला ना कर नहीं तो मैं फोन बंद कर देंगे चलो आपां कोई होर गल करते हैं तुसी सुनाओ दिल नहीं लगता कलिया ओ दिल नहीं लगता किदे नाल गल कर रही सी ओ मेरी फ्रेंड है ना हनी बेटी जवान हो जाए ता ओदी सब तो पक्की सहेली माँ हुंदी है जे माँ तो लुकाएंगी ता सारी उम्र पछताएंगी की ना है उसका दीप नवदीप सिंह फादर की करते रिटायर्ड मेजर ने अच्छा मामा दीप बहुत चंगा लड़का है तुसी उसनु जरूर पसंद करोगे सवाल सिर्फ मेरी पसंद है नहीं तेरे पापा नु पसंद आना चाहिए दे पापा भी उसनु पसंद करेंगे उन्होंने मैनु जिंदगी दिया सारिया खुशियां दित्तिया ने कदे किसे चीज ले ना नहीं कीती पर दीप बारे आई डोंट नो बेटा 25 साल तो मैं पंजाबिया दे विच रह रही हां इना दे दिल बहुत वड्डे ने पर ओदे नाल नाल इना दी ईगो भी बहुत वड्डी है अपनी बेटियां ले जान दे सकते ने उन्हें जिंदगी दिया सारिया खुशियां दे सकते ने पर एक फैसला वो अपने कोल रखते ने वो अपनी मर्जी नाल ब्याह नहीं करा सकती हरमन मैं उन्हें मिल सकती हूँ यस मामा तुहानू दीप बहुत अच्छा लगेगा फिर तू एक बारी उन्हें घर लेके आ किसी बहाने ओके मैं काली लेके आवांगी थैंक यू मम्मा लव यू मम्मा लव यू टू हेलो ओह
हाय की हो गया स्टार्ट ही नहीं हो रही रुस गई है रुस गई लग रही है की करा मैं कोशिश करा नहीं नहीं मैंनु पता है स्टार्ट नहीं होना मैं घर जाना सी मैं छोड़ देना इफ यू डोंट माइंड प्लीज क्यों शर्मिंदा करती हैं प्लीज कह के हैं हुकुम करया कर अजय हुकुम करन वाली नहीं हुई ना ठीक है कुछ नहीं मैं तो कहना तेरी जीप रोज ही खराब होते चल ठीक है कुछ नहीं मेरे बाइक नू ना उडारी जी मारन दी आदत है घुट के पड़ी और घुट के और हाँ मैं चला नहीं मम्मी डैडी बैठे ने आ मिलावा नहीं मैं निकलता नहीं आ ना मम्मा दिस इज नवदीप हेलो बेटा माय क्लासमेट नमस्ते वो मेरी जीप खराब हो गई सी सो ही इज कम टू ड्रॉप मी आओ बेटा बैठो बस आंटी थैंक यू मैंने कब आप टी नहीं जी नहीं बस फिर कर दीजिए नाइस गाना अंकल मैं निकला अच्छा जी नमस्ते कम बाय बाय सवेरे कॉलेज मिलेंगे हाँ सवेरे कॉलेज सी यू गॉगल वाला हरमन नु क्यों छड़न आया सी ओने दसिया ना जीप खराब हो गई सी ऑटो रिक्शा च नहीं आ सकदी सी अरे कमाल करो छो अपनी बेटी यूनिवर्सिटी विच पढ़दी है सारा दिन लड़कों के साथ रहती है अभी पिकनिक पे होके आई हैं कोई लड़का उसे छड़न आ भी गया तो की फर्क पड़ता है मेनू नहीं पसंद है सब कुछ आज कार छड़न आया कल लंच ते ले जाऊंगा परसों सिनेमा दिखाऊंगा फिर अपनी टीम पे भरोसा नहीं और दोनों सिनेमा देखने चले भी गए ता की हो जाओ दिमाग ठीक है तेरा पूरा चंडीगढ़ मेनू जानता है मेरी तीनों सिनेमा दिखाने ले जाऊंगा अपने दिन भूल गए सारा सारा दिन मुझे मोटरसाइकिल पे बिठा के अहमदाबाद में घुमाते थे बादच फिल्म भी देखते सी साडी गल होर सी ते एना दी गल होर कैसे हो गई ओ तेरा दिमाग ते नहीं खराब हो गया आई डोंट लाइक दिस काइंड ऑफ अ जोक साडा विवाह भी हो गया सी हो सकता है एना दा भी विवाह हो जावे विवाह पागल हो गई है तू मैं कहना मैंने उस तरह का मजाक पसंद नहीं मेरी मर्जी के बगैर कोई मुंडा इस घर च कदम नहीं रख सकता कह दी हरमनु जाके हे भगवान तुसी पंजाबी बात का बतंगड़ बहुत बनाते हो अरे हरमन हजे पढ़ रही है कोई आसमान नहीं टूटने लगा चाय पियो ठंडी हो रही है और दिमाग को भी ठंडा करो दिमाग किस तरह ठंडा करा जिन्हों अपनी छोटी जी बच्ची समझदा सी आज पता लग गया कि वो जवान हो गई ब्रिगेडियर सानी नाल गल करनी पेगी ओदा मुंडा अमेरिका च डॉक्टरी कर रहा है ओ गल सुन ए गॉगल वाला मुंडा दोबारा मेनू इस घर च नजर नहीं आना चाहिए आई डोंट लाइक दिस अरे ए की होया मम्मा की मैं पापा नु एने गुस्से च कदी नहीं देखा तू नहीं समझेगी बेटा तू ना घबरा मैं गल करांगी तेरे पापा नाल पर एक गल दसा मैंने दीप अच्छा लगे But no promises, beta. आखरी फैसला तेरे डैडी दा ही होगा। ओ तू कमाल कर दी है। ब्रिगेड दा मुंडा अमेरिका च सेटल है। हरमन खुश रहेगी बस। किवें खुश रहेगी? ना लड़का हरमन नु चंगी तरह जानदा है, ना हरमन उसनु जानदी है। ओए इन्ना काफी नहीं कि मैं उनु चंगी तरह जानदा हां। असी जानदे हां लड़के दे पेरेंट्स नु, लड़के नु नहीं। की पता लड़के दे मन विच कोई होर होवे अमरीका रहंदा है व्याह हरमन ने कराना है सानू ओदी पसंद भी पूछनी चाहिए ना हरमन हजे बच्ची है
ਉਹਨੂੰ ਕੀ ਪਤਾ ਦੁਨੀਆਦਾਰੀ ਕੀ ਚੀਜ਼ ਹੈ। ਉਹਦੀ ਤਾਂ ਕੋਈ ਵੀ ਉਂਗਲੀ ਫੜ ਕੇ ਲੈ ਜਾ ਸਕਦਾ। ਉਹਦੇ ਵਿਆਹ ਦਾ ਫੈਸਲਾ ਮੈਂ ਕਰਾਂਗਾ। ਹੇ ਜਲਾਰਾਮ ਬਾਪਾ, ਹਜੇ ਮੁੰਡੇ ਨੂੰ ਮਿਲੇ ਵੀ ਨਹੀਂ। ਉਹ ਕੈਸਾ ਹੈ, ਫੈਮਿਲੀ ਕੈਸੀ ਹੈ, ਬਸ ਫੈਸਲਾ ਪਹਿਲੇ ਹੀ ਕਰ ਲਿਆ। ਮੁੰਡੇ ਨੂੰ ਦੇਖ ਤੋ ਲੋ, ਅੱਛਾ ਲਗੇ ਤਾਂ ਵਿਆਹ ਕਰ ਲੋ, ਨਹੀਂ ਤਾਂ ਫਿਰ ਜਵਾਬ ਦੇ ਦਿਓ। ਇਹਦੇ ਚ ਕੋਈ ਗਲਤ ਬਾਤ ਤਾਂ ਨਹੀਂ ਹੈ ਨਾ? ਵੈਸੇ ਤੁਸੀਂ ਮੁੰਡੇ ਨੂੰ ਦੇਖ ਚੁੱਕੇ ਹੋ। ਅੱਛਾ, ਛੱਡਣ ਵਾਸਤੇ ਆਇਆ ਸੀ ਉਹ ਗੋਗਲਸ ਵਾਲਾ ਜਿਹੜਾ ਮੋਟਰਸਾਈਕਲ ਤੇ ਆਇਆ ਸੀ? ਹਾਂ ਹਾਂ, ਓਏ ਓਏ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ, ਮੈਂ ਉਹਨੂੰ ਗੋਲੀ ਮਾਰ ਦੇਣੀ ਸੀ। ਕੰਟਰੋਲ ਕਰੋ ਕਰਨਲ ਸਾਹਿਬ, ਅੱਜ ਕੱਲ ਦੇ ਬੱਚਿਆਂ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ। ਜੋ ਵੀ ਗੱਲ ਕਰਨੀ ਹੈ ਪਿਆਰ ਸੇ ਵੀ ਕੀਤੀ ਜਾ ਸਕਦੀ ਹੈ। ਹਰ ਇੱਕ ਗੱਲ ਸੁਣ ਲਓ, ਹਰਮਨ ਦੀ ਜ਼ਿੰਦਗੀ ਦਾ ਫੈਸਲਾ ਅਸੀਂ ਉਹਦੀ ਸਲਾਹ ਬਿਨਾਂ ਨਹੀਂ ਕਰ ਸਕਦੇ। ਗੁੱਡ ਮਾਰਨਿੰਗ ਪਾਪਾ। ਹਰਮਨ। ਹਾਂਜੀ। ਗੱਲ ਸੁਣ, ਬੇਟਾ ਤੂੰ ਸਾਡੀ ਇੱਕੋ ਇੱਕ ਧੀ ਹੈ, ਤੇਰੇ ਸਿਵਾ ਸਾਡਾ ਹੋਰ ਕੋਈ ਵੀ ਨਹੀਂ ਹੈ। ਸਿਰਫ ਤੇਰੇ ਲਈ ਜਿੰਦਿਆਂ ਅਸੀਂ, ਪਰ ਬਾਪ ਵਾਂਗ ਮੈਂ ਵੀ ਚਾਹੁੰਦਾ ਕਿ ਤੈਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲਣ। ਪਰ ਜ਼ਿੰਦਗੀ ਦੇ ਫੈਸਲੇ ਇੰਨੇ ਆਸਾਨ ਨਹੀਂ ਹੁੰਦੇ। ਆਈ ਹੋਪ ਯੂ ਅੰਡਰਸਟੈਂਡ ਦੈਟ। ਮੁੰਡਾ ਕੱਲ ਆਇਆ ਸੀ, ਕੀ ਨਾਂ ਉਹਦਾ? ਜੀ ਨਵਦੀਪ। ਨਵਦੀਪ ਕੀ ਕਰਦਾ ਉਹਦਾ ਫਾਦਰ? ਅੱਜ ਕੱਲ ਪਿੰਡ ਚ ਰਹਿੰਦੇ ਨੇ, ਵੈਸੇ ਆਰਮੀ ਦੇ ਰਿਟਾਇਰਡ ਮੇਜਰ ਨੇ। ਮਤਲਬ ਮੇਰੇ ਕੋਲ ਜੂਨੀਅਰ ਹੈ। ਕੀ ਨਾਂ ਉਹਦਾ? ਮੈਂ ਪੁੱਛਿਆ ਨਹੀਂ, ਆਮ ਸੌਰੀ ਪਾਪਾ। ਕੋਈ ਗੱਲ ਨਹੀਂ, ਨਵਦੀਪ ਦੇ ਫਾਦਰ ਨੂੰ ਜ਼ਰਾ ਮੈਨੂੰ ਮਿਲ ਲੈ ਆ ਕੇ। ਬਟ ਆਈ ਡੋਂਟ ਪ੍ਰੋਮਿਸ ਐਨੀਥਿੰਗ। ਯੈਸ ਪਾਪਾ, ਮੈਂ ਜਾਵਾਂ। ਨਾਮ ਦਾ ਕੀ ਹੈ? ਜਿਹੋ ਜੀ ਖਬਰ ਹੋ ਜਾਏ ਨਾ, ਸੋਚ ਲੈ ਫੇਰ ਨਾ ਮੁਕਰੀ। ਮੁਕਰਨ ਵਾਲੇ ਦਿਨ ਤਾਂ ਅਸੀਂ ਜੰਮੇ ਹੀ ਨਹੀਂ ਹੈ। ਤੂੰ ਗੱਲ ਦੱਸ। ਸਵੇਰੇ ਜਦੋਂ ਮੈਂ ਕਾਲਜ ਆ ਰਹੀ ਸੀ ਨਾ, ਤੇ ਮੇਰੇ ਪਾਪਾ ਕਹਿੰਦੇ, ਦੀਪ ਦੇ ਡੈਡੀ ਨੂੰ ਕਹੀ ਕਿ ਮੈਨੂੰ ਆ ਕੇ ਮਿਲਣ। ਉਹਨਾਂ ਨੂੰ ਕੀ ਲੋੜ ਪੈ ਗਈ ਮੇਰੇ ਡੈਡੀ ਦੇ ਨਾਲ? ਕੀ ਆਹੀ ਖਬਰ ਸੁਣਾਣਾ ਸੀ? ਹਾਂ, ਕਿਆ ਪਤਾ ਨਹੀਂ ਕੀ ਗੱਲ ਹੋ ਗਈ। ਮਤਲਬ ਚਲ ਠੀਕ ਹੈ, ਨਹੀਂ ਤੇ ਨਾ ਸਹੀ। ਓਏ ਗੱਲ ਤਾਂ ਸੁਣ ਹਰਮਨ, ਗੱਲ ਤਾਂ ਸੁਣ, ਮੈਂ ਮਜ਼ਾਕ ਕਰ ਰਹੀ ਸੀ ਯਾਰ, ਗੱਲ ਤਾਂ ਸੁਣ। ਇੱਕ ਗੱਲ ਦੀ ਮਜ਼ਾਕ ਕਰਨ ਵਾਲੀ। I'm sorry. ਮੈਂ ਤਾਂ ਸਿਰਫ ਇਹ ਦੇਖਣਾ ਚਾਹੁੰਦਾ ਸੀਗਾ ਕਿ ਤੂੰ ਰੋਂਦੀ ਕਿੰਨੀ ਸੋਹਣੀ ਲੱਗਦੀ ਹੈ। ਹੋਰ ਵੀ ਸੋਹਣੀ ਲੱਗਦੀ ਹੈ। ਸਮਾਈਲ ਮਾੜਾ ਜਿਹਾ ਹੋਰ। ਇਹ ਹੋਈ ਨਾ ਗੱਲ, ਹੁਣ ਤੇਰੀ ਸਮੱਸਿਆ ਤਾਂ ਖਤਮ ਹੋ ਗਈ ਤੇ ਮੇਰੀ ਸ਼ੁਰੂ। ਕਿਵੇਂ? ਤੇਰੇ ਪਾਪਾ ਦਾ ਸੁਨੇਹਾ ਮੇਰੇ ਡੈਡੀ ਤੇ ਪਹੁੰਚਾਊਗਾ ਕੌਣ? ਤੂੰ ਹੋਰ ਕੌਣ? ਤੂੰ ਮੇਰੇ ਡੈਡੀ ਨੂੰ ਨਹੀਂ ਜਾਣਦੀ, ਉਹ ਗੱਲ ਬਾਅਦ ਚ ਕਰਦੇ ਨੇ, ਆ ਪਹਿਲਾਂ ਤਿਆਰ ਹੁੰਦਾ। ਇੰਨਾ ਡਰਦਾ ਆਪਣੇ ਡੈਡ ਤੋਂ? ਅਸੀਂ ਆਪਣੇ ਪੇਰੈਂਟਸ ਦੀ ਰਿਸਪੈਕਟ ਜੀ ਕਰਦੇ ਹਾਂ, ਤੁਸੀਂ ਭਾਵੇਂ ਉਹਨੂੰ ਡਰ ਕਹਿ ਲਓ ਭਾਵੇਂ ਕੋਈ। ਮੈਨੂੰ ਲੱਗਦਾ ਹੈ ਪ੍ਰੋਬਲਮ ਸਿਰਫ ਕੁੜੀਆਂ ਦੀ ਹੁੰਦੀ ਹੈ, ਤੁਸੀਂ ਮੁੰਡੇ ਵੀ। ਮਤਲਬ ਠੀਕ ਹੈ ਫਿਰ ਸੋਚ ਲੈ, ਨਹੀਂ ਤੇ ਫਿਰ ਉਹ ਅਮਰੀਕਾ ਵਾਲਾ ਤੇ ਹੈ ਹੀ। ਉਹ ਕਿਉਂ ਜਾਨ ਕੱਢਦੀ ਹੈ, ਮੈਂ ਜਾ ਰਿਹਾ ਹੁਣ। ਮੇਰਾ ਹੀ ਨਾਮ।
ਆਪਾਂ ਫੇਰ ਆ ਗਏ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਗੱਲ ਵੀਰੇ ਹਫਤੇ ਚ ਦੂਜਾ ਚੱਕਰ ਸਾਡੀ ਇੰਨੀ ਯਾਦ ਆਉਣ ਲੱਗ ਪਈ ਆ ਉਹ ਮੈਂ ਸੋਚਿਆ ਕਿਉਂ ਨਾ ਮੈਂ ਜਾ ਕੇ ਤੇਰਾ ਬਰਥਡੇ ਗਿਫਟ ਦੇਵਾਂ ਤੁਸੀਂ ਸਪੈਸ਼ਲੀ ਇੱਥੇ ਮੇਰਾ ਬਰਥਡੇ ਗਿਫਟ ਦੇਣ ਆਏ ਹੋ ਤੇ ਹੋਰ ਇਹ ਤੇ ਹੋ ਨਹੀਂ ਸਕਦਾ ਨਾਲੇ ਮੇਰਾ ਬਰਥਡੇ ਤੇ ਅਜੇ 2 ਮਹੀਨੇ ਬਾਅਦ ਆ ਕਿਉਂ ਬਰਥਡੇ ਗਿਫਟ ਐਡਵਾਂਸ ਚ ਨਹੀਂ ਦੇ ਸਕਦੇ ਹੈ ਆ ਵੇ ਤੇਰਾ ਲੇਟੈਸਟ MP3 ਪਲੇਅਰ ਓ ਮਾਈ ਗੋਡ ਤੇ ਆਏ ਦੇ ਹੈੱਡਫੋਨ ਹੈ ਹੁਣ ਤਾਂ ਮੈਨੂੰ ਬਿਲਕੁਲ ਯਕੀਨ ਨਹੀਂ ਹੋ ਰਿਹਾ ਤੁਸੀਂ MP3 ਮੇਰੇ ਵਾਸਤੇ ਲੈ ਕੇ ਆਏ ਹੋ ਥੈਂਕ ਯੂ ਮਾਈ ਓਏ ਬ੍ਰਦਰ ਥੈਂਕ ਯੂ ਪਸੰਦ ਆਇਆ ਹਾਂ ਬਹੁਤ ਜ਼ਿਆਦਾ ਹੁਣ ਤੂੰ ਇੱਧਰ ਆ ਤੇ ਗੱਲ ਸੁਣ ਗਿਫਟ ਤਾਂ ਤੂੰ ਲੈ ਲਿਆ ਹੂੰ ਹੁਣ ਤੈਨੂੰ ਮੇਰਾ ਇੱਕ ਕੰਮ ਵੀ ਕਰਨਾ ਪਊਗਾ ਵੀਰੇ ਆ ਗਿਫਟ ਲਿਆ ਕੇ ਰਿਸ਼ਵਤ ਇੱਕ ਤਾਂ ਗਿਫਟ ਲਿਆ ਕੇ ਦੋ ਉੱਤੋਂ ਇਹਨਾਂ ਦੀ ਗੱਲਾਂ ਸੁਣੋ ਛੋਟਾ ਜਿਹਾ ਕੰਮ ਨਹੀਂ ਕਰ ਸਕਦੀ ਤੂੰ ਮੇਰਾ ਚਾਹੀਦਾ ਕਿ ਨਹੀਂ 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 ਚਾਹੀਦਾ ਹੈ ਚਾਹੀਦਾ ਹੈ ਦੱਸੋ ਕੀ ਕੰਮ ਹੈ ਗੱਲ ਹੈ ਮੇਰੇ ਨਾਲ ਇੱਕ ਕੁੜੀ ਪੜ੍ਹਦੀ ਸੀ ਹਾਂ ਮੈਨੂੰ ਪਤਾ ਆ ਤੁਹਾਡੇ ਨਾਲ ਬਹੁਤ ਸਾਰੀਆਂ ਕੁੜੀਆਂ ਪੜ੍ਹਦੀਆਂ ਕਾਲਜ ਵਿੱਚ ਗੱਲ ਤਾਂ ਸੁਣਿਆ ਕਰ ਵਿੱਚੇ ਸ਼ੁਰੂ ਹੋ ਜਾਂਦੀ ਹੈ ਹੈ ਮੈਂ ਤੈਨੂੰ ਦੱਸਿਆ ਸੀ ਨਾ ਮੇਰੇ ਨਾਲ ਇੱਕ ਕੁੜੀ ਪੜ੍ਹਦੀ ਹਰਮਨ ਹਾਂ ਹਾਂ ਉਹਦੇ ਨਾਲ ਨਾ ਮੇਰਾ ਤੂੰ ਤਾਂ ਸਮਝਦੀ ਹੈ ਨਾ ਹਾਂ ਸਮਝ ਰਹੀ ਆ ਹੁਣ ਮੈਂ ਤਾਂ ਡੈਡ ਨਾਲ ਗੱਲ ਕਰ ਨਹੀਂ ਸਕਦਾ ਤੈਨੂੰ ਤਾਂ ਪਤਾ ਹੀ ਹੁੰਦਾ ਹਾਂ ਤੂੰ ਕਿਉਂ ਨਹੀਂ ਆਲੀ ਪਾਣੀ ਉਹਨਾਂ ਨਾਲ ਗੱਲ ਛੇੜੀ ਹਾਂ ਡੈਡੀ ਨਾ ਹੈ ਨਾ ਮੈਂ ਹੋਰ ਆ ਤਾਂ ਕੋਪ ਨਾ MP3 ਮੈਂ ਕੋਟ ਕੱਟ ਨਹੀਂ ਖਾਣੀ ਡੈਡੀ ਕੋਲ ਗੱਲ ਤਾਂ ਸੁਣ ਖੜ ਜਾ ਐਵੇਂ ਕਿਉਂ ਨਰਾਜ਼ ਹੋਈ ਜਾਨੀ ਹੈ ਹੈ ਅਲੇ ਲੈ ਲੈ ਹੁਣ ਆਪਣੇ ਵੀਰ ਦਾ ਕੰਮ ਤੂੰ ਨਹੀਂ ਕਰੇਂਗੀ ਤਾਂ ਫਿਰ ਕੌਣ ਕਰੂਗਾ ਹਾਏ ਮੈਂ ਮਰ ਜਾਵਾਂ ਕਿੰਨਾ ਭੋਲਾ ਜਿਹਾ ਬਣ ਕੇ ਖੜਾ ਹੋ ਗਿਆ ਪਲੀਜ਼ ਜਿੱਤੀ ਤੇਰੇ ਬਿਨਾ ਮੇਰਾ ਇਹ ਕੰਮ ਕੋਈ ਨਹੀਂ ਕਰ ਸਕਦਾ ਪਲੀਜ਼ ਅੱਛਾ ਕੀ ਕਰੀਏ ਫਿਰ ਹਾਂ ਇੱਥਾ ਕਰਦੇ ਹਾਂ ਮੈਂ ਨਾ ਜਾ ਕੇ ਬੀਜੀ ਨਾਲ ਗੱਲ ਕਰਦੀ ਹਾਂ ਤੇ ਬੀਜੀ ਆ ਫਿਰ ਡੈਡੀ ਨਾਲ ਗੱਲ ਕਰ ਲੈਣਗੇ ਕਮਾਲ ਹੋ ਗਈ ਮੇਰੀ ਭੈਣ ਇੰਨੀ ਸਿਆਣੀ ਹੋ ਗਈ ਹੈ ਚਲੀਏ ਫਿਰ ਤੂੰ ਚੱਲ ਮੈਂ ਆਉਣਾ ਤੁਸੀਂ ਵੀ ਚੱਲੋ ਨਾ ਨਾਲ ਤੂੰ ਚੱਲ ਨਾ ਬੀਜੀ ਬੀਜੀ ਹਾਂ ਇੱਕ ਨਾ ਪ੍ਰੋਬਲਮ ਆ ਗਈ ਕੀ ਪ੍ਰੋਬਲਮ ਆ ਗਈ ਬੀਜੀ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਫਿਰ ਤੁਹਾਡਾ ਦਿਲ ਕਿਵੇਂ ਲੱਗਿਆ ਕਰੂਗਾ ਮੈਂ ਤੇਰੇ ਵੀਰ ਦਾ ਵਿਆਹ ਕਰ ਦੂੰ ਤੇ ਫਿਰ ਕਰ ਦਿਓ ਨਾ ਕਿਦਾ ਤੇਰਾ ਜਾਂ ਤੇਰੇ ਵੀਰ ਦਾ ਬੀਜੀ ਵੀਰੇ ਦਾ ਵੀਰੇ ਦਾ ਉਹਦੇ ਲਈ ਸਾਨੂੰ ਕੋਈ ਕੁੜੀ ਵੀ ਤਾਂ ਪਸੰਦ ਆਵੇ ਬੀਜੀ ਕੁੜੀ ਨਾ ਮੈਂ ਪਸੰਦ ਕਰ ਲਈ ਆ ਕੁੜੀ ਤੂੰ ਪਸੰਦ ਕਰ ਲਈ ਕੌਣ ਆ ਉਹ ਨਾ ਉਹ ਜੰਗੀ ਚੱਲ ਤੂੰ ਅੰਦਰ ਜਾ ਕੇ ਕੰਮ ਕਰ ਬੀਜੀ ਉਹਨਾਂ ਵੀਰੇ ਨਾਲ ਕਾਲਜ ਵਿੱਚ ਪੜ੍ਹਦੀ ਆ ਅੱਛਾ ਦੀਪ ਨੇ ਮੈਨੂੰ ਦੱਸਿਆ ਹੀ ਨਹੀਂ ਸਮਝਿਆ ਕਰੋ ਨਾ ਬੀਜੀ ਤੁਹਾਡੇ ਕੋਲੋਂ ਸੰਗਦਾ ਉਹਦਾ ਬਾਹਰ ਖੜਾ ਹੈ ਬਾਹਰ ਖੜਾ ਤੂੰ ਮੈਨੂੰ ਦੱਸਿਆ ਨਹੀਂ ਉਹ ਘਰੇ ਆਇਆ ਹੋਇਆ ਦੀਪ ਦੀਪ ਤੂੰ ਆਇਆ ਮੈਨੂੰ ਦੱਸਿਆ ਹੀ ਨਹੀਂ ਤੇਰੀ ਕੋਣ ਬੀਜੀ ਜਿਉਂਦੇ ਰਹੋ ਆ ਜੀਤੀ ਕੀ ਕਹਿੰਦੀ ਹੈ ਕੀ ਕਹਿੰਦੀ ਕੋਈ ਕੁੜੀ ਹੈ ਤੇਰੇ ਨਾਲ ਪੜ੍ਹਦੀ ਹੈ ਕੁੜੀ ਮੇਰੇ ਨਾਲ ਐਵੇਂ ਬਕਵਾਸ ਮਾਰੀ ਜਾਂਦੀ ਮੈਂ ਕੁਝ ਨਹੀਂ ਕਿਹਾ ਹਾਂ ਇੰਨਾ ਵੱਡਾ ਝੂਠ ਹੁਣੇ ਬਾਹਰ ਮੈਨੂੰ ਕੀ ਕਹਿਣ ਦੇ ਸੀ ਬੀਜੀ ਇਹੀ ਸਾਰਾ ਕੁਝ ਕਹਿਣ ਵਾਸਤੇ ਨਾ ਇੱਥੇ ਆਏ ਨੇ ਤੇ ਕਿਉਂ ਲੜਦੀ ਹੈ ਮੈਨੂੰ ਪੁੱਛਣ ਦੇ ਕੁੜੀ ਕੌਣ ਹੈ ਉਹ ਇਹਨਾਂ ਦੇ ਨਾਲ ਪੜ੍ਹਦੀ ਆ ਮੈਂ ਤੈਨੂੰ ਪੁੱਛਿਆ ਉਹਦਾ ਨਾਂ ਕੀ ਹੈ ਹਰਮਨ ਜਿੱਤੀ ਓ ਹੋ ਬੀਜੀ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਦੁਸਣਾ ਜੋ ਕੁਝ ਪੁੱਛਣਾ ਹੈ ਮੇਰੇ ਕੋਲੋਂ ਪੁੱਛੋ ਉਹ ਇਹਨਾਂ ਦੀ ਕਲਾਸ ਪੜ੍ਹਦੀ ਹੈ ਨਾ ਮੈਂ ਹਰਮਨ ਹੈ ਉਹ ਨਾ ਵਿਆਹ ਕਰਾਉਣਾ ਚਾਹੁੰਦੇ ਨੇ ਡੈਡੀ ਨੂੰ ਦੱਸਣ ਤੋਂ ਡਰਦੇ ਨੇ ਇਸੇ ਕਰਕੇ ਸਾਰਾ ਕੁਝ ਮੈਨੂੰ ਕਰਨਾ ਪੈ ਰਿਹਾ ਤੂੰ ਚੁੱਪ ਨਹੀਂ ਕਰਦੀ ਬੇਟਾ ਕੁੜੀ ਵਾਲੇ ਕੌਣ ਨੇ ਜੀ ਉਹ ਵੀ ਆਰਮੀ 'ਚ ਸੀ ਰਿਟਾਇਰਡ ਕਰਨਲ ਉਹ ਚਾਹੁੰਦੇ ਨੇ ਕਿ ਡੈਡੀ ਉਹਨਾਂ ਨਾਲ ਜਾ ਕੇ ਗੱਲ ਕਰ ਪਰ ਪ੍ਰੋਬਲਮ ਇਹ ਆ ਕਿ ਹੁਣ ਡੈਡੀ ਨੂੰ ਦੱਸੂਗਾ ਕੌਣ ਤੇ ਨਾਲੇ ਬੀਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਮੈਨੂੰ ਨਾ ਇਹ ਸਾਰਾ ਕੁਝ ਦੱਸਣ ਵਾਸਤੇ ਨਾ MP3 ਦੀ ਰਿਸ਼ਵਤ ਦਿੱਤੀ ਗਈ ਸੀ ਤੈਨੂੰ ਤਾਂ ਮੈਂ ਬਾਅਦ ਚ ਦੇਖਦਾ ਹੈ ਅੱਛਾ ਮੇਰੇ ਲਈ ਵੀ ਕੁਝ ਲੈਣਾ ਸੀ ਇੱਕ ਮਾਂ ਹੀ ਮਿਲੀ ਹੈ ਫ੍ਰੀ ਕੰਮ ਕਰਾਉਣ ਲਈ ਇੱਕ ਮਾਂ ਹੀ ਤਾਂ ਹੁੰਦੀ ਹੈ ਜਿਹਨੂੰ ਕਿਸੇ ਰਿਸ਼ਵਤ ਦੀ ਲੋੜ ਨਹੀਂ ਹੁੰਦੀ ਬੀਜੀ ਜ਼ਰਾ ਸੋਚ ਸਮਝ ਕੇ ਕੰਮ ਕਰਿਓ ਬਹੁਤ ਖਤਰਾ ਜੀ ਇਹੋ ਜਿਹੇ ਪੁੱਤਰ ਲਈ ਤਾਂ ਮੈਂ 100 ਜਨਮ ਮਾਰ ਦਿਆਂ ਤੂੰ ਘਬਰਾਣਾ ਪੁੱਤਰ ਮੈਂ ਤੇਰੇ ਪਾਪਾ ਨਾਲ ਆਪ ਗੱਲ ਕਰਾਂਗੀ ਥੈਂਕ ਯੂ ਜੀ ਜਗਿਆ
ਜਗ ਜਮਿਆ ਤੇ ਮਿਲਣ ਵਧਾਈਆਂ ਜਗ ਜਮਿਆ ਸਰਦਾਰਨੀ ਬਈ ਅੱਜ ਬਹੁਤ ਚੰਗਾ ਦਿਨ ਹੈ ਅੱਜ ਪਿੰਡ ਦਾ ਕਾਲਜ ਮਨਜ਼ੂਰ ਹੋ ਗਿਆ ਲੈ ਮੂੰਹ ਮਿੱਠਾ ਕਰਾ ਲਓ ਜੀ ਮੂੰਹ ਮਿੱਠਾ ਕਰੋ ਤੁਹਾਨੂੰ ਪਤਾ ਅੱਜ ਨਵਦੀਪ ਇੱਥੇ ਕਿਉਂ ਆਇਆ ਪੈਸੇ ਪੂਸੇ ਲੈਣ ਆਇਆ ਉਹਨੇ ਦੇ ਦੇ ਜੋ ਮੰਗਦਾ ਨਹੀਂ ਨਹੀਂ ਤੁਹਾਡੇ ਨਾਲ ਕੋਈ ਹੋਰ ਗੱਲ ਕਰਨੀ ਚਾਹੁੰਦਾ ਕਰੇ ਨਾ ਤੁਹਾਡੇ ਕੋਲੋਂ ਡਰਦਾ ਹੈ ਲੈ ਮੈਂ ਉਹਨੂੰ ਅੱਜ ਤੱਕ ਕੁਝ ਕਿਹਾ ਜੋ ਡਰਦਾ ਨਹੀਂ ਨਹੀਂ ਸੰਗਦਾ ਸੰਗਦਾ ਇਹੋ ਜਿਹੀ ਕਿਹੜੀ ਗੱਲ ਹੈ ਜੋ ਮੇਰੇ ਕੋਲੋਂ ਸੰਗਦਾ ਅਸਲ ਵਿੱਚ ਉਹਦੇ ਨਾਲ ਇੱਕ ਕੁੜੀ ਪੜ੍ਹਦੀ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਉਹਦੇ ਨਾਲ ਕੁੜੀ ਪੜ੍ਹਦੀ ਉਹਦੇ ਬਾਰੇ ਗੱਲ ਕਰਨਾ ਹੈ ਕਿੱਥੇ ਹੋ ਮੈਂ ਗੱਲ ਕਰਦਾ ਉਹਦੇ ਨਾਲ ਪੂਰੀ ਗੱਲ ਤਾਂ ਸੁਣ ਲਓ ਪਹਿਲਾਂ ਉਹ ਮੈਂ ਗੱਲ ਬਾਅਦ ਚ ਸੁਣੂ ਪਹਿਲੇ ਬੁਲਾ ਕਿੱਥੇ ਹੋ ਕਿਉਂ ਉਹਦੇ ਪਿੱਛੇ ਪੈ ਕੇ ਕਿਉਂ ਗੁੱਸਾ ਕਰੀ ਜਾ ਰਹੇ ਹੋ ਓਏ ਗੁੱਸਾ ਕਰੀ ਜਾਣਾ ਸਿਰ ਝਾੜ ਕੇ ਰੱਖਿਆ ਮੁੰਡੇ ਨੂੰ ਓਏ ਹੋਏ ਦੀਪ ਆ ਜਾਂਦਾ ਹੁਣੇ ਕਿਉਂ ਉਹਦੇ ਪਿੱਛੇ ਪੈ ਗਈ ਗੱਲ ਤਾਂ ਸੁਣ ਲਓ ਪਹਿਲਾਂ ਮੇਰੀ ਪੂਰੀ ਤਰ੍ਹਾਂ ਜ਼ਿਆਦਾ ਨਾ ਸਮਝਾਉਣ ਦੀ ਕੋਸ਼ਿਸ਼ ਕਰ ਦੀਪ ਰੁਕ ਜਾਓ ਨਾ ਇਹਨਾਂ ਗੁੱਸਾ ਕਰਦਾ ਸਾਰੇ ਪਿੰਡ ਨੂੰ ਇਕੱਠਾ ਕਰਨਾ ਜ਼ਿਆਦਾ ਜਵਾਨੀ ਚੜੀ ਉਹਨੂੰ ਦੇਖਾਂ ਮੈਂ ਕਿੱਥੇ ਦੀਪ ਓਏ ਬਾਹਰ ਹੈ ਜੀ ਉਧਰ ਓਏ ਦੀਪ ਹਾਂਜੀ ਇਧਰ ਆਵੇ ਐ ਕੀ ਸੁਣ ਰਿਹਾ ਮੈਂ ਕਿਹੜੀ ਕੁੜੀ ਬਾਰੇ ਗੱਲ ਕਰਨੀ ਤੂੰ ਮੇਰੇ ਨਾਲ ਕੁੜੀ ਕਿਹੜੀ ਕੁੜੀ ਮੈਂ ਤਾਂ ਕਿਸੇ ਕੁੜੀ ਨੂੰ ਜਾਣਦਾ ਤੇ ਫਿਰ ਕਿਹਨੇ ਕਿਹਾ ਮੈਨੂੰ ਤਾਂ ਜਿੱਤੀ ਨੇ ਦੱਸਿਆ ਸੀ ਜਿੱਤੀ ਡੈਡੀ ਮੈਨੂੰ ਨਹੀਂ ਕੁਝ ਪਤਾ ਮੈਂ ਨਹੀਂ ਕੁਝ ਆਖਿਆ ਗੱਲ ਸੁਣ ਲਓ ਪੁੱਤਰਾ ਇਹੋ ਜੀ ਗੱਲ ਦੁਬਾਰਾ ਮੇਰੇ ਕੰਨੀ ਨਹੀਂ ਪੈਣੀ ਚਾਹੀਦੀ ਨਹੀਂ ਤੇ ਕਾਲਜ ਛੁੜਾ ਕੇ ਪਿੰਡ ਬੁਲਾ ਲਊਂਗਾ ਤੇ ਟਰੈਕਟਰ ਤੇ ਪਾ ਦਊਂਗਾ ਜਿਹੜੇ ਕੰਮਾਂ ਚ ਪੈ ਗਿਆ ਪੜ੍ਹਾਈ ਅਜੇ ਪੂਰੀ ਹੋਈ ਨਹੀਂ ਕਿਸੇ ਕੰਮ ਜੋਗਾ ਹੋਇਆ ਨਹੀਂ ਕੁੜੀਆਂ ਦੇ ਮਗਰ ਤੁਰਿਆ ਕਰਦਾ ਬੰਦਾ ਬਣ ਜਾ ਬੰਦਾ ਜੰਗੀ ਚੱਲ ਗੱਡੀ ਲਾ ਮੇਰੀ ਅੱਛਾ ਜੀ ਤੁਸੀਂ ਤਾਂ ਇੱਕਦਮ ਟੁੱਟ ਕੇ ਪੈ ਜਾਂਦੇ ਹੋ ਅਗਲੇ ਦੀ ਪੂਰੀ ਗੱਲ ਤਾਂ ਸੁਣ ਲਿਆ ਕਰੋ ਅਸਲ ਵਿੱਚ ਮੈਨੂੰ ਇਹ ਰਿਸ਼ਤਾ ਚੰਗਾ ਲੱਗਿਆ ਤੈਨੂੰ ਜੇ ਤੈਨੂੰ ਚੰਗਾ ਲੱਗਿਆ ਸੀ ਤੂੰ ਕਹਿੰਦੀ ਉਹ ਮੁੰਡੇ ਨੂੰ ਕਹਿੰਦੀ ਕੀ ਲੋੜ ਸੀ ਉਹਨੇ ਤਾਂ ਆਪਣੀ ਰਾਏ ਦਿੱਤੀ ਸੀ ਤਾਂ ਕੀ ਹੋ ਗਿਆ ਤੁਹਾਡੇ ਤੋਂ ਬਾਹਰ ਤਾਂ ਨਹੀਂ ਗਿਆ ਉਹ ਸਭ ਠੀਕ ਹੈ ਵਿਆਹ ਦੀ ਗੱਲ ਉਹ ਨਹੀਂ ਕਰ ਸਕਦਾ ਇਹ ਉਹਦਾ ਕੰਮ ਨਹੀਂ ਗਾ ਇਹ ਅਸੀਂ ਦੇਖਣਾ ਹੈ ਅਸੀਂ ਫੈਸਲਾ ਕਰਨਾ ਕਿ ਕੁੜੀ ਦੀ ਫੈਮਿਲੀ ਕੈਸੀ ਹੈ ਉਹ ਸਾਡਾ ਨਿਭਾ ਸਕਦੀ ਹੈ ਕਿ ਨਹੀਂ ਨਿਭਾ ਸਕਦੀ ਉਹਨੇ ਤਾਂ ਇਸ ਲਈ ਗੱਲ ਕੀਤੀ ਸੀ ਕਿ ਕੁੜੀ ਦੇ ਮਾਪਿਓ ਕੁੜੀ ਨੂੰ ਅਮਰੀਕਾ ਚ ਵੇਣਾ ਚਾਹੁੰਦੇ ਨੇ ਕੁੜੀ ਨੇ ਆਪ ਬੁਲਾ ਕੇ ਮੁੰਡੇ ਨੂੰ ਕਿਹਾ ਕਿ ਤੂੰ ਆਪਣੇ ਘਰਦਿਆਂ ਨਾਲ ਗੱਲ ਕਰ ਲੈ ਨਹੀਂ ਤਾਂ ਮੈਨੂੰ ਵਿਆਹ ਦੇਣਗੇ ਬਾਹਰ ਜਿੱਥੇ ਮਰਜ਼ੀ ਵਿਆਹ ਦੇਣ ਸਾਨੂੰ ਕੀ ਸਾਡੇ ਮੁੰਡੇ ਚ ਕੋਈ ਘਾਟ ਹੈ ਬਥੇਰੇ ਰਿਸ਼ਤੇ ਜੀ ਜਰਾ ਸੋਚ ਕੇ ਬੋਲਿਆ ਕਰੋ ਹਰ ਵੇਲੇ ਮੁੰਡੇ ਨੂੰ ਜਿਵੇਂ ਡਾਂਟਦੇ ਰਹਿੰਦੇ ਹੋ ਮੈਨੂੰ ਤਾਂ ਡਰ ਲੱਗਦਾ ਨਾ ਜਵਾਨ ਮੁੰਡਾ ਹੈ ਤੁਹਾਨੂੰ ਉਹਦੀ ਮਰਜ਼ੀ ਕਰਨ ਦੇ ਆ ਐ ਨਹੀਂ ਮੈਂ ਹੋਣ ਦੇਣਾ ਮਰਜ਼ੀ ਕਿੱਥੇ ਉਹ ਤਾਂ ਤੁਹਾਡੀ ਇਜਾਜ਼ਤ ਲੈਣ ਆਇਆ ਸੀ ਕੀ ਕਰਦਾ ਕੁੜੀ ਦਾ ਪਿਓ ਆਰਮੀ ਦਾ ਰਿਟਾਇਰਡ ਕਰਨਲ ਹੈ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸੁਣਦੇ ਹੋ ਤੁਸੀਂ ਤੁਹਾਡੇ ਨਾਲ ਗੱਲ ਕਰੋ ਉੱਠ ਕੇ ਬਾਹਰ ਚਲੇ ਜਾਂਦੇ ਗੁੱਸੇ ਨਾਲ ਓਏ ਤੈਨੂੰ ਇੰਨੇ ਦਿਨ ਹੋ ਗਏ ਨੇ ਮੇਰੇ ਨਾਲ ਰਹਿੰਦਿਆਂ ਹਾਲ ਤੱਕ ਤੈਨੂੰ ਇਹ ਸਮਝ ਨਹੀਂ ਆਈ ਇੱਕ ਫੌਜੀ ਅਫਸਰ ਤੇ ਉਹ ਵੀ ਜੱਟ ਉਹਨੂੰ ਗੱਲ ਕਿਵੇਂ ਸਮਝਾਉਣੀ ਚਾਹੀਦੀ ਤੁਹਾਨੂੰ ਤਾਂ ਮੈਂ ਸਾਰੀ ਉਮਰ ਨਹੀਂ ਸਮਝ ਸਕੀ ਮਿੰਟ ਚ ਇੱਧਰ ਮਿੰਟ ਚ ਉੱਧਰ ਨਾ ਤੂੰ ਕਿਹੜੀ ਘੱਟ ਹੈ ਮੂੰਹ ਉੱਧਰ ਕਰਕੇ ਬਹਿ ਗਈ ਹੈ ਐਸੇ ਤੂੰ ਵੀ ਜੱਟੀ ਨਾ ਉਹ ਬੱਸ ਕਰ ਹੁਣ ਰਗੜੀ ਹੋ ਜਾਂਦੇ ਨੇ ਬਾਈ ਜੀ ਸ਼ੀਸ਼ੇ ਵਾਂਗੂ ਚਮਕਾ ਦੂੰ ਚਿੰਤਾ ਨਾ ਕਰੋ ਤੁਸੀਂ ਚੰਗਾ ਬਾਈ ਜੀ ਚੰਦਰ ਆਪਣਾ ਖਿਆਲ ਰੱਖੀ ਜੀ ਚੰਗਾ ਡੇ ਗੱਲ ਸੁਣ ਜੀ ਤੇਰੀ ਮਾਂ ਕਹਿੰਦੀ ਸੀ
ਕੁੜੀ ਦਾ ਪਿਓ ਕਰਨਲ? ਹਾਂਜੀ। ਕੀ ਨਾਮ ਜੀ? ਕਰਨਲ ਠਾਕੁਰ ਸਿੰਘ। ਕਰਨਲ ਠਾਕੁਰ ਸਿੰਘ? ਹਾਂਜੀ। ਉਹ ਤੁਹਾਡੀ ਆਰਡੀਨੈਂਸ 'ਚ ਸੀਗੀ। ਰਹਿੰਦਾ ਹੁਣ ਚੰਡੀਗੜ੍ਹ ਰਹਿੰਦੇ ਨੇ। ਉਹਨੂੰ ਆਖੀ ਮੈਨੂੰ ਆ ਕੇ ਮਿਲੇ। ਐਕਚੁਲੀ ਡੈਡੀ ਉਹ ਚਾਹੁੰਦੇ ਸੀਗੇ ਕਿ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ। ਮੰਨਿਆ, ਉਹ ਕਰਨਲ ਤੇ ਮੈਂ ਮੇਜਰ, ਲੇਕਿਨ ਮੈਂ ਮੁੰਡੇ ਦਾ ਪਿਓ ਹਾਂ ਬਾਈ। ਉਹਨੇ ਗੱਲ ਕਰਨੀ ਸੀ ਤੇ ਖੁਦਾ ਕੀ ਮਿਲਦਾ, ਤੈਨੂੰ ਭੇਜਦਾ। ਉਹ ਕਰਨਲ ਨੂੰ ਆਖੀ ਜੇ ਕੁੜੀ ਬਾਰੇ ਗੱਲ ਕਰਨੀ ਹੈ ਤਾਂ ਖੁਦ ਇੱਥੇ ਆ ਕੇ ਮੇਜਰ ਬਲਵਿੰਦਰ ਸਿੰਘ ਬਰਾੜ ਦੇ ਨਾਲ ਗੱਲ ਕਰੇ। ਨਾਲੇ ਮੇਰਾ ਤਾਂ ਉੱਥੇ ਜਾਣਾ ਬਣਦਾ ਹੀ ਨਹੀਂ ਸਰਦਾਰਨੀ, ਅਸੀਂ ਮੁੰਡੇ ਵਾਲੇ ਹਾਂ ਬਾਈ। ਬਿਲਕੁਲ, ਤੂੰ ਸਮਝਿਆ ਨਾ ਮੇਰਾ ਪੁਆਇੰਟ? ਸਮਝ ਗਿਆ। ਯੂ ਅੰਡਰਸਟੈਂਡ? ਬਿਲਕੁਲ ਸਮਝ ਗਿਆ। ਅੱਛਾ ਬੀਜੀ, ਮੈਂ ਨਿਕਲਦਾ। ਵੈਰੀ ਫਨ, ਚੰਗਾ ਡੈਡੀ। ਪੜ੍ਹਾਈ ਚੰਗੀ ਕਰੀ, ਫਸਟ ਕਲਾਸ ਪਾਸ ਹੋਣਾ। ਤੇਰਾ ਪਿਓ ਮੇਜਰ ਰਿਟਾਇਰ ਹੋ ਗਿਆ ਸੀ, ਤੂੰ ਜਨਰਲ ਬਣਨਾ ਹੈ। ਕੋਸ਼ਿਸ਼ ਕਰਾਂਗੇ। ਪਿੰਨੀਆਂ ਤੁਸੀਂ ਫਿਰ ਭੁੱਲ ਚੱਲੇ ਸੀ, ਆ ਲਓ ਆਪਣੀ ਪਿੰਨੀਆਂ। ਓਹੋ, ਮੈਂ ਸੋਚਦਾ ਜੇ ਮੇਰੀ ਪਿਆਰੀ ਜੀ ਭੈਣ ਨਾ ਹੁੰਦੀ ਤਾਂ ਮੇਰਾ ਖਿਆਲ ਕੌਣ ਰੱਖਦਾ ਹੈ? ਉੱਥੇ ਜਾ ਕੇ ਮੈਨੂੰ ਫੋਨ ਜ਼ਰੂਰ ਕਰਨਾ, ਠੀਕ ਹੈ? ਚੰਗਾ ਜੀ। ਫਿਰ ਸਰਦਾਰਨੀ, ਫੌਜੀ ਤੋਂ ਖੁਸ਼ ਹੈ ਨਾ ਹੁਣ? ਦੱਸ ਨਾ ਕੀ ਗੱਲ ਹੋ ਗਈ, ਸਭ ਠੀਕ ਠਾਕ ਹੈ ਨਾ? ਮੇਰੇ ਦਿਲ ਨੂੰ ਕੁਝ ਹੁੰਦਾ ਹੈ, ਪਲੀਜ਼ ਜਲਦੀ ਦੱਸ ਨਾ। ਮੇਰੀ ਜਾਨ ਹੀ ਨਿਕਲ ਗਈ ਸੀ, ਕੀ ਹੋਇਆ? ਹੁਣੇ ਕੀ ਸੀ, ਮੈਂ ਜਾ ਕੇ ਆਪਣੀ ਭੈਣ ਨੂੰ ਦੱਸਿਆ, ਭੈਣ ਨੇ ਜਾ ਕੇ ਬੀਜੀ ਨੂੰ ਦੱਸਿਆ, ਬੀਜੀ ਨੇ ਜਾ ਕੇ ਡੈਡੀ ਨੂੰ ਦੱਸਿਆ। ਪਹਿਲਾਂ ਮਾੜਾ ਜਿਹਾ ਉਖੜ ਜਾਏਗਾ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਕਰਨਲ ਦੀ ਕੁੜੀ ਹੈ, ਚੁੱਪ ਕਰ ਗਏ। ਮਤਲਬ ਸਾਰੀ ਗੱਲ ਹੋ ਗਈ? ਬਿਲਕੁਲ ਹੋ ਗਈ, ਆਪਾਂ ਛੱਡਦੇ ਹਾਂ, ਹੈਂ? ਮੇਰੇ ਡੈਡੀ ਨੇ ਤੇਰੇ ਡੈਡੀ ਨੂੰ ਘਰੇ ਬੁਲਾਇਆ। ਕੀ? ਕੀ ਮਤਲਬ ਕੀ? ਪ੍ਰੋਗਰਾਮ 'ਚ ਮਾੜੀ ਜਿਹੀ ਉਹ ਚੇਂਜ ਹੈ, ਮੇਰੇ ਡੈਡੀ ਕਹਿੰਦੇ ਨੇ ਕੁੜੀ ਵਾਲਿਆਂ ਨੂੰ ਸਾਡੇ ਨਾਲ ਆ ਕੇ ਗੱਲ ਕਰਨੀ ਪਊ, ਇਹ ਤਾਂ ਦੁਨੀਆ ਦਸਤੂਰ ਹੈ, ਆਪਾਂ ਮੁੰਡੇ ਵਾਲੇ ਹਾਂ ਬਾਈ। ਤੂੰ ਮੈਨੂੰ ਫਿਰ ਟੈਨਸ਼ਨ 'ਚ ਪਾ ਦਿੱਤਾ, ਮੈਂ ਦੁਬਾਰਾ ਪਾਪਾ ਨੂੰ ਕਿਵੇਂ ਆਖਾਂਗੀ? ਸੋਚ ਲੈ, ਜੇ ਸਾਡੇ ਨਾਲ ਵਿਆਹ ਕਰਾਉਣਾ ਹੈ ਫਿਰ ਇੰਨੀ ਕੁ ਟੈਨਸ਼ਨ ਤਾਂ ਲੈਣੀ ਪਊ ਤੈਨੂੰ। ਮੇਰਾ ਦਿਲ ਤਾਂ ਹੁਣ ਤੋਂ ਹੀ ਤੱਕ 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 ਕਰਨ ਲੱਗ ਗਿਆ। ਅੱਛਾ, ਮੈਂ ਦੇਖਾਂ। ਹਾਂ, ਜਾਵੇ। ਨਵਦੀਪ ਦੇ ਫਾਦਰ ਠੀਕ ਹੀ ਕਹਿੰਦੇ ਨੇ, ਆਪ ਲੜਕੀ ਵਾਲੇ ਆ ਨਾ, ਤੇ ਜਾਣਾ ਤਾਂ ਆਪਣਾ ਹੀ ਬੰਦਾ ਹੈ। ਓਏ, ਤੂੰ ਐਵੇਂ ਤੇ ਸੋਚ, ਮੈਂ ਕਰਨਲ ਤੇ ਉਹ ਮੇਜਰ, ਮੈਂ ਉਹਦੇ ਘਰ ਜਾਵਾਂ, ਉਹ ਵੀ ਉਹਦੇ ਪਿੰਡ 'ਚ। ਪੰਜਾਬ ਦੇ ਪਿੰਡ ਹੁਣ ਪਿੰਡ ਨਹੀਂ ਰਹੇ, ਸਭ ਕੁਝ ਬਦਲ ਚੁੱਕਾ ਹੈ। ਹਾਂ, ਪਿੰਡ ਬਦਲ ਗਏ ਨੇ, ਪਰ ਪਿੰਡ ਦੇ ਬੰਦੇ ਨਹੀਂ ਬਦਲੇ, ਉੱਥੇ ਦੇ ਉੱਥੇ ਖੜੇ ਨੇ। ਇਹੋ ਗੱਲ ਹੋਈ ਨਾ ਕਿ ਆਪਾਂ ਕੁੜੀ ਵਾਲੇ ਤੇ ਉਹ ਮੁੰਡੇ ਵਾਲੇ, ਪਰ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਦੇ ਬਰਾਬਰ ਹੋ ਗਈਆਂ ਨੇ, ਐਂਡ ਮਾਈ ਚਾਈਲਡ ਇਜ਼ ਬੈਸਟ ਇਨ ਦਾ ਵਰਲਡ। ਪਰ ਉੱਥੇ ਜਾਣ ਵਿੱਚ ਹਰਜੀ ਕੀ ਹੈ? ਮੈਂ ਕੁਝ ਨਹੀਂ ਸੁਣਨਾ ਚਾਹੁੰਦਾ, ਮੈਂ ਉਹਦੇ ਘਰ ਨਹੀਂ ਜਾਵਾਂਗਾ। ਦੈਟ ਮੇਜਰ ਸ਼ੁਡ ਕਮ ਟੂ ਮਾਈ ਹਾਊਸ, ਕਹਿ ਦੇ ਉਹਨੂੰ ਜੇ ਰਿਸ਼ਤਾ ਚਾਹੀਦਾ ਹੈ ਤਾਂ ਮੇਰੇ ਘਰ ਆਵੇ, ਐਂਡ ਦੈਟਸ ਮਾਈ ਆਰਡਰ। ਅਸੀਂ ਤਾਂ ਚੰਗੇ ਫਸੇ ਹੋਏ ਹਾਂ ਯਾਰ, ਮੇਰੇ ਡੈਡੀ ਕਹਿੰਦੇ ਨੇ ਕਿ ਹਰਮਨ ਦੇ ਡੈਡੀ ਨੂੰ ਆ ਕੇ ਰਿਸ਼ਤਾ ਮੰਗਣਾ ਚਾਹੀਦਾ, ਹਰਮਨ ਦੇ ਡੈਡੀ ਕਹਿੰਦੇ ਨੇ ਕਿ ਮੁੰਡੇ ਵਾਲੇ ਨੂੰ ਆ ਕੇ ਰਿਸ਼ਤਾ ਮੰਗਣਾ ਚਾਹੀਦਾ, ਕਰੀਏ ਤਾਂ ਕੀ ਕਰੀਏ? ਇਹਨਾਂ ਦੋਵਾਂ ਨੂੰ ਮਿਲਾਈਏ ਕਿਵੇਂ? ਯਾਰ ਚੰਗੇ ਪਿਓ ਨੇ ਦੋਨੋਂ, ਯਾਰ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਆਖਿਰ ਇਹਨਾਂ ਦੋਨਾਂ ਪਿਓਾਂ 'ਚ ਲੜਾਈ ਕੀ ਹੈ? ਯਾਰ ਆਪਣੇ ਮੁੰਡੇ ਕੁੜੀ ਬਾਰੇ 'ਚ ਨਹੀਂ ਸੋਚਦੇ, ਐਵੇਂ ਫਾਲਤੂ ਦੀ ਆਪਣੀ ਆਪਣੀ ਈਗੋ ਲਈ ਬੈਠੇ ਨੇ। ਲੈ ਇਹ ਕੀ ਗੱਲ ਹੋਈ, ਇੱਕ ਕਹਿੰਦਾ ਤੂੰ ਸ਼ਹਿਰ ਦਾ, ਦੂਜਾ ਕਹਿੰਦਾ ਪਿੰਡ ਦਾ। ਅਰ ਗੱਲ ਵੱਲ ਕੁਛ ਨਾ ਮੰਨਣ ਦੇ, ਦੋਨੋਂ ਦੋਨੇ ਆਪਣੇ ਤਾਊ ਤੇ ਬੱਤੀ ਅੜੀ ਅਲੱਗ ਹੈ ਯਾਰ। ਇਸੇ ਕਰਕੇ ਕਹਿੰਦੇ ਆ ਕਿ ਬਰਾਤ ਦੇ ਨਾਲ ਇੱਕ ਸਿਆਣਾ ਬੰਦਾ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ, ਤਾਂ ਹੀ ਮੈਂ ਯੂਨੀਵਰਸਿਟੀ ਨਹੀਂ ਛੱਡ ਕੇ ਜਾਂਦਾ ਯਾਰ। ਮੈਂ ਅੱਜ ਚਲਾ ਜਾਵਾਂ, ਤੁਹਾਡੇ ਕੋਲ ਵਾਲੀ ਵਾਸ ਨਹੀਂ ਰਹਿਣਾ ਇੱਥੇ। ਹੁਣ ਐਡਾ ਕੰਪਲੀਕੇਟਡ ਮਸਲਾ ਹੋ ਚੁੱਕਾ ਨਾ,
ਇਹਦਾ ਹੱਲ ਕੋਈ ਸਿਆਣਾ ਬੰਦਾ ਹੀ ਕਰ ਸਕਦਾ। ਓਬਵੀਅਸਲੀ ਮੈਨੂੰ ਕੁਝ ਸੋਚਣਾ ਪੈਣਾ। ਦੇਖ ਬਈ ਰੰਗੀਲਿਆ, ਅਸੀਂ ਤੇਰੀ ਬਹੁਤੀ ਇੱਜ਼ਤ ਤਾਂ ਕਰਦੇ ਨਹੀਂ, ਪਰ ਜੇ ਤੂੰ ਵਾਕਈ ਕੋਈ ਜੁਗਾੜ ਕੱਢ ਦੇ ਨਾ ਤਾਂ ਤੇਰਾ ਖਾਧਾ ਪੀਤਾ ਸਭ ਮਾਫ਼। ਐਦਾਂ ਕਰੋ, ਮੇਰਾ ਬਰਥਡੇ ਮਨਾ ਦਿਓ। ਓਏ ਕਿਉਂ ਮਜ਼ਾਕ ਕਰਦਾ ਹੈ, ਤੇਰੇ ਬਰਥਡੇ ਨੇ ਦੱਸ ਇਹਨਾਂ ਦਾ ਕੀ ਲੈਣਾ ਦੇਣਾ। ਨਹੀਂ ਸਮਝਿਆ ਨਾ, ਬਸ ਇਹੋ ਹੀ ਫਰਕ ਹੀ ਤੇਰੇ 'ਚ ਤੇ ਰੰਗੀਲੇ 'ਚ। ਮੇਰਾ ਮਨਾਵਾਂਗੇ ਬਰਥਡੇ, ਮੇਰੇ ਬਰਥਡੇ 'ਤੇ ਆਪਾਂ ਦੀਪ ਦੇ ਮਾਂ ਪਿਓ ਵੀ ਬੁਲਾ ਲਾਂਗੇ ਅਤੇ ਇਹਦੇ ਮੰਮੀ ਡੈਡੀ ਵੀ ਬੁਲਾ ਲਾਂਗੇ। ਜਦੋਂ ਮੇਰੇ ਬਰਥਡੇ 'ਤੇ ਦੋਵਾਂ ਦੇ ਮਾਂ ਪਿਓ ਹੋ ਕੇ ਇਕੱਠੇ, ਪੈ ਗਈਆਂ ਕਿ ਨਹੀਂ ਆਪੋ 'ਚ ਜਫੀਆਂ ਕਰਦਾ ਕਿ ਨਹੀਂ ਮਸਲਾ ਹੱਲ। ਤੁਸੀਂ ਤਾਂ ਸਾਡਾ ਦਿੱਲੀ ਜਿੱਤ ਲਿਆ ਬਾਈ ਜੀ, ਤੁਸੀਂ ਤਾਂ ਵਾਕਈ ਰੰਗੀਲਾ ਨਿਕਲੇ। ਅਸਲੀ ਰੰਗੀਲਾ ਤਾਂ ਮਿੱਤਰ ਪਿਆਰਿਆ ਮੈਂ ਉਦੋਂ ਬਣੂ ਜਦੋਂ ਮੇਰੀ ਮਿੰਨੀ ਅਤੇ ਮੇਰਾ ਰੰਗ ਚੜੇ। ਤੁਸੀਂ ਫਿਰ ਆਪਣੀ ਗੱਲ ਲੈ ਕੇ ਬਹਿ ਗਏ, ਹੁਣ ਸਾਡਾ ਕੰਮ ਤਾਂ ਹੋ ਲੈਣ ਦਿਓ। ਹੈ ਹੁਣ ਇਹ ਵੀ ਦੱਸੋ ਪਾਰਟੀ ਕਦੋਂ ਕਰਨੀ? ਉਹ ਕਹਿੰਦੇ ਹੁੰਦੇ ਆ ਵੀ ਨੇਕ ਕੰਮ 'ਚ ਦੇਰ ਨਹੀਂ ਕਰੀਦੀ, ਆਉਂਦੇ ਸੰਡੇ ਪਾਰਟੀ ਰੱਖ ਲੈਂਦੇ ਆ। ਹੋਰ ਵਾਵੇ ਰੰਗੀਲਿਆ, ਕਮਾਲ ਹੀ ਕਰਤੀ ਯਾਰ ਤੇ ਤਾਂ। ਥੈਂਕ ਯੂ ਰੰਗੀਲਾ ਜੀ। ਹੌਲੀ ਹੌਲੀ ਪਤਾ ਲੱਗੂ ਰੰਗੀਲਾ ਚੀਜ਼ ਕੀ ਹੈ। ਧੰਨਵਾਦ ਬਜ਼ੁਰਗ ਭਾਈ। ਬੱਲੇ ਬੱਲੇ ਰੰਗੀਲਾ ਭਾਈ, ਥੈਂਕ ਯੂ ਵੈਰੀ ਮੱਚ। So, Mr. Rangila, I must thank you for inviting us for your birthday party. Bhai, sadi army ch is tarah di bahut zyada traditions ne. Jive, you must always respect your seniors. Darasal, uncle, sadi to sari family army afsaran na bhari pai hai. Acha, good, good. Uncle, mere tau army vich topchi si, topchi. My God, topchi. Very good, bhai, very good. Oh, uncle ji, tuhanu nahi pata. ਇਹਦੇ ਤਾਓ ਜੀ ਵੱਡੀ ਤੋਪ ਮੋਢੇ ਤੇ ਚੁੱਕ ਕੇ ਦੌੜ ਜਾਂਦੇ ਸੀ। ਮੋਢੇ ਤੇ ਚੁੱਕਿਆ? ਗੁੱਡ 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 ਯਾਰ, ਵੈਰੀ ਗੁੱਡ। ਬੜੇ ਤਗੜੇ ਅੰਕਲ ਜੀ, ਇਹਦੇ ਤਾਓ ਜੀ ਅੱਜ ਵੀ ਇਹਨੂੰ ਮੋਢਿਆਂ ਤੇ ਚੁੱਕ ਕੇ ਖੇਤਾਂ 'ਚ ਦੌੜ ਲੈਂਦੇ ਆ। ਗ੍ਰੇਟ ਤਾਓ, ਦੈਟਸ ਵੈਰੀ ਗੁੱਡ। ਬਈ ਆਰਮੀ ਪੀਪਲ ਆਰ ਵੈਰੀ ਸਟਰੋਂਗ। ਇਨ ਫੈਕਟ ਤੁਸੀਂ ਆਰਮੀ ਜੁਆਇਨ ਕਰੋ, ਯੂ ਵਿਲ ਮੇਕ ਅ ਗੁੱਡ ਆਫੀਸਰ। ਅੰਕਲ ਮੈਂ ਆਰਮੀ ਕਿਦਾਂ ਜੁਆਇਨ ਕਰ ਸਕਦਾ ਜੀ? ਯੂਨੀਵਰਸਿਟੀ ਛੱਡਾਂ ਦੇ ਆਰਮੀ ਜੁਆਇਨ ਕਰਾਂ? ਭਾਈ ਯੂਨੀਵਰਸਿਟੀ 'ਚ ਤੂੰ 2-3 ਸਾਲਾਂ ਵਾਸਤੇ ਹੋ, ਉਹਦੇ ਬਾਅਦ ਤੇ ਛੱਡਣੀ ਪਏਗੀ ਨਾ। ਨਹੀਂ ਦਰਅਸਲ ਅੰਕਲ ਚੱਕਰ ਇਹ ਜੀ ਕਿ ਮੈਂ ਤਾਂ ਭਾਵੇਂ ਕੰਬਲ ਛੱਡ ਦਿਆਂ ਜੀ, ਪਰ ਉਹ ਕੰਬਲ ਮੈਨੂੰ ਨਹੀਂ ਛੱਡਦਾ ਜੀ। ਤੁਹਾਨੂੰ ਕੀ ਦੱਸੀਏ ਜੀ, ਕਿਹੜੀ ਕਮਿਟਮੈਂਟ ਕਰੀ ਬੈਠੇ ਆ? ਕੰਬਲ ਨਾਲ ਕਮਿਟਮੈਂਟ ਹੈਗੀ ਹੈ ਭਾਈ? ਅੱਜ ਕੱਲ ਤੇ ਮੇਰੀ ਕਮਿਟਮੈਂਟ ਇਜ਼ ਬਾਈ ਮਾਈ ਬਿਊਟੀਫੁਲ ਗੁਜਰਾਤੀ ਵਾਈਫ ਗੀਤਾ ਰਾਣੀ। ਛੱਡੋ ਜੀ, ਬੱਚੋਂ ਕੇ ਸਾਥ ਬੈਠ ਕੇ ਤੁਸੀਂ ਵੀ ਬੱਚੇ ਬਣ ਜਾਂਦੇ ਹੋ। ਡਾਰਲਿੰਗ, ਆਪਾਂ ਬੱਚਿਆਂ ਨਾਲ ਨਹੀਂ ਬਜ਼ੁਰਗਾਂ, ਮੇਰਾ ਮਤਲਬ ਜਵਾਨਾਂ ਨਾਲ ਬੈਠੇ ਆ। ਐਗਜ਼ੈਕਟਲੀ ਅੰਕਲ, ਤੁਸੀਂ ਤੇ ਸਾਰੇ ਮੁੰਡਿਆਂ ਨਾਲੋਂ ਵੀ ਜਵਾਨ ਲੱਗ ਰਹੇ ਹੋ। ਬਸ ਆਪਾਂ ਥੋੜੀ ਜਿਹੀ ਜਗਰਾ ਮੁੱਛਾਂ ਛੋਟੀਆਂ ਕਰਾ ਲਓ ਨਾ, ਬਿਲਕੁਲ ਮੁੰਡੇ ਖੁੰਡੇ ਲੱਗੋਗੇ। ਮੁੱਛਾਂ ਤੇ ਅਟੈਕ, ਕਰਨਲ ਠਾਕਰ ਸਿੰਘ ਦੀਆਂ ਮੁੱਛਾਂ ਤੇ ਅਟੈਕ। ਮੈਂ ਤੈਨੂੰ ਕੀ ਲੱਗਦਾ, ਮੈਂ ਰੋਟੀ ਨੂੰ ਚੋਟੀ ਕਹਿੰਦਾ? ਟੁੱਟੇ ਛਿੱਤਣ ਵਾਂਗ ਵੱਧਦਾ ਜਾ ਰਿਹਾ ਕਰਨਲ ਦੀ ਐਕਟਿੰਗ ਤਾਂ ਕਮਾਲ ਵੇਖਿਆ ਜੀ। ਉਹ ਮੈਨੂੰ ਸਭ ਪਤਾ ਤੇਰੇ ਬਾਰੇ ਚ, ਯੂ ਆਰ ਅ ਪਰਮਨੈਂਟ ਮੈਂਬਰ ਆਫ ਪੰਜਾਬ ਯੂਨੀਵਰਸਿਟੀ ਫੋਰ ਦਾ ਲਾਸਟ 10 ਇਅਰਸ। ਤੇਰਾ ਫੌਜੀ ਬੰਦਾ ਦਾ ਕੋਈ ਚਾਂਸ ਹੀ ਨਹੀਂ ਹੈ ਨਾ ਯਾਰ। ਕਿਸੇ ਫੌਜੀ ਨੇ ਮਜ਼ਾਕ ਕੀਤਾ, ਫੌਜੀ ਦਾ ਮਜ਼ਾਕ ਨਾ ਉਡਾਇਆ ਕਦੋਂ, ਖਾਸ ਕਰ ਕਰਨਲ ਠਾਕਰ ਸਿੰਘ ਦਾ। ਪਰ ਅਦਰਵਾਈਜ਼ ਯੂ ਆਰ ਆਲ ਗੁੱਡ ਪੀਪਲ, ਐਸੀ ਗੱਲ ਨਹੀਂ ਹੈਗੀ। ਡਰ ਗਏ ਸਾਰੇ। ਵੈਰੀ ਨਾਈਸ ਪਲੇਸ ਦੀਪ, ਕਿਹਦਾ ਉੱਠ ਲੈ? ਇਹ ਗੋਲਫ ਕੋਰਸ ਹੈ ਜੀ। ਹਾਂ, ਤਾਂ ਹੀ 15-20 ਏਕੜ 'ਚ ਹੋਏਗਾ ਘੱਟ ਤੋਂ ਘੱਟ। ਹਾਂ, ਵੈਰੀ ਗੁੱਡ ਪਲੇਸ। ਮੁੱਛਾਂ ਵਾਲਾ ਗਾਣਾ ਸੁਣਾਵਾ ਨਾ। ਐਕਸਕਿਊਜ਼ ਮੀ, ਐਕਸਕਿਊਜ਼ ਮੀ। ਆਂਟੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬਾਈ ਪੁੱਤਰ ਜੀ, ਅਸੀਂ ਲੇਟ ਤੀਨ ਹੋਏ ਨਾ। ਠੀਕ ਹੈ ਜੀ। ਬਾਈ ਜੋਨਾ, ਤੁਹਾਡੇ ਜੋ ਬਰਥਡੇ ਕਿਦਾ ਹੈ? ਇਹਨਾਂ ਦਾ ਹੀ ਹੈ ਜੀ। ਅੱਛਾ ਅੱਛਾ ਅੱਛਾ। ਡੈਡੀ, ਇਹ ਕਰਨਲ ਠਾਕੁਰ ਸਿੰਘ। ਇਹ ਤੇਰਾ ਪਿਓ ਹੈ? ਹਾਂਜੀ। ਬੜਾ ਹੀ ਥਰਡ ਕਲਾਸ ਪਿਓ ਹੈ। ਜ਼ਬਾਨ ਸੰਭਾਲ ਕੇ ਗੱਲ ਕਰੋ। ਤੇਰੀ ਕਲਾਸ ਵੀ ਮੈਂ ਅਜੇ ਭੁੱਲਿਆ ਨਹੀਂ ਗਾ। ਤੂੰ ਮੈਨੂੰ ਮੇਰੀ ਕਲਾਸ ਸਮਝਾਏਗਾ ਪੇਂਡੂਆ? ਪਲੀਜ਼ ਪਾਪਾ, ਕੀ ਕਰ ਰਹੇ ਹੋ? ਚੁੱਪ ਕਰ।
तेरी कुड़ी है? कोई शक? ना शक सीगा। हुण दूर। तैनू पता सी मेरे बारे, इसलिए तू रिश्ता मंगन मेरे घर नहीं आया। हुण समझ आई। इसलिए कहिंदा सी कि मुंडे दा प्यो तेरे घर आ के कुड़ी दा रिश्ता मंगे, ताकि तू अपने घर बुला के मेरी बेइज्जती कर सके। शर्म करो, शर्म। अपने मुंडे दा नाम मेरी कुड़ी नाल ला के मैनू बदनाम करना चाहता है तू? अल्लाह साम अपनी कुड़ी नूं। खबरदार, जो मेरी कुड़ी वाल उंगल चुकी थे। खवास बंद कर, नहीं ते मारिया जाएगा। आ गया ना अपनी आई थे, मरन मारन दे अलावा कोई होर कम आंदा तैनू? तेरी ਯਾ ਸੁਣੀਆਂ ਨੇ ਅਜੀਆਂ ਓਏ ਇਹਨੂੰ ਲੈ ਜਾਏ ਥੋਣੀ ਤਾਂ ਕੁਝ ਹੋ ਜਾਏਗਾ ਅੱਜ ਬੱਚਾ ਤੂੰ ਮੈਂ ਡਰਦਾ ਤੇਰੇ ਕੋਲੋਂ ਪਾਪਾ ਪਲੀਜ਼ ਪਲੀਜ਼ ਚੁੱਪ ਹੋ ਜਾ ਕਿਉਂ ਲੋਕਾਂ ਸਾਹਮਣੇ ਤਮਾਸ਼ਾ ਕਰਨ ਲੱਗੇ ਹੋ ਚਲੋ ਤਮਾਸ਼ਾ ਕਰਨ ਦਾ ਕੀ ਮਤਲਬ ਹੈ ਤੇਰਾ ਮੈਂ ਤੇਰੇ ਕੋਲ ਡਰ ਕੇ ਚਲਾ ਜਾਵਾਂ ਬਸ ਡੈਡੀ ਪਲੀਜ਼ ਚਲੋ ਚਲੋ ਕਾਲਜ ਵਿੱਚ ਨਹੀਂ, ਆਰਮੀ ਚ ਵੀ ਇਹਨੇ ਪਿੱਛਾ ਨਹੀਂ ਛੱਡਿਆ ਮੇਰਾ। ਬਲੱਡ ਹੀ ਯੂਜ਼ ਟੂ ਇਰੀਟੇਟ ਮੀ ਪੇਂਡੂ ਗਾਹਰ ਕਿੰਨਾ ਤੇ ਮੈਂ ਇੱਕ ਦਿਨ ਤੌਣਾ ਫੜਿਆ ਸਾਲਿਆ। ਚਾਹ ਕੇ ਮੇਰੀ ਰਿਪੋਰਟ ਕਰ ਦਿੱਤੀ ਸੀ ਉਹਨੂੰ। ਸੀਓ ਦੀ ਭੈਣ ਵਾਲੇ ਨੇ ਵਿਆਹ ਕਰਾਇਆ ਸੀ, ਮੇਰੀ ਏਸੀ ਆ ਖਰਾਬ ਕਰਵਾ ਕੇ ਮੇਰਾ ਪ੍ਰਮੋਸ਼ਨ ਰੁਕਵਾਇਆ ਇਹਨੇ। ਉਸ ਤੋਂ ਬਾਅਦ ਖੁਦ ਪ੍ਰਮੋਟ ਹੋ ਕੇ ਕਰਨਲ ਬਣ ਕੇ ਮੇਰੇ ਉੱਤੇ ਹੱਲ ਗਿਆ ਤੇ ਮੈਨੂੰ ਇੰਨਾ ਤੰਗ ਕੀਤਾ ਇਹਨੇ, ਇੰਨਾ ਤੰਗ ਕੀਤਾ ਇਹਨੇ ਕਿ ਪ੍ਰੀ ਮੈਚੂਰ ਰਿਟਾਇਰਮੈਂਟ ਲੈਣੀ ਪਈ। ਹੀ ਹੈ ਸਬੋਟਾਜ ਮਾਈ। ਮੈਂ ਇਹਨੂੰ ਕਦੇ ਮਾਫ਼ ਨਹੀਂ ਕਰ ਸਕਦਾ, ਇਹਦੇ ਕਰਕੇ ਮੈਨੂੰ ਵਿਸ਼ੇਸ਼ ਸੇਵਾ ਮੈਡਲ ਨਹੀਂ ਮਿਲਿਆ ਸੀ। ਬਾਕੀ ਅਫਸਰਾਂ ਨਾਲ ਮਿਲ ਕੇ ਮੇਰੀ ਸ਼ਿਕਾਇਤ ਕਰਦਾ ਸੀ, ਇਹ ਮੇਜਰ ਤੋਂ ਕਰਨਲ ਹੀ ਬਣ ਸਕਿਆ, ਉਹਦੇ ਵਾਸਤੇ ਮੈਨੂੰ ਕਸੂਰਵਾਰ ਠਹਿਰਾਉਂਦਾ ਸੀ। ਮੇਰੀ ਬਦਕਿਸਮਤੀ ਦੇਖੋ, ਕਾਲਜ ਮੇਰੇ ਨਾਲ ਪੜ੍ਹਦਾ ਸੀ। ਪਤਾ ਹੈ ਕਾਲਜ 'ਚ ਸਮਾਨ ਕਿਹੜੇ 'ਤੇ ਲੈ ਕੇ ਆਇਆ ਸੀ? ਟਰੈਕਟਰ ਤੇ, ਟਰੈਕਟਰ ਤੇ। ਸ਼ਹਿਰ ਵਾਲਿਆਂ ਨੂੰ ਮਾੜਾ ਸਮਝਦਾ ਸੀ, ਮੇਰੇ ਨਾਲ ਇਸ ਲਈ ਔਖਾ ਹੁੰਦਾ ਸੀ ਕਿ ਮੈਨੂੰ ਅੰਗਰੇਜ਼ੀ ਆਉਂਦੀ ਸੀ ਤੇ ਇਹਨੂੰ ਨਹੀਂ। ਕੈਨ ਯੂ ਇਮੇਜਿਨ? ਪੁੱਤਰ ਤੂੰ ਬਚ ਗਈ ਹੈ, ਇਹਨੇ ਤੇਰੀ ਜ਼ਿੰਦਗੀ ਨਰਕ ਬਣਾ ਦੇਣੀ ਸੀ। ਅੱਜ ਤੋਂ ਬਾਅਦ ਇਸ ਬੰਦੇ ਦਾ ਜ਼ਿਕਰ ਇਸ ਘਰ 'ਚ ਕਦੇ ਨਹੀਂ ਹੋਏਗਾ। ਹੈਵ ਆਈ ਮੇਡ ਮਾਈ ਪੁਆਇੰਟ ਕਲੀਅਰ? ਗੁੱਡ। ਇਸ ਤੋਂ ਪਿੱਛਾ ਛੁੜਾ ਕੇ ਮੈਂ ਪਿੰਡ 'ਚ ਆਇਆ ਸੀ, ਹੁਣ ਇੱਥੇ ਵੀ? ਬਲੱਡ ਹੀ ਵਾਂਟਸ ਟੂ ਰੂਨ ਮਾਈ ਫੈਮਿਲੀ ਲਾਈਫ ਟੂ? ਆਪਣੀ ਕੁੜੀ ਨੂੰ ਮੇਰੇ ਮੁੰਡੇ ਦੇ ਪਿੱਛੇ ਲਾ ਕੇ? ਕੰਨ ਖੋਲ ਕੇ ਸੁਣ ਲੈ ਦੀਪ, ਉਸ ਘਰ ਦਾ ਰਿਸ਼ਤਾ ਨਹੀਂ ਹੋ ਸਕਦਾ ਮੇਰੇ ਜਿੰਦਿਆਂ ਜੀ। ਉਸ ਕਰਨਲ ਦੀ ਕੁੜੀ ਇਸ ਘਰ 'ਚ ਨਹੀਂ ਆਏਗੀ। ਹੋਏ ਚੁੱਪ ਕਰ ਜਿੰਦੇ ਨਾ ਪਰ ਹੋ ਕੇ ਤੂੰ ਰੋ ਲੈ ਅੰਦਰ ਵੜ ਕੇ ਸਾਰ ਨਹੀਂ ਸੀ ਉਹ ਟੁੱਟ ਜਾਣੀ ਸਾਡੀ ਪੀਂਗ ਹੁਲਾਰੇ ਚੜ ਕੇ ਸੋਚਿਆ ਨਹੀਂ ਸੀ ਕਦੇ ਇੰਜ ਜੁਦਾ ਹੋਵਾਂਗੇ ਹੋਏ ਸੋਚਿਆ ਨਹੀਂ ਸੀ ਕਦੇ ਇੰਜ ਜੁਦਾ ਹੋਵਾਂਗੇ ਇੰਜ ਜੁਦਾ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਇੰਜ ਜੁਦਾ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਇੰਨਾ ਨੇੜੇ ਹੋ ਕੇ ਹੁਣ ਦੂਰ ਜਦੋਂ ਹੋਵਾਂਗੇ ਦੂਰ ਜਦੋਂ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਹੋਏ ਦੂਰ ਜਦੋਂ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਲੁਕ ਲੁਕ ਰੋਵਾਂਗੇ ਪਾਨੂੰ ਕੀ ਹੋ ਗਿਆ ਏ ਛਾਵਾਂ ਨੂੰ ਕੀ ਹੋ ਗਿਆ ਰੱਬ ਜਾਣੇ ਖੋਰੇ ਨਾਰਾਵਾਂ ਨੂੰ ਕੀ ਹੋ ਗਿਆ ਉਹ
ਧੁੱਪਾਂ ਨੂੰ ਕੀ ਹੋ ਗਿਆ ਏ ਛਾਵਾਂ ਨੂੰ ਕੀ ਹੋ ਗਿਆ ਰੱਬ ਜਾਣੇ ਖੋਰੇ ਨਾਰਾਵਾਂ ਨੂੰ ਕੀ ਹੋ ਗਿਆ ਹੁਣ ਜਦੋਂ ਕਦੇ ਨਾ ਰਾਵਾਂ ਚ ਖਲੋਵਾਂਗੇ ਹੁਣ ਜਦੋਂ ਕਦੇ ਨਾ ਰਾਵਾਂ ਚ ਖਲੋਵਾਂਗੇ ਰਾਵਾਂ ਚ ਖਲੋਵਾਂਗੇ ਤੇ ਲੁਕ ਲੁਕ ਰੋਵਾਂਗੇ ਹੋਏ ਰਾਵਾਂ ਚ ਖਲੋਵਾਂਗੇ ਤੇ ਲੁਕ ਲੁਕ ਰੋਵਾਂਗੇ ਲੁਕ ਲੁਕ ਰੋਵਾਂਗੇ ਤੂੰ ਵੀ ਮਜਬੂਰ ਹੈ ਤੇ ਮੈਂ ਵੀ ਬੇਕਸੂਰ ਹਾਂ ਕੋਲ ਕੋਲ ਹੁੰਦਿਆਂ ਹਜ਼ਾਰਾਂ ਕੋਹਾਂ ਦੂਰ ਹਾਂ ਤੂੰ ਵੀ ਮਜਬੂਰ ਹੈ ਤੇ ਮੈਂ ਵੀ ਬੇਕਸੂਰ ਹਾਂ ਕੋਲ ਕੋਲ ਹੁੰਦਿਆਂ ਹਜ਼ਾਰਾਂ ਕੋਹਾਂ ਦੂਰ ਹਾਂ ਕਿੰਨੀ ਦੇਰ ਦੁੱਖ ਇੱਕ ਦੂਜੇ ਤੋਂ ਲੁਕਾਵਾਂਗੇ ਹਾਏ ਕਿੰਨੀ ਦੇਰ ਦੁੱਖ ਇੱਕ ਦੂਜੇ ਤੋਂ ਲੁਕਾਵਾਂਗੇ ਦੁੱਖਾਂ ਨੂੰ ਲੁਕਾਵਾਂਗੇ ਤੇ ਲੁਕ ਲੁਕ ਰੋਵਾਂਗੇ ਹੋਏ ਦੁੱਖਾਂ ਨੂੰ ਲੁਕਾਵਾਂਗੇ ਤੇ ਲੁਕ ਲੁਕ ਰੋਵਾਂਗੇ ਲੁਕ ਲੁਕ ਰੋਵਾਂਗੇ ਸੋਚਿਆ ਨਹੀਂ ਸੀ ਕਦੇ ਇੰਜ ਜੁਦਾ ਹੋਵਾਂਗੇ ਇੰਜ ਜੁਦਾ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਇੰਜ ਜੁਦਾ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਲੁਕ ਲੁਕ ਰੋਵਾਂਗੇ ਲੁਕ ਲੁਕ ਰੋਵਾਂਗੇ ਲੁਕ ਲੁਕ ਰੋਵਾਂਗੇ ਬਹੁਤ ਖੁਸ਼ਨਸੀਬ ਨੇ ਉਹ ਮੁੰਡੇ ਕੁੜੀਆਂ ਜਿਨ੍ਹਾਂ ਦੇ ਵਿਆਹ ਸਿਰਫ ਆਪਣੇ ਮਾਂ ਬਾਪ ਦੀ ਮਰਜ਼ੀ ਨਾਲ ਨਹੀਂ ਬਲਕਿ ਆਪਦੀ ਮਰਜ਼ੀ ਨਾਲ ਵੀ ਹੁੰਦੇ ਨੇ ਅਸੀਂ ਦੋਵੇਂ ਅੱਜ ਜ਼ਿੰਦਗੀ ਦੇ ਉਸ ਮੁਕਾਮ 'ਤੇ ਖੜ੍ਹੇ ਹਾਂ ਜਿੱਥੇ ਸਾਡਾ ਲਿੱਤਾ ਇੱਕ ਗਲਤ ਫੈਸਲਾ ਸਾਡੀ ਜ਼ਿੰਦਗੀਆਂ ਰੋਲ ਸਕਦਾ ਹੈ ਤੁਸੀਂ ਸਾਡੇ ਹਮ ਉਮਰ ਹੋ ਜੇ ਤੁਸੀਂ ਸਾਡੀ ਥਾਂ 'ਤੇ ਹੁੰਦੇ ਤਾਂ ਤੁਸੀਂ ਕੀ ਕਰਦੇ ਦੀਪ ਮੈਂ ਤੈਨੂੰ ਇੱਕ ਗੱਲ ਪੁੱਛਾਂ ਤੈਨੂੰ ਲੱਗਦਾ ਕਿ ਤੂੰ ਕੋਈ ਗਲਤ ਕੰਮ ਕੀਤਾ ਨਹੀਂ ਤੇ ਹਰਮਨ ਤੂੰ ਬਿਲਕੁਲ ਨਹੀਂ ਤਾਂ ਗੱਲ ਬਿਲਕੁਲ ਸਾਫ਼ ਹੈ ਜੇ ਅਸੀਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਤਾਂ ਅਸੀਂ ਆਪਣੇ ਪੇਰੈਂਟਸ ਕੋਲੋਂ ਕਿਉਂ ਡਰੀ ਜਾਈਏ ਉਹ ਬਈ ਮੈਂ ਤੇ ਕਹਿਣਾ ਬਈ ਤੁਹਾਡਾ ਜੋ ਵੀ ਫੈਸਲਾ ਹੋਵੇ ਨਾ ਜਾ ਕੇ ਆਪਣੇ ਮਾਂ ਪਿਓ ਨੂੰ ਦੱਸ ਦਿਓ ਮੰਨਦੇ ਆ ਠੀਕ ਹੈ ਨਹੀਂ ਤਾਂ ਉਹਨਾਂ ਦੀ ਮਰਜ਼ੀ ਉਹਨਾਂ ਨੇ ਤਾਂ ਨਹੀਂ ਮੰਨਣਾ ਨਹੀਂ ਮੰਨਦੇ ਤਾਂ ਆਪਣਾ ਫੈਸਲਾ ਸੁਣਾ ਦਿਓ ਬਈ ਅਸੀਂ ਤਾਂ ਇਕੱਠੇ ਹੀ ਰਹਿਣਾ ਦੀਪ ਦਾ ਪਤਾ ਨਹੀਂ ਪਰ ਮੇਰੇ ਪਾਪਾ ਨੇ ਤਾਂ ਸੁਣਦੇ ਆ ਸਾਰੇ ਮੈਨੂੰ ਗੋਲੀ ਮਾਰ ਦੇਣੀ ਹੈ ਯਾਰ ਹੱਦ ਹੋ ਗਈ ਜ਼ਿੰਦਗੀ ਸਾਡੀ ਤੇ ਕੰਟਰੋਲ ਸਾਡੇ ਮਾਂ ਬਾਪ ਦਾ ਜ਼ਮਾਨਾ ਕਿਤੇ ਦਾ ਕਿਤੇ ਪਹੁੰਚ ਗਿਆ ਪਰ ਸਾਡੇ ਮਾਂ ਬਾਪ ਉੱਥੇ ਹੀ ਖੜੇ ਨੇ ਰੀਅਲੀ ਵੈਸੇ ਤਾਂ ਕਹਿਣਗੇ ਕਿ ਦੇਖੋ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਿੰਨੀ ਆਜ਼ਾਦੀ ਹੈ ਮੁੰਡੇ ਕੁੜੀਆਂ ਇਕੱਠੇ ਕਾਲਜ ਵਿੱਚ ਪੜ੍ਹਦੇ ਨੇ ਆਪਣੀ ਮਨ ਮਰਜ਼ੀ ਦਾ ਖਾਂਦੇ ਨੇ ਤੇ ਮਨ ਮਰਜ਼ੀ ਦਾ ਪਾਉਂਦੇ ਨੇ ਹੋਰ ਇਹਨਾਂ ਨੂੰ ਕੀ ਚਾਹੀਦਾ ਪਰ ਜਦੋਂ ਸਾਡੀ ਅਸਲ ਆਜ਼ਾਦੀ ਦੀ ਗੱਲ ਆਉਂਦੀ ਹੈ ਉੱਥੇ ਸਾਡਾ ਗਲਾ ਘੁੱਟ ਰਹੇ ਨੇ ਬਿਲਕੁਲ ਜ਼ੁਲਮ ਹੈ ਵੇਖੋ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਹੁੰਦਾ ਹੈ ਆਪਣਾ ਜੀਵਨ ਸਾਥੀ ਚੁਣਨਾ ਠੀਕ ਹੈ ਕਿ ਨਹੀਂ ਔਰ ਵੇਖੋ ਇਸ ਮਾਮਲੇ ਵਿੱਚ ਸਾਡੇ ਕੋਲ ਸਹੀ ਹੈ ਨੇ ਯਾਰ ਮੇਰੀ ਗੱਲ ਮੰਨੋ ਤੁਸੀਂ ਦੋਨੋਂ ਘਰੋਂ ਹੀ ਭੱਜੋ ਉਹ ਐਵੇਂ ਇੱਧਰ ਉੱਧਰ ਟਕਰਾ ਮਾਰਨ ਦੀ ਕੋਈ ਲੋੜ ਨਹੀਂ ਜੇ ਦੋਵੇਂ ਜਾਣੇ ਸੁਖੀ ਰਹਿਣਾ ਚਾਹੁੰਦੇ ਹੋ ਨਾ ਚੁੱਪ ਕਰਕੇ ਜਾ ਕੇ ਕੋਰਟ ਮੈਰਿਜ ਕਰ ਲਓ ਬਾਅਦ 'ਚ ਜੋ ਹੋਏਗੀ ਵੇਖੀ ਜਾਏਗੀ ਇਹੀ ਤਾਂ ਮੈਂ ਜਾਣਨਾ ਚਾਹੁੰਦਾ ਬਾਅਦ ਵਿੱਚ ਕੀ ਹੋਏਗਾ ਉਹ ਨਹੀਂ ਮੰਨਦੇ ਤੇ ਨਾ ਸਹੀ ਤੁਸੀਂ ਵੱਖਰੇ ਰਹਿਣ ਲੱਗ ਪਿਓ ਕਿੰਨਾ ਆਸਾਨ ਹੈ ਕਹਿਣਾ ਕਿ ਆਪਣੇ ਪੇਰੈਂਟਸ ਤੋਂ ਵੱਖਰੇ ਹੋ ਜਾਓ ਕਦੀ ਸੋਚਿਆ ਉਹਨਾਂ ਤੋਂ ਦੂਰ ਹੋ ਕੇ ਸਾਡੀ ਜ਼ਿੰਦਗੀ ਕੀ ਰਹਿ ਜਾਏਗੀ ਘਰੋਂ ਭੱਜ ਜਾਣਾ ਮਾਂ ਬਾਪ ਤੋਂ ਬਗੈਰ ਕੋਰਟ ਮੈਰਿਜ ਕਰਾ ਲੈਣਾ ਇਹ ਤਾਂ ਪ੍ਰੋਬਲਮ ਦਾ ਕੋਈ ਸੋਲੂਸ਼ਨ ਨਹੀਂ ਹੋਇਆ ਹੈ
घरों भज गया अज तक कोई सुखी रहे? जरा सोच के देखो, मां बाप तो बिना साड़ी जिंदगी किहो जी होगी? जवाब दो भाई, चुप क्यों हो गए? हैं? उन्हां दे प्यार तो असी महरूम तो हो जाएंगे, पर रवांगे कित्थे? कदे सोचे पढ़ांगे किवें? नौकरी तो दूर की गल है, नवें सिरे तो जिंदगी शुरू करनी पौगी। कर सकते हो? किन्ने किन्ने हाथ चुको? अच्छा हुण एक गल दा जवाब दो, थोड़े मां बाप थोनू किन्ना प्यार करते हैं? बहुत। जिन्ना आखो ओना ही काट। साडे लई कुछ भी कर सकते ने। दैट्स इट, साडे लई कुछ भी कर सकते, सिर्फ साडियां जरूरतां ही नहीं पूरियां करदे बल्कि साडे लई अपनी जान भी दे सकते ने। दुनिया च है कोई दूजा रिश्ता जिहड़ा ये कर सकदा है? मैनू तो सिर्फ इन्ना पता है कि रब का दूजा रूप होंदे ने साडे मां बाप। फिर ये सब क्यों हो रहा दीप? क्यों उन्होंने साडी गल समझ ही नहीं आ रही? क्यों अपने ईगो च बैठे ने? उन्होंने अपनी लड़ाई च असीं नजर ही नहीं आ रहे। हरमन, अज तो 20-25 साल पहला का समा इमेजिन करो, जदों साडे पेरेंट्स का विआह होया होगा। उस वेले तो मुंडे कुड़ी का दूरों ही एक दूजे नूं देख लेना प्यार का इजहार होंदा सी। साडे पेरेंट्स का विआह उन्हां दे मां बाप ने जिथे किया उन्होंने चुप चाप मन लिया, जो उन्हां नाल होया वही वो साडे नाल करना चाहते ने। वो नहीं बदले, असी बहुत तेजी नाल बदल रहे हैं। पर उन्हां नूं भी तो समय नाल बदलना चाहिए ना, है कि नहीं? यही तो समझने वाली गल है, वो इन्नी छेती नहीं बदल सकते। फिर असं करिए भी तो की करिए? असी उन्होंने समझने की कोशिश करिए। एक पंजाबी सब कुछ बर्दाश्त कर सकता है पर अपनी इज्जत पर लगे दाग कदे नहीं बर्दाश्त कर सकता। ओदियां धीआं भैणां ओदी इज्जत हुंदियां ने, ओदी धी दा एक गलत फैसला ओदी पग दा दाग बन सकता है। मतलब सानू साडे जीवन साथी चुनन दा हक कदी भी नहीं मिलेगा? मिलेगा, क्यों नहीं मिलेगा? पर सब तो पहला सानू उन्हां दा ये डर कटना पौगा। जिस दिन उन्होंने यकीन हो गया कि ऐसी कोई गलत काम नहीं करेंगे, समझो साडा अद्धा काम हो गया। ते बाकी अद्धा जे असी सच्चे हाँ, साडा प्यार सच्चा है, तो असी उन्होंने मन मुड़ दांगे। पर होएगा किवें? होएगा हरमन, ये भी होएगा, मेरे ते भरोसा रख। बस तू वेखती जा। ना गल सुन, कई दिन हो गए दीप नूं इत्थे आ, ए यूनिवर्सिटी क्यों नहीं जांदा? मैं तो बथेरा किया, कहिंदा 4 दिनां विच की विगड़ जाऊगा। अच्छा, रब लाउ नूं मैं पुछदा। हुण तुसीं डांट ना लग जायो, जवान पुत्र है। वो जवान पुत्र है ऐसी अपना ही पुत्र ना, पुछा तो सही उन्हूं आखिर गल की हुई है। हां, इन्ने दिन यूनिवर्सिटी जाए बिना काम किवें चलेगा? दीप। हाँ जी डैडी। जरा उत्ते आ। आया जी, आया। हाँ जी डैडी। क्यों भाई, यूनिवर्सिटी छुट्टियां ने? नहीं था। ते फिर जानता क्यों नहीं? ओ डैडी, मैं पढ़ना नहीं चाहता। की क्या डैडी? पढ़न ले शहर जाना पौगा, उत्थे वही लोग मिलनगे जेडे थोनू पसंद नहीं है, नाले आपां केड़ा पढ़ के नौकरी करनी? जमीना वाधू ने इत्थे कम करांगे, नाले नवे कम जिहड़े तुसीं शुरू कीते ने उन्हां सिरे चाढ़ांगे। डैडी मैं तां इत्थे होस्टल तो अपना समान भी चुक लिया। गल सुनो मुंडिया, ए गल दोबारा ना करी। ए गल तेरी चंगी है कि तू पिंड चले के पिंड दे काम करना चाहना है, हाले उहदा टाइम नहीं आया तेरा, प्यो हैगा हले। दोबारा कदे समान चुकन की गल नहीं सुनना चाहता तेरे मुंह तो। मैं सानू पिंड वालियां नू पढ़ना भी जरूरी है, नौकरियां करना भी जरूरी है, नहीं तो सारी उम्र पेंडू ती अनपढ़ पावांगे। कल सवेरे वापस जाने की तैयारी कर।
पर डैडी नो नॉनसेंस ठीक है हुण तुसी कह रहे हो तो जाना ही पऊगा पर कुछ दिन और रह सकदा मैं इत्थे प्लीज अरमन किथे है अपने कमरे विच है चाह पीती होने नाश्ता भी खा गई की कहंदी सी मैनू की कहना सी होने मेरा मतलब उस मुंडे बारे कोई गल कीती सी नहीं मेरे बारे की कहंदी सी कैसे बातें कर रहा हां की होगा तनु उस ते नजर रखी क्लास खत्म होने बाद सीधा घर आना चाहिए उनू ठीक है ਉਹਦੇ ਫੋਨ ਤੇ ਵੀ ਨਜ਼ਰ ਰੱਖੀ ਤੁਹਾਡੀ ਧੀ ਆ ਕਿਹਦੇ ਨਾਲ ਗੱਲ ਕਰਦੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਗੁੱਡ ਮਾਰਨਿੰਗ ਪਾਪਾ ਮਾਰਨਿੰਗ ਮਾਰਨਿੰਗ ਪਾਪਾ ਤੁਸੀਂ ਬਹੁਤ ਚਾਹ ਪੀਣ ਲੱਗ ਪਏ ਹੋ ਇਹ ਪਹਿਲਾ ਕੱਪ ਹੈ ਨਾ ਪਹਿਲਾ ਤੀਸਰਾ ਪਾਪਾ ਜਿੰਨੇ ਕੱਪ ਚਾਹ ਉਨੇ ਚਮਚ ਚੀਨੀ ਫਿਰ ਤੁਸੀਂ ਕਹੋਗੇ ਤਬੀਅਤ ਠੀਕ ਨਹੀਂ ਮੈਨੂੰ ਕੀ ਹੋਇਆ ਮੈਂ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਨਹੀਂ ਹੈ ਸਵੇਰ 5 ਵਜੇ ਤੇ ਉੱਠੇ ਮੇਰੇ ਮਗਰ ਮਗਰ ਘੁੰਮ ਰਹੇ ਮੈਂ ਕਿਹਾ ਨਾ ਮੈਂ ਬਿਲਕੁਲ ਠੀਕ ਹਾਂ ਕਲਾਸ ਖਤਮ ਹੋਣ ਦੇ ਬਾਅਦ ਸਿੱਧਾ ਘਰ ਆਈ ਕਲਾਸ ਖਤਮ ਹੁੰਦਿਆਂ ਹੀ ਮੈਂ ਆ ਜਾਵਾਂਗੀ ਪਰ ਆ ਕੇ ਤੁਹਾਨੂੰ ਗੋਭੀ ਦੇ ਪਕੌੜੇ ਬਣਾ ਕੇ ਖਵਾਵਾਂਗੀ ਬਿਲਕੁਲ ਨਹੀਂ ਆਲਰੇਡੀ ਮੋਟੇ ਹੋ ਗਏ ਪਕੌੜੇ ਬਿਲਕੁਲ ਵੀ ਨਹੀਂ ਆ ਕੌਣ ਕਹਿੰਦਾ ਮੇਰੇ ਪਾਪਾ ਮੋਟੇ ਨੇ ਮੇਰੇ ਪਾਪਾ ਵਰਗਾ ਇਸ ਦੁਨੀਆ ਵਿੱਚ ਹੋਰ ਕੋਈ ਹੋ ਹੀ ਨਹੀਂ ਸਕਦਾ ਹੈ ਨਾ ਪਾਪਾ ਕੀ ਕਿਹਾ ਕੀ ਗਈ ਹੈ ਤੁਸੀਂ ਨਹੀਂ ਸੁਣਿਆ ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਪਾਪਾ ਹੋ ਕਿਉਂ ਕਿਹਾ ਕੀ ਗਈ ਹੈ ਕਿਉਂ ਮਤਲਬ ਤੁਸੀਂ ਅੱਛੇ ਪਾਪਾ ਨਹੀਂ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਟਾਇਆ ਨੂੰ ਪਾਸੇ ਚੰਗੀ ਅੱਛਾ ਜੀ ਪਾਸੇ ਕਰ ਛੇਤੀ ਪਾਸੇ ਕਰ ਹਾਂਜੀ ਹਾਂ ਹਾਂ ਕਰ ਬਸ 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 ਬਹੁਤ ਇਹਨੇ ਤੇਰੇ ਨਾਲ ਕੋਈ ਗੱਲ ਕੀਤੀ ਕਿਹੜੀ ਗੱਲ ਆਹੀ ਉਹ ਕੁੜੀ ਬਾਰੇ ਉਹਨੇ ਤਾਂ ਮੈਨੂੰ ਨਹੀਂ ਦੱਸਿਆ ਹਾਂ ਮੈਂ ਪੁੱਛਿਆ ਸੀ ਕੀ ਕਹਿੰਦਾ ਫਿਰ ਕਹਿੰਦਾ ਛੱਡੋ ਮਾਮਾ ਜਿਸ ਗੱਲ ਵਿੱਚ ਡੈਡੀ ਦੀ ਖੁਸ਼ੀ ਨਹੀਂ ਉਹ ਮੈਂ ਨਹੀਂ ਕਰਾਂਗਾ ਉਸਨੇ ਤਾਂ ਕੁੜੀ ਨੂੰ ਵੀ ਕਹਿ ਦਿੱਤਾ ਕਿ ਜੇ ਮੇਰੇ ਮਾਂ ਬਾਪ ਰਾਜੀ ਨਹੀਂ ਤਾਂ ਮੈਂ ਨਹੀਂ ਕਰਾਂਗਾ ਦੇਤਾ ਜੀ ਗੇੜਾ ਆਪਾਂ ਸਵੇਰੇ ਸਵੇਰੇ ਖੇਤਾਂ ਦਾ ਡੈਡੀ ਚੰਡੀਗੜ੍ਹ ਜਾਣ ਨੂੰ ਜੀ ਜਤ ਨਹੀਂ ਕਰਦਾ ਪਰ ਜਾਣਾ ਪਊਗਾ ਮੇਰੇ ਦੋਸਤਾਂ ਨੇ ਇੱਕ ਫੰਕਸ਼ਨ ਜਿਹਾ ਰੱਖਿਆ ਅਤੇ ਤੁਸੀਂ ਵੀ ਨਾਲ ਜ਼ਰੂਰ ਆਉਣਾ ਮੈਂ ਕੀ ਕਰਾਂਗਾ ਮੈਂ ਵੈਸੇ ਮੈਨੂੰ ਇਹੋ ਜਿਹੇ ਪ੍ਰੋਗਰਾਮ ਪਸੰਦ ਨਹੀਂ ਕਿ ਉਹ ਪੰਜਾਬੀ ਗਾਣਿਆਂ 'ਚ ਅੰਗਰੇਜ਼ੀਆਂ ਬੀਟਾਂ ਪਾ ਕੇ ਕੁੱਦੀ ਜਾਓ ਨਹੀਂ ਉਹਨਾਂ ਨੇ ਕਿਹਾ ਕਿ ਜੇ ਡੈਡੀ ਨੂੰ ਨਹੀਂ ਲੈ ਕੇ ਆਇਆ ਤਾਂ ਤੈਨੂੰ ਵੀ ਆਉਣ ਦੀ ਲੋੜ ਨਹੀਂ ਅਤੇ ਮੈਂ ਗੱਲਾਂ ਕਰਦਾ ਰਹਿਣਾ ਤੁਹਾਡੀਆਂ ਉਹਨਾਂ ਦੇ ਨਾਲ ਮੈਂ ਪ੍ਰੋਮਿਸ ਕਰ ਚੁੱਕੀ ਡੈਡੀ ਇਹੋ ਜਿਹੀ ਕਿਹੜੀ ਗੱਲ ਆ ਅਗਰ ਬੇਟੇ ਨੇ ਪ੍ਰੋਮਿਸ ਕਰਤਾ ਹੈ ਤੇ ਡੈਡੀ ਪੂਰਾ ਨਹੀਂ ਕਰੇਗਾ ਤੇ ਕੌਣ ਕਰੇਗਾ ਜ਼ਰੂਰ ਚੱਲਾਂਗੇ ਨਾਲੇ ਤੇਰੀ ਸਰਦਾਰਨੀ ਤੈਨੂੰ ਵੀ ਨਾਲ ਲੈ ਕੇ ਚੱਲਾਂਗੇ ਚਲੋ ਮੈਂ ਹੁਣ ਪੰਚਾਇਤ ਦਾ ਗੇੜਾ ਲਾਇਆ ਵਾਂ ਹਾਂਜੀ ਓਕੇ ਛੇਤੀ ਰੈਡੀ ਹੋ ਜਾਓ ਜੀ ਤੁਸੀਂ ਹੈ ਇਹ ਮੁੰਡਾ ਮੇਰੇ ਤੇ ਨਹੀਂ ਗਿਆ ਕਿਉਂ ਇੱਦਾਂ ਕਿਉਂ ਕਹਿੰਦੇ ਹੋ ਕੁਛ ਕਰਦਾ ਹੀ ਨਹੀਂ ਮੈਂ ਜੋ ਕਹਿੰਦਾ ਕਰੀ ਜਾਂਦਾ ਕੋਈ ਗੁੱਸਾ ਵੀ ਨਜ਼ਰ ਨਹੀਂ ਆਉਂਦਾ ਇਹਦੇ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਤੁਸੀਂ ਉਹਦੀ ਤਾਰੀਫ ਕਰ ਰਹੇ ਹੋ ਜਾਂ ਸ਼ੱਕ ਕਰ ਰਹੇ ਹੋ ਸ਼ੱਕ ਕਿਉਂ ਕਰਾਂਗਾ ਇਸ ਮੁੰਡੇ ਨੇ ਮੇਰਾ ਦਿਲ ਜਿੱਤ ਲਿਆ ਅੱਜ ਸੀਨਾ ਛੋੜਾ ਹੋ ਗਿਆ ਮੇਰਾ I'm proud of my son Good morning, Papa. Good morning. ਇਹ ਕੀ ਹੈ? ਆਲੂ ਦਾ ਪਰੌਂਠਾ। ਤੁਹਾਨੂੰ ਪਸੰਦ ਹੈ ਨਾ? ਮੈਂ ਆਪਣੇ ਹੱਥਾਂ ਨਾਲ ਬਣਾਇਆ। ਭਾਈ ਮੇਰੀ ਬੇਟੀ ਨੇ ਬਣਾਇਆ ਤੇ ਸਪੈਸ਼ਲੀ ਹੋਏਗਾ ਨਾ। ਇੰਜ ਨਹੀਂ, ਪਹਿਲਾਂ ਖਾ ਕੇ ਦੇਖੋ। ਓਕੇ ਭਾਈ।
ਬਈ ਵਾਹ 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 ਪਰਾਠਾ ਤੇ ਅੱਜ ਪਹਿਲੀ ਵਾਰ ਖਾਦਾ ਹੈ। ਤੇਰੀ ਮਾਂ ਨਾ ਪਰਾਠੇ ਦੇ ਨਾਂ ਤੇ ਉਹਨੂੰ ਕੀ ਕਹਿੰਦੇ ਨੇ ਥੇਪਲਾ ਖਿਲਾ ਦਿੰਦੀ ਹੈ। ਪਾਪਾ ਯੂ ਟੂ ਮੱਚ, ਕਦੀ ਤੇ ਮੰਮੀ ਦੀ ਤਾਰੀਫ ਕਰਦਿਆ ਕਰੋ। ਉਹ ਐਸੀ ਤਰ੍ਹਾਂ ਠੀਕ ਹੈ, ਜੇ ਉਹਦੀ ਜ਼ਿਆਦਾ ਤਾਰੀਫ ਕਰੋ ਤੁਹਾਨੂੰ ਲੱਗਦਾ ਮੇਰੀ ਤਬੀਅਤ ਖਰਾਬ ਹੋ ਗਈ। ਅੱਛਾ ਪਾਪਾ ਮੈਂ ਚੱਲਦੀ ਹਾਂ, ਲੇਟ ਹੋ ਰਹੀ ਹਾਂ। ਜਲਦੀ ਆ ਜਾਈ ਪੁੱਤਰ, ਤੂੰ ਚਲੀ ਜਾਂਦੀ ਹੈ ਨਾ ਤੇ ਘਰ ਦੀ ਰੌਣਕ ਆਪਣੇ ਨਾਲ ਲੈ ਜਾਂਦੀ ਹੈ। ਤੇ ਜਦੋਂ ਮੈਂ ਵਾਪਸ ਆਉਂਦੀ ਹਾਂ? ਤੂੰ ਵਾਪਸ ਆਉਂਦੀ ਹੈ ਤੇ ਘਰ ਦੀ ਰੌਣਕ ਵਾਪਸ ਆ ਜਾਂਦੀ ਹੈ। ਅੱਛਾ ਪਾਪਾ, ਸਾਡੇ ਡਿਪਾਰਟਮੈਂਟ ਨੇ ਇੱਕ ਪ੍ਰੋਗਰਾਮ ਰੱਖਿਆ, ਤੁਸੀਂ ਆਓਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ। ਤੂੰ ਮੈਨੂੰ ਇਨਵਾਈਟ ਕਰ ਰਹੀ ਹੈ? ਰਾਈਟ ਸਰ, ਮੈਂ ਜ਼ਰੂਰ ਆਵਾਂਗਾ। ਤੇਰੀ ਖੁਸ਼ੀ ਤੋਂ ਪਿਆਰਾ ਮੈਨੂੰ ਹੋਰ ਕੀ ਹੋ ਸਕਦਾ ਹੈ। ਥੈਂਕ ਯੂ ਪਾਪਾ। ਓਏ ਮਾਈ ਬਿਊਟੀਫੁਲ ਵਾਈਫ, ਮੇਰੀ ਗੱਲ ਸੁਣ। ਹਰਮਨ ਨੇ ਆਪਣੇ ਹੱਥਾਂ ਨਾਲ ਮੇਰੇ ਵਾਸਤੇ ਪਰੌਂਠੇ ਬਣਾਏ ਨੇ। ਅਰੇ ਵਾਹ! ਇੱਕ ਗੱਲ ਹੋਰ, ਉਹਦੇ ਕਾਲਜ ਡਿਪਾਰਟਮੈਂਟ ਵਾਲਿਆਂ ਨੇ ਕੋਈ ਪ੍ਰੋਗਰਾਮ ਰੱਖਿਆ, ਆਪਾਂ ਦੋਨਾਂ ਨੇ ਜਾਣਾ। ਨਾ ਬਬਨਾ, ਮੈਂ ਕੀ ਕਰਨਾ ਉੱਥੇ ਜਾ ਕੇ, ਤੁਸੀਂ ਜਾਇਓ। ਓਏ ਇਹ ਵੀ ਕੋਈ ਗੱਲ ਵੀ? ਆਪਣੀ ਬੇੜੀ ਦੀ ਖੁਸ਼ੀ ਵਾਸਤੇ ਤੂੰ ਇੰਨਾ ਵੀ ਨਹੀਂ ਕਰ ਸਕਦੀ, ਤੂੰ ਜਾਣਾ ਹੈ। ਓਕੇ, ਦੈਟਸ ਮਾਈ ਆਰਡਰ। ਬਸ ਸਾਰੀ ਉਮਰ ਤੁਹਾਡਾ ਆਰਡਰ ਹੀ ਮੰਨਿਆ ਹੈ, ਇਹ ਵੀ ਮੰਨ ਲੈਂਦੀ ਆ, ਠੀਕ ਛੇ? ਦੈਟ ਇਜ਼ ਲਾਈਕ ਅ ਗੁੱਡ ਵਾਈਫ। ਮੈਨੂੰ ਲੱਗਦਾ ਹੈ ਮੇਰੇ ਪਾਪਾ ਵਿੱਚ ਪਹਿਲਾਂ ਤੋਂ ਚੇਂਜ ਹੈ। ਜੇ ਨਾ ਹੁੰਦਾ ਤਾਂ ਉਹਨਾਂ ਨੇ ਇੰਨੀ ਆਸਾਨੀ ਨਾਲ ਇਸ ਪ੍ਰੋਗਰਾਮ ਲਈ ਮੰਨਣਾ ਨਹੀਂ ਸੀ। ਕਿੰਨੇ ਦਿਨਾਂ ਦਾ ਅਸੀਂ ਇਹਨਾਂ ਨੂੰ ਯਕੀਨ ਦਿਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਤੋਂ ਬਾਹਰ ਨਹੀਂ ਹੈਗੇ। ਅਸਲ 'ਚ ਸੱਚ ਵੀ ਆਹੀ ਕਿ ਅਸੀਂ ਇਹਨਾਂ ਦੀ ਇਜਾਜ਼ਤ ਤੋਂ ਬਗੈਰ ਕੁਛ ਨਹੀਂ ਕਰਾਂਗੇ। ਜੇ ਉਹ ਨਹੀਂ ਮੰਨੇ ਫਿਰ? ਇਹ ਡਿਸੀਜਨ ਤਾਂ ਆਪਾਂ ਪਹਿਲਾਂ ਤੋਂ ਹੀ ਲੈ ਚੁੱਕੇ ਹਾਂ, ਹੁਣ ਇਸ ਤੋਂ ਪਿੱਛੇ ਨਹੀਂ ਹਟ ਸਕਦੇ। ਦੇਖਣਾ ਇਹ ਹੈ ਕਿ ਸਾਡੇ ਪੇਰੈਂਟਸ ਕਦੋਂ ਤੱਕ ਸਾਨੂੰ ਸਾਡੀ ਨਜ਼ਰਾਂ ਨਾਲ ਨਹੀਂ ਦੇਖਦੇ। ਜੇ ਅਗਲੇ ਕੁਛ ਦਿਨਾਂ 'ਚ ਅਸੀਂ ਉਹਨਾਂ ਦੇ ਦਿਲ ਜਿੱਤ ਸਕਦੇ ਹਾਂ ਤਾਂ ਫਿਰ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੂੰ ਸਾਡੇ ਬਾਰੇ ਸੋਚਣਾ ਹੀ ਪਊਗਾ। ਜੇ ਉਹ ਨਾ ਹੋ ਸਕਿਆ ਫਿਰ? ਫਿਰ ਅਸੀਂ ਸਾਰੀ ਉਮਰ ਇਕੱਲੇ ਰਹਾਂਗੇ ਤੇ ਉਹਨਾਂ ਨੂੰ ਹਮੇਸ਼ਾ ਅਹਿਸਾਸ ਦਵਾਉਂਦੇ ਰਹਾਂਗੇ ਕਿ ਅਸੀਂ ਉਹਨਾਂ ਕਰਕੇ ਨਹੀਂ ਮਿਲ ਸਕੇ। ਹੋਰ ਕੋਈ ਰਸਤਾ ਨਹੀਂ ਯਾਰ, ਮਨ ਹੋਰ ਕੋਈ ਰਸਤਾ ਨਹੀਂ। ਵੈਲਕਮ ਵੈਲਕਮ ਕਰਨਲ ਸਾਹਿਬ, ਵੈਲਕਮ। ਆਈਏ 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 ਆਂਟੀ ਜੀ। ਭਾਈ ਅੱਜ ਵੀ ਕੋਈ ਮਜ਼ਾਕ ਮਜ਼ੂਕ ਤੇ ਨਹੀਂ ਹੋ ਰਿਹਾ ਨਾ? ਓ ਨੋ ਨੋ, ਨਾਟ ਐਟ ਆਲ, ਨੋ ਮਜ਼ਾਕ। ਅੱਛਾ, ਦੈਟਸ ਵੈਰੀ ਗੁੱਡ। ਦਰਅਸਲ ਕਰਨਲ ਸਾਹਿਬ, ਅੱਜ ਅਸੀਂ ਤੁਹਾਨੂੰ ਇੱਕ ਐਸਾ ਸ਼ੋਅ ਵਿਖਾਵਾਂਗੇ ਨਾ ਜਿਹਨੂੰ ਤੁਸੀਂ ਸਾਰੀ ਜ਼ਿੰਦਗੀ ਯਾਦ ਕਰੋਗੇ। ਅੱਛਾ, ਵੈਰੀ ਗੁੱਡ। ਚਲ ਸਰਦਾਰ, ਜਲਦੀ ਜਲਦੀ ਪੈਰ ਪੜਨਾ। ਬੈਠੋ ਅੰਕਲ, ਬੈਠੋ ਨਾ, ਸੀਟਾਂ ਸਪੈਸ਼ਲ ਬਣੀਆਂ ਰੱਖੀਆਂ। ਸਤਿ ਸ਼੍ਰੀ ਅਕਾਲ ਅੰਕਲ, ਸਤਿ ਸ਼੍ਰੀ ਅਕਾਲ ਜੀ। ਬੈਠੋ ਬੈਠੋ ਅੰਕਲ, ਬੈਠੋ ਤੁਸੀਂ। ਹਾਂਜੀ ਆਂਟੀ, ਬੈਠੋ ਤੁਸੀਂ ਪਲੀਜ਼, ਬੈਠੋ। ਗੁੱਡ ਈਵਨਿੰਗ ਲੇਡੀਜ਼ ਐਂਡ ਜੈਂਟਲਮੈਨ, ਸਾਡੇ ਇਸ ਪ੍ਰੋਗਰਾਮ ਦਾ ਨਾਂ ਹੈ ਅੱਜ ਦੀ ਹੀਰ ਤੇ ਅੱਜ ਦਾ ਰਾਂਝਾ। ਸਭ ਤੋਂ
ਇੱਕ ਪਗੜੀ ਬਾਬਲ ਦੀ, ਇੱਕ ਪਗੜੀ ਬਾਬਲ ਦੀ। ਖੇਡਣ ਦੇ ਦਿਨ ਚਾਰ ਨੀ ਮਾਈ ਮੇਰੇ, ਖੇਡਣ ਦੇ ਦਿਨ ਚਾਰ, ਹੋ ਖੇਡਣ ਦੇ ਦਿਨ ਚਾਰ ਸਹੇਲੀਓ, ਖੇਡਣ ਦੇ ਦਿਨ ਚਾਰ। ਖੇਡਣ ਦੇ ਦਿਨ ਚਾਰ ਓ ਬੇਲੀਓ, ਖੇਡਣ ਦੇ ਦਿਨ ਚਾਰ, ਖੇਡਣ ਦੇ ਦਿਨ ਚਾਰ ਓ ਬੇਲੀਓ, ਖੇਡਣ ਦੇ ਦਿਨ ਵਿੱਚ ਝੂਟਦੀ ਦਾ ਪਲ ਵਿੱਚ ਗੁਜ਼ਰ ਗਿਆ, ਹੋ ਪਹਿਲਾ ਦਿਨ ਪੱਟੇ ਤੇ ਪੰਘੂੜੇ ਵਿੱਚ ਝੂਟਦੀ ਦਾ ਪਲ ਵਿੱਚ ਗੁਜ਼ਰ ਗਿਆ, ਰੇਸ਼ਮੀ ਪਟੋਲਿਆਂ ਤੇ ਦਾਜ ਰਹੀ ਸਾਂਭਦੀ ਮੈਂ, ਗੁੱਡਿਆਂ ਵਿਆਉਣ ਦਾ ਸੀ ਚਾ, ਗੁੱਡੀਆਂ ਦੇ ਗਲਾਂ ਵਿੱਚ ਕਿੰਨੇ ਸੋਹਣੇ ਲੱਗਦੇ ਸੀ ਮੱਕੀ ਦੀਆਂ ਦਾਣਿਆਂ ਦੇ ਹਾਰ, ਮੱਕੀ ਦੀਆਂ ਦਾਣਿਆਂ ਦੇ ਹਾਰ। ਖੇਡਣ ਦੇ ਦਿਨ ਚਾਰ ਸਹੇਲੀਓ, ਖੇਡਣ ਦੇ ਦਿਨ ਚਾਰ, ਖੇਡਣ ਦੇ ਦਿਨ ਚਾਰ ਬੇਲੀਓ, ਖੇਡਣ ਦੇ ਦਿਨ ਚਾਰ। ਨੀ ਆਇਆ ਤੇਰੀ ਪੀਂਗ ਦੇ ਹੁਲਾਰੇ ਬੱਲੇ, ਬਿਟ ਬਿਟ ਵੇਖੇ ਅਸਮਾਨ, ਦੂਜਾ ਦਿਨ ਆਇਆ ਤੇਰੀ ਪੀਂਗ ਦੇ ਹੁਲਾਰੇ ਬੱਲੇ, ਬਿਟ ਬਿਟ ਵੇਖੇ ਅਸਮਾਨ, ਬਿਟ ਬਿਟ ਵੇਖੇ ਅਸਮਾਨ। ਬਾਬਲੇ ਦੇ ਵੇੜੇ ਚ ਸਮਾਉਂਦੀ ਨਾ ਜਵਾਨੀ ਫੇਰ, ਭੀੜਾ ਭੀੜਾ ਜਾਪਦਾ ਜਹਾਨ, ਸੰਗਤੀ ਸੰਗੋਲੀ ਤੇ ਮਾਂ ਕੋਲੋਂ ਪੁੱਛੇ, ਹਾਏ ਸੰਗਤੀ ਸੰਗੋਲੀ ਤੇ ਮਾਂ ਕੋਲੋਂ ਪੁੱਛੇ, ਕਿ ਮੈਂ ਸੱਚੀ ਮੁੱਚ ਹੋ ਗਈ ਮੁਟਿਆ, ਸੱਚੀ ਮੁੱਚ ਹੋ ਗਈ ਮੁਟਿਆ। ਖੇਡਣ ਦੇ ਦਿਨ ਚਾਰ ਬੇਲੀਓ, ਖੇਡਣ ਦੇ ਦਿਨ ਚਾਰ, ਤੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ ਵੇ, ਸਾਡਾ ਕਾਦਾ ਜ਼ੋਰ ਬਾਬਲਾ, ਜਦੋਂ ਕੁੜੀਆਂ ਨੂੰ ਚੜਨ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ, ਮਾਪੇ ਦਿੰਦੇ ਤੋਰ ਬਾਬਲਾ। ਤੀਆਂ ਬੋਲ ਕੇ ਨਾ ਦੁੱਖੜਾ ਸੁਣਾਉਂਦੀਆਂ, ਜਿੱਥੇ ਤੋਰ ਦਿੱਤਾ ਉੱਥੇ ਤੁਰ ਜਾਂਦੀਆਂ, ਕਲ ਦਿਲ ਦੀ ਨੱਚਦੇ ਜਾਂਦੀਆਂ ਬੇਗਾਨੇ ਹੱਥ ਡੋਰ ਬਾਬਲਾ, ਤੈਨੂੰ ਯਾਦ ਹੋਣਾ ਤੇਰੇ ਘਰ ਬਾਬਲ,
बाबल एक बार मैं जमी साहिर बनके लेके हो तो बाबल हजती कर रोना रह गया मेरी तकदीर बनके हीरा जहर खाका हुण भी मरदियां ने हीरा जहर खाका हुण भी मरदियां ने रांझे फिरदे ने हुण भी फकीर बनके रांझे फिरदे ने हुण भी फकीर बनके आवे समझ ना तियां मर जानियां दी किस्मत रब ने केहो जही कड़ी होई है सारे जग जहान दिए सार जाने जिंदगानी दे फलसफे पड़ी होई है मुद्दत गुजर गई है सब कुछ बदल चुका है मुद्दत गुजर गई है सब कुछ बदल चुका है ही रच भी उथे ही खड़ी होई है हीरज भी उधे ही खड़ी हुई है हीरज भी उधे ही खड़ी हुई है खेडन दे दिल चार सहेलियों खेडन दे दिल चार अज दा शो सिर्फ एक शो ही नहीं बल्कि साडे दिल दी आवाज सी साडे कुछ सवाल सी असी कुछ कहना चाहते सी अपने पेरेंट्स नूं जो साडे सामने बैठे ने मैं उन्हां नूं रिक्वेस्ट करांगा कि वो प्लीज स्टेज ते आउण ते साडे सवालां ते जवाब देण प्लीज डैडी पापा पहला तू बोल नहीं पहला तू बोल क्यों इतों डर लगता है कुछ तेनू नहीं लगता मैं सब दे सामने यह कबूल करदा इत्थे खड़ा बलविंदर सिंह बराड़ अज मैनू चंगा नहीं लग रहा अज पहली बारी मैनू बोलन तो डर लग रहा जो कुछ भी बोलना है तू बोल एक बाप कोल बोलन लई होर की रह जांदा है जो बेटी कहती है मैनू सब तो उच्ची चीज है एक पगड़ी बाबल दी मैं अज बहुत शर्मिंदा अज एक गल साफ हो गई है कि एक फादर भी बेटी बारे गलत डिसीजन ले सकता है फादर भी गलती कर सकता है मेरे को भी गलती हुई है मैं अपनी धीते शक किया तेरा ही गल हीर दी तू सही क्या पुत्र जमाना बदल गया पर हीर अज भी उत्थी खड़ी है हीर हमेशा ही अपने बाप की खुशी वास्ते कुर्बान होती आई है क्यों जया बाप है उन्होंने अपनी हीर की खुशी नजर ही नहीं आई
मैं अज तुहाडे सारिआं सामने वादा करदा कि मैं अपनी हीर नाल कदे जबरदस्ती नहीं करूंगा। मेरी हीर नूं कदे जबरदस्ती डोली च नहीं बिठाया जाएगा। सॉरी पुत्र, मैं भी महसूस कर रहा, मैं आज तक वही कीता जो मैनू ठीक लगे। मैं भूल ही गया कि मेरे परिवार विच होर भी लोकी ने जिन्हां दा हर फैसले विच बराबर दा अधिकार है। मैं एक दी नजर ही नहीं आया, मैनू इहनां नाल जो कुछ हुंदा हुंदा रहे, बस मेरी मुछ खड़ी रहे। मैं एक गल पुछूं ना, तेरी मेरी लड़ाई की है भाई? मैनू पता नहीं, पर इन्ना याद है कि मैं शहर च रहिंदा सी ते तू पिंड च। मैनू अंग्रेजी आंदी सी ते तैनू नहीं आंदी सी। नाउ डू यू थिंक सो? ओके, एक होर गल पुछना, तेरे कोल की प्रूफ है कि मेरी वजह नाल तैनू वीएसएम नहीं मिलिया? ओ, तेरे कोल की प्रूफ है कि तेरा प्रमोशन मेरे करके नहीं होया सी? प्रूफ तेरे कोल भी कोई नहीं ते मेरे कोल भी कोई। आपां लंदे बहाने लभदे रहे। किन्नी हैरानी दी गल है, फौज जैसे दुश्मन दे नाल कट्ठे लड़दे रहे हां, लेकिन अपने बच्चों खातिर कट्ठे हो नहीं सके, है ना? मेजर बरार, बच्चों ने तो अपना फर्ज निभाया, पर की आपा उन्होंने समझने की कोशिश की थी? सच दसा, बच्चे अपने तो बाजी मार गए ने। ओए, आपा बोली जावांगे या कुछ करांगे भी? गल सुनो बच्चे, जे तुसी साढ़े तो बाहर नहीं तो असी भी तुहाडे तो बाहर नहीं। मेजर बरार। यस सर। हुण की कीता जावे? सर, कोर्ट मार्शल कीता जाए। ओके। कमाल है, तुसी फेर ऑर्डर चले जाने। असी तुहाडा ऑर्डर नहीं मन्नांगे। हां? पहला तुसी आपस विच दा मिलो। ओ बच्चे ठीक कह रहे ने, सारी उम्र असी लड़दे रहे, हुण मौका आ गया कि आपां जप्पी पा लईए। मेजर बरार। यस सर। गुड मॉर्निंग। थैंक यू सर। मेजर बरार। यस सर। कोर्ट मार्शल दी तारीख फिक्स कीती जावे। बिल्कुल नहीं। हुण की होया? तुसी फेर आपस च फैसला करी जाणा। साडीआं मांवां इत्थे खड़ियां ने, इहनां नूं पुछो। अपने तो फिर गलती हो चली सी कर्नल साहब। बेहतर यही है कि यह फैसला आप इन्हें छड़ दी। दीप दी मां, अपने से कोई गलती हो गई हुई तो माफ कर देना। माफी मंगन की गल छड़ो, सानू तो ऐसे गलती बहुत खुशी है कि तुहानू असी भी कितने नजर आए। कल विच साडी भी कोई सेह होनी चाहिए ना। बिल्कुल ठीक है जी, अज मैं अपने मुंडे लिए तुहाडी कुड़ी दा हाथ मंगदी। हाथ कुड़ी वाले मंगदे ने, असी तो मुंडे वाले हां जी। भाई किसी ने खूब किया है, यारा नाल पहार। यारी यारी हर कोई कहंदा यार बनाने ओके। यारी 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 पाके यारा दे नाल बोल पुगोने ओके। यारी 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 पैंदी जदों दिलां नाल, यारी पैंदी जदों दिलां नाल, जुड़ ली दिलां दियां तारां। यारा 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 नाल बहारां, यारा नाल बहारां, यारा नाल बहारां, यारा नाल बहारां। जे किधरे प्यार न होवे, कोई किसे दा यार न होवे, कोई गबरू गबरू ना होवे, कोई गबरू गबरू ना होवे, कोई कुड़ी बुटिया न होवे। एक वारी नहीं सौ वारी नहीं, एक वारी नहीं सौ वारी नहीं, मैं अखा लख बारा। ਬਸ ਗਾਉਂਦੀ ਰਹਿੰਦੀ
जुड़ी लिखी लादियां तारा